ਸਵਾਗਤ ਹੈ ਜੀ ਤੁਹਾਡਾ ਰੇਡੀਓ ਵਿਰਸਾ ਐਨਜ਼ੈਡ 107 ਐਫਐਮ ਦੇ ਉੱਤੇ ਪ੍ਰੋਗਰਾਮ ਭਖ ਦੇ ਮਸਲੇ ਵਿੱਚ। ਸੋਰੀ ਅਸੀਂ 5-7 ਮਿੰਟ ਲੇਟ ਹੋ ਗਏ, ਇੱਧਰ ਕੰਮ ਕਰਦੇ ਸੀ, ਵਿਹਲੇ ਨਹੀਂ ਸੀਗੇ, ਇੱਦਾਂ ਨਾ ਸਮਝਿਓ ਵੀ ਇੱਦਾਂ ਉੱਦਾਂ ਹੀ ਬੈਠੇ ਹੀ ਅਸੀਂ ਲੇਟ ਹੋ ਗਏ ਜਾਂ ਘਰੋਂ ਨਹੀਂ ਆਉਂਦੇ ਅਸੀਂ, ਹੈ ਨਾ। ਘਰੋਂ 10:30-11 ਵਜੇ ਇੱਥੇ ਪਹੁੰਚ ਜਾਈਦਾ ਗੁਰਦੁਆਰੇ, 2-2.5 ਘੰਟੇ ਹੋ ਗਏ ਘਰੋਂ ਆਇਆਂ ਨੂੰ, 2 ਵਾਰੀ ਚਾਹ ਪੀ ਹਟੇ ਹਾਂ, ਹੈ ਨਾ। ਅਤੇ ਕੰਮ ਕਰਦੇ ਸੀ ਅਸੀਂ, ਠੀਕ ਆ, ਸਟੂਡੀਓ ਦੇ ਵਿੱਚ ਕਈ ਕੰਮ ਹੁੰਦੇ ਆ, ਤਾਂ ਕਰਕੇ ਅਸੀਂ ਲੇਟ ਹੋ ਗਏ। ਇਸ ਕਰਕੇ ਇਹ ਖਿਮਾ ਮੰਗਦੇ ਹਾਂ ਅਤੇ ਆਸ ਕਰਦੇ ਹਾਂ, ਹੱਕ ਆ ਸਾਡਾ ਅਤੇ ਤੁਸੀਂ ਮਾਫ ਵੀ ਕਰੋਗੇ, ਠੀਕ ਆ, ਬਿਲਕੁਲ, ਇੰਨਾ ਕੁ ਤੁਹਾਡਾ ਵੀ ਫਰਜ਼ ਬਣਦਾ ਹੈ ਜੀ, ਠੀਕ ਆ ਜੀ। ਅਤੇ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਸਟੂਡੀਓ 'ਚ ਮੈਂ ਹਰਨੇਕ ਸਿੰਘ ਅਤੇ ਨਾਲ ਮੇਰੇ ਗੁਰਪ੍ਰੀਤ ਸਿੰਘ, ਸਾਡੇ ਵੱਲੋਂ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਫਤਿਹ ਜੀ। ਅਤੇ ਆਪਾਂ 4 ਘੰਟੇ ਹੋਣਾ ਜੀ, ਅਤੇ ਕੋਸ਼ਿਸ਼ ਆਪਾਂ ਕਰਨੀ ਆ ਜਸਵਿੰਦਰ ਬੂਟ ਦੀ ਗੁਰਦੇਵ ਢੋਲਕੀ ਦੇ ਨਾਲ ਇੱਕ ਦੂਸਰੀ ਜਿਹੜੀ ਹੋਰ ਵੀਡੀਓ ਆ, ਠੀਕ ਹੈ ਜੀ। ਇੱਕ ਪਿਛਲੇ ਵੀਕ ਆਪਾਂ ਕੀਤੀ ਸੀ, ਹਾਂਜੀ, ਉਹ ਰਹਿੰਦੀ ਸੀ ਥੋੜ੍ਹੀ ਜਿਹੀ, ਪਰ ਮੇਨ ਗੱਲਾਂ ਉਹਦੇ ਵਿੱਚ ਹੋਏ ਗਈਆਂ ਆ, ਠੀਕ ਆ। ਅਤੇ ਹੁਣ ਆਪਾਂ ਕੋਸ਼ਿਸ਼ ਕਰ ਲਾਂਗੇ ਇਹ ਜਿਹੜੀ ਦੂਜੇ ਵਾਲੀ ਆ, 37-38 ਮਿੰਟ ਦੀ ਆ, ਠੀਕ ਹੈ ਜੀ, ਉਹਨੂੰ ਪੂਰੀ ਚਲਾਉਣ ਦੀ। ਸੈਚਰਡੇ ਫਿਰ ਨਹੀਂ ਮੇਤੋਂ ਆਇਆ ਜਾਣਾ, ਬਲਜਿੰਦਰ ਹੁਣੀ ਹੋਣਾ ਆ ਇਸ ਵਾਰ ਵੀ, ਠੀਕ ਹੈ। ਅਤੇ ਅਸੀਂ ਦੇਖ ਲਾਂਗੇ ਜੇ ਸਾਡਾ ਨਾ ਹੋਇਆ ਸ਼ਾਇਦ ਮੰਗਲਵਾਰ, ਸੋਮਵਾਰ ਜਾਂ ਮੰਗਲਵਾਰ ਕੋਈ ਦਿਨ, ਰਾਈਟ, ਕੁਛ ਸਪੈਸ਼ਲ ਲਾ ਲਾਂਗੇ 1-2 ਘੰਟੇ ਅਸੀਂ, ਠੀਕ ਹੈ ਜੀ, ਤਾਂ ਕਿ ਬੁੱਧਵਾਰ ਨੂੰ ਸਾਡਾ ਜਿਹੜਾ ਆ ਇਹ ਠੀਕ ਕਵਰ ਹੋ ਜਾਵੇ, ਰਾਈਟ। ਜੀਤੇ ਹੋਣਾ ਦੀ ਇੱਕ ਨਵੀਂ ਵੀਡੀਓ, 1-2 ਪੁਆਇੰਟ ਉਹਦੇ ਵਿੱਚ ਜਿਹੜੇ ਆ, ਠੀਕ ਹੈ, ਬੜੇ ਇੰਪੋਰਟੈਂਟ। ਮੇਰੇ ਕੋਲ ਅਸਲ 'ਚ ਟਾਈਮ ਨਹੀਂ ਹੁੰਦਾ, ਰਾਈਟ, ਨਹੀਂ ਤਾਂ ਸਾਨੂੰ ਚਾਹੀਦਾ ਇਹ ਆ ਵੀ ਉਹਨਾਂ ਦੀਆਂ ਜਿਹੜੀਆਂ ਜਿੱਦਾਂ ਹੁਣ ਘੰਟੇ ਦੀ ਵੀਡੀਓ ਆ, ਕਈ ਵਾਰ ਘੰਟੇ ਦੀ ਵੀਡੀਓ ਦੇ ਵਿੱਚ 3-4 ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਡਿਸਕਸ ਕਰਨੇ ਵਾਲੀਆਂ, ਠੀਕ ਹੈ, ਫਿਰ ਟਾਈਮ ਨੋਟ ਕਰ ਲਈਏ ਉੱਥੋਂ ਦੀ, ਕਟਾਵਟ ਦੇ ਹਿਸਾਬ ਨਾਲ ਕਰਕੇ ਰੱਖ ਲਈਏ ਵੀ ਉਨੀ ਗੱਲ ਚਲਾਈਏ ਅਤੇ ਚਲਾ ਕੇ ਪੂਰੀ ਵੀਡੀਓ ਫੇਸਬੁੱਕ 'ਤੇ ਸ਼ੇਅਰ ਕਰ ਦਈਏ, ਰਾਈਟ, ਆਹ ਵੀਡੀਓ ਆ। ਪਰ ਉਹਦੇ ਲਈ ਥੋੜ੍ਹੀ ਜਿਹੀ ਟਾਈਮਿੰਗ ਦਾ ਜਿਹੜਾ ਅਜੇ ਚੱਕਰ ਆ, ਜਿਸ ਕਰਕੇ ਸਾਨੂੰ ਹੁਣ ਬੂਟ ਹੋਣਾ ਦੀ ਵੀਡੀਓ ਵੀ ਪਹਿਲੀ ਪੂਰੀ ਚਲਾਉਣੀ ਪੈ ਗਈ ਸੀ, ਰਾਈਟ, ਠੀਕ ਹੈ। ਅਤੇ ਉਹਦੇ ਵਿੱਚ ਕਈ ਗੱਲਾਂ ਹੁੰਦੀਆਂ ਇੱਦਾਂ ਦੀਆਂ ਵੀ ਉੱਦਾਂ ਹੀ ਨੋਰਮਲ ਜਿਹੀਆਂ ਹੁੰਦੀਆਂ, ਪਰ ਉਹ ਸੁਣਨੀਆਂ ਪੈਂਦੀਆਂ ਉਸ ਵੇਲੇ, ਰਾਈਟ, ਹੈ ਨਾ। ਚਲੋ ਅੱਜ ਦੇਖਦੇ ਹਾਂ ਅਸੀਂ ਕਿੱਦਾਂ ਹੁੰਦੀ ਆ, ਠੀਕ ਆ। ਅਤੇ ਨਾਲ ਅਸੀਂ ਥੋੜ੍ਹੀ ਜਿਹੀ ਜਿਹੜਾ ਇੱਥੇ ਨਿਊਜ਼ੀਲੈਂਡ ਦੇ ਵਿੱਚ ਇੱਕ ਦੁਰਘਟਨਾ ਵਾਪਰੀ ਆ ਜੀ, ਹਾਂਜੀ, ਬੜੀ ਮੰਦਭਾਗੀ ਆ ਸਾਡੇ ਸਾਰਿਆਂ ਲਈ, ਉਹਨੂੰ ਵੀ ਆਪਾਂ ਥੋੜ੍ਹਾ ਜਿਹਾ ਉਹਦੇ ਉੱਤੇ 1-2 ਗੱਲਾਂ ਸੀਗੀਆਂ। ਕੱਲ੍ਹ ਬਲਜਿੰਦਰ ਹੁਣੀ ਬਹੁਤ ਡਿਟੇਲ ਨਾਲ ਗੱਲ ਕਰ ਦਿੱਤੀ ਆ, ਰਾਈਟ, ਪਰ 1-2 ਗੱਲਾਂ ਜਿਹੜੀਆਂ ਰਿਪੀਟ ਕਰਨੇ ਵਾਲੀਆਂ ਸੀਗੀਆਂ, ਰਾਈਟ, ਉਹ ਆਪਾਂ ਕਰ ਲਾਂਗੇ ਨਾਲ, ਠੀਕ, ਠੀਕ ਹੈ ਜੀ। ਅਤੇ ਇੱਕ ਸਵਾਲ ਸੀਗਾ ਜੀ ਮੇਰਾ, ਉਹ ਟਕਸਾਲੀਆਂ ਲਈ ਵੀ ਆ ਅਤੇ ਸਾਡੇ ਜਾਗਰੂਕਾਂ ਲਈ ਵੀ ਆ, ਠੀਕ ਹੈ। ਉਹਨਾਂ ਨੂੰ ਬੇਨਤੀ ਆ ਵੀ ਅਸੀਂ 4 ਘੰਟੇ ਹੋਣਾ ਆ, ਜੇ ਤੁਸੀਂ ਉਹ ਸਵਾਲ ਦੇ ਬਾਰੇ ਸਾਨੂੰ ਦੱਸ ਸਕੋ, ਕੋਈ ਜਵਾਬ ਦੇ ਸਕੋ, ਤੁਹਾਡੇ ਕੋਲ ਤੁਹਾਡਾ ਕੋਈ ਓਪੀਨੀਅਨ ਹੋਵੇ, ਬਿਲਕੁਲ, ਠੀਕ ਆ, ਅਤੇ ਉਹ ਬੜੀ ਖੁਸ਼ੀ ਹੋ ਗਈ ਸਾਨੂੰ, ਠੀਕ ਹੈ। ਸਵਾਲ ਇਹ ਆ ਵੀ ਸਾਡੇ ਵਿਦਵਾਨ ਇਹ ਕਹਿੰਦੇ ਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਆ, ਰਾਈਟ, ਉਹ ਜਿਸ ਲਿਪੀ ਵਿੱਚ ਲਿਖਿਆ ਗਿਆ, ਗੁਰਮੁਖੀ ਲਿਪੀ ਜਿਹਨੂੰ ਕਹਿੰਦੇ ਆ, ਹੈ ਨਾ, ਵੀ ਉਹ ਦੂਜੇ ਪਾਤਸ਼ਾਹ ਨੇ ਤਿਆਰ ਕੀਤੀ ਆ, ਠੀਕ ਹੈ, ਠੀਕ ਹੈ ਜੀ, ਉੜਾੜਾ ਜਿਹੜਾ ਆ, ਵੀ ਪੰਜਾਬੀ ਬੋਲੀ ਪਹਿਲਾਂ ਜਾਂਦੀ ਸੀ, ਰਾਈਟ, ਪਰ ਲਿਖਣ ਨੂੰ ਜਿੱਦਾਂ ਲੰਡੇ ਹੋਰ ਕਿਸੇ ਜਿਹੜੇ ਕੋਈ ਅਲਫਾਬੈਟ ਹੋਰ ਤਰ੍ਹਾਂ ਸੀਗੇ, ਵੀ ਜਿਹੜੇ ਊੜਾ ਐੜਾ ਆ, ਇਹ ਉਹਦਾ ਵਿਕਾਸ ਜਿਹੜਾ ਆ, ਉਹ ਜਿਹੜੀਆਂ ਪੈਰ 'ਚ ਬਿੰਦੀਆਂ ਆ, ਉਹ ਬਾਅਦ ਵਿੱਚ ਆਈਆਂ ਬਹੁਤ, ਠੀਕ ਆ।
ਭਈ ਹੁਣ ਉਸ ਵੇਲੇ ਟੈਂਕਾ ਜਿਹੜਾ ਆ ਉਹਨੂੰ ਟੈਂਕਾ ਨਹੀਂ ਸੀ ਕਿਹਾ ਜਾਂਦਾ ਹਨਾ, ਭਈ ਅੰਗਰੇਜ਼ਾਂ ਦੇ ਵਿਦਵਾਨ ਇਹੀ ਕਹਿੰਦੇ ਆ ਵੀ ਜਦੋਂ ਅੰਗਰੇਜ਼ ਗਏ ਆ ਉਹਨਾਂ ਨੇ ਜਦੋਂ ਗ੍ਰੈਮਰ ਲਿਖੀ ਆ ਉਦੋਂ ਕਈ ਤਬਦੀਲੀਆਂ ਜਿਹੜੀਆਂ ਉਹ ਆਈਆਂ, ਜਿਹੜੀ ਹੁਣ ਦੀ ਪੰਜਾਬੀ ਆ ਉਹ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਖਰੀ ਆ, ਉਹਦਾ ਕਾਰਨ ਇਹ ਆ ਵੀ ਜਦੋਂ ਉਹਨੇ ਗ੍ਰੈਮਰ ਲਿਖਾਈ ਆ ਉਦੋਂ ਇਸ ਤਰ੍ਹਾਂ ਦਾ ਰੂਪ ਆਇਆ। ਹੁਣ ਸਾਡੇ ਵਿਦਵਾਨ ਕਹਿੰਦੇ ਵੀ ਦੂਜੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਨੇ ਲਿਖੀ ਆ ਇਹ ਗੁਰਮੁਖੀ ਲਿਪੀ ਜਿਹੜੀ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਬਾਣੀ ਸੀ ਉਹ ਕਿਹੜੀ ਲਿਪੀ ਵਿੱਚ ਸੀ? ਉਹ ਤੋਂ ਪਹਿਲਾਂ ਉਹਨਾਂ ਤੋਂ 200, 300, 400 ਕੀ ਪਤਾ 500 ਸਾਲ ਦਾ ਵੀ ਫਰਕ ਆ ਭਗਤਾਂ ਦਾ, ਭਗਤ ਰਾਮਦੇਵ ਜੀ ਦਾ, ਕਬੀਰ ਜੀ ਦਾ, ਭਗਤ ਰਵਿਦਾਸ ਜੀ ਦਾ। ਜਿਹੜੀ ਜਿਹੜੀ ਉਹਨਾਂ ਦੀ ਰਚਨਾ ਸੀ ਜਿਹੜੀ ਅਸੀਂ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਇਕੱਤਰ ਕੀਤੀ ਆ ਉਹ ਕਿਹੜੇ ਕਿਹੜੀ ਲਿਪੀ ਵਿੱਚ ਸੀ, ਕਿਸ ਰੂਪ ਵਿੱਚ ਸੀ? ਠੀਕ ਆ। ਹੁਣ ਜਿਹੜੀ ਭਗਤ ਰਾਮਦੇਵ ਜੀ ਦੀ ਹੈਗੀ ਆ ਰਚਨਾ ਤੁਸੀਂ ਪੜ੍ਹਦੇ ਆ, ਹੁਣ ਤੁਸੀਂ ਦੇਖੋ ਵੀ ਪਾਂਡੇ ਤੁਮਰਾ ਰਾਮ ਚੰਦ ਵੋ ਵੀ ਆਵਤ ਦੇਖਿਆ ਥਾ। ਠੀਕ ਹੈ, ਹੁਣ ਇਹ ਪੰਜਾਬੀ ਤਾਂ ਹੈ ਨੀ ਇਹ? ਨਹੀਂ ਨਹੀਂ, ਠੀਕ ਹੈ ਠੀਕ ਹੈ ਨਾ। ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਏ ਗਵਾਈ ਥੀ। ਰਾਈਟ, ਠੀਕ ਹੈ। ਹੁਣ ਇਹ ਇਹ ਭਾਸ਼ਾ ਵੀ ਇਹ ਤਾਂ ਹਿੰਦੀ ਦੇ ਨੇੜੇ ਦੀ ਆ, ਰਾਈਟ, ਤੇ ਓਬਵੀਅਸ ਆ ਲਿਪੀ ਵੀ ਕੋਈ ਹੋਰ ਹੋਊਗੀ ਇਹ। ਠੀਕ ਹੈ, ਠੀਕ ਹੈ ਜੀ। ਹੁਣ ਜਿਹੜੇ ਗੁਰੂ ਨਾਨਕ ਦੂਜੇ ਪਾਤਸ਼ਾਹ ਤੋਂ ਪਹਿਲਾਂ ਦੀਆਂ ਰਚਨਾਵਾਂ ਆ ਉਹਦੀ ਲਿਪੀ ਕਿਹੜੀ ਸੀ ਤੇ ਉਹਨੂੰ ਗੁਰਮੁਖੀ ਲਿਪੀ ਵਿੱਚ ਕਿਹਨੇ ਕੀਤਾ? ਠੀਕ ਹੈ, ਕਿਸੇ ਨਾ ਕਿਸੇ ਨੇ ਤਾਂ ਟੱਚ ਦਿੱਤਾ ਨਾ ਉਹਨੂੰ, ਰਾਈਟ ਨਾ। ਹੁਣ ਜਦੋਂ ਭਗਤ ਨਾਮਦੇਵ ਜੀ ਦੀ ਰਚਨਾ ਉਹਨਾਂ ਦੇ ਓਰਿਜਨ ਵਿੱਚ ਜਿੱਦਾਂ ਸੀ ਉੱਥੇ ਇੱਦਾਂ ਥੋੜਾ ਲਿਖਿਆ ਹੋਊਗਾ ਵੀ ਆਸਾ ਰਾਗ ਆਸਾ ਬਾਣੀ ਭਗਤ ਨਾਮਦੇਵ ਜੀ ਕੀ? ਨਹੀਂ ਨਹੀਂ ਨਹੀਂ, ਕਿਸੇ ਨਾ ਕਿਸੇ ਨੇ ਐਡ ਕੀਤਾ, ਟਾਈਟਲ ਦਿੱਤਾ ਲਿਖਿਆ, ਠੀਕ ਹੈ, ਟਾਈਟਲ ਵੀ ਦਿੱਤਾ ਔਰ ਹਾਓ ਵੀ ਕੀ ਪਤਾ ਉਸ ਵੇਲੇ ਨਾ ਹੋਵੇ, ਨੰਬਰਿੰਗ ਵੀ ਇੱਦਾਂ ਦੀ ਨਾ ਹੋਵੇ ਜਿੱਦਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਠੀਕ ਹੈ, ਠੀਕ ਹੈ, ਠੀਕ। ਹੁਣ ਆਸਾ ਰਾਗ ਦੇ ਵਿੱਚ ਜੇ ਜੇ ਮੰਨ ਲਓ 50 ਸ਼ਬਦ ਗੁਰੂ ਨਾਨਕ ਦੇਵ ਜੀ ਦੇ ਆ, ਗੁਰੂ ਅੰਗਦ ਦੇਵ ਜੀ ਦੇ ਆ, ਅਮਰਦਾਸ ਜੀ ਦੇ ਆ, ਗੁਰੂ ਰਾਮਦਾਸ ਜੀ ਦੇ ਆ, ਇੱਦਾਂ ਉਹ ਤੋਂ ਬਾਅਦ ਭਗਤਾਂ ਦੇ ਆ, ਉਹਦੀ ਨੰਬਰਿੰਗ ਜਿਹੜੀ ਆ ਟੋਟਲ ਸ਼ਬਦਾਂ ਦਾ ਜੋੜ ਆ ਰਿਹਾ ਹਨਾ, ਉਹ ਵੀ ਕਿਸੇ ਨੇ ਦਿੱਤੀ ਆ। ਠੀਕ ਹੈ, ਹੁਣ ਉਹ ਜਿਹੜੀ ਲਿਪੀ ਹੋਈ ਆ ਉਹ ਚੇਂਜ ਹੋਈ ਆ, ਫਿਰ ਜਿਹੜੀ ਭਾਸ਼ਾ ਹਿੰਦੀ ਤੋਂ ਲਿਪੀ ਚੇਂਜ ਹੋਈ ਆ ਉਹ ਹੋਈ ਆ, ਉਹ ਕਿਹਨੇ ਕੀਤੀ ਆ? ਹੁਣ ਓਬਵੀਅਸ ਆ ਭਈ ਅਸੀਂ ਇਹ ਇਹ ਇੱਕ ਸੈਕਿੰਡ ਲਈ ਮੰਨ ਲਈਏ ਕਿਉਂਕਿ ਕੋਈ ਵਿਚਾਰ ਕਰੇ ਸਾਡੇ ਨਾਲ ਫਿਰ ਠੀਕ ਆ ਹਨਾ। ਹੁਣ ਇਸ ਵੇਲੇ ਕੋਈ ਹੈ ਨਹੀਂ, ਅਸੀਂ ਅਜ਼ਿਊਮ ਕਰ ਲੈਂਦੇ ਹਾਂ ਵੀ ਪੰਜਵੇਂ ਪਾਤਸ਼ਾਹ ਨੇ ਸੰਪਾਦਨਾ ਕੀਤੀ ਆ। ਇਹ ਇਹ ਵੀ ਹੋ ਸਕਦਾ ਵੀ ਪਹਿਲੇ ਪਾਤਸ਼ਾਹ ਨੇ ਉਹ ਟੱਚ ਦੇ ਦਿੱਤਾ ਹੋਵੇ, ਇਹ ਹੋ ਸਕਦਾ ਵੀ ਦੂਜੇ ਪਾਤਸ਼ਾਹ ਨੇ ਜਦੋਂ ਗੁਰਮੁਖੀ ਲਿਪੀ ਲਿਖੀ ਆ ਉਹਨਾਂ ਕੋਲ ਜਿੰਨੀ ਰਚਨਾ ਆਈ ਉਹ ਸੀ ਉਹਨੇ ਸਾਰੀ ਦੀ ਸਾਰੀ ਨੂੰ ਗੁਰਮੁਖੀ ਵਿੱਚ ਕਰ ਦਿੱਤਾ ਹੋਵੇ, ਨਾਲ ਆਪਣੀ ਰਚਨਾ ਜੋੜ ਦਿੱਤੀ ਹੋਵੇ, ਉਹ ਤੀਜੇ ਪਾਤਸ਼ਾਹ ਨੂੰ ਸੰਭਾਲ ਗਿਆ ਹੋਣ। ਇੱਦਾਂ ਹੀ ਤੀਜੇ ਪਾਤਸ਼ਾਹ ਨੇ ਆਪਣੀ ਜਿਹੜੀ ਆ ਰਚਨਾ ਉਹ ਸਾਰੀ ਦੀ ਸਾਰੀ ਗੁਰਮੁਖੀ ਲਿਪੀ ਵਿੱਚ ਲਿਖ ਦਿੱਤੀ, ਜਾਂ ਥੋੜਾ ਬਹੁਤਾ ਟਾਸਕ ਜਿਹੜਾ ਦੂਜੇ ਪਾਤਸ਼ਾਹ ਦੇ ਕੇ ਗਏ ਹੋਣ ਉਹਨਾਂ ਨੂੰ ਵੀ ਭਾਈ ਆ ਕਬੀਰ ਜੀ ਦੀ ਰਚਨਾ ਰਹਿੰਦੀ ਆ ਜਾਂ ਇੰਨੀ, ਹਨਾ, ਉਹ ਹੋ ਗਿਆ ਹੋਵੇ। ਠੀਕ ਹੈ, ਉਹ ਤੋਂ ਬਾਅਦ ਚੌਥੇ ਪਾਤਸ਼ਾਹ ਹੋ ਗਏ ਤੇ ਪੰਜਵੇਂ ਪਾਤਸ਼ਾਹ ਨੇ ਆਪਣੀ ਲਿਖ ਦਿੱਤੀ, ਬਾਕੀ ਉਹਨਾਂ ਕੋਲ ਪਹੁੰਚ ਗਈ, ਉਹਨੇ ਉੱਦਾਂ ਹੀ ਚਾੜ ਦਿੱਤੀ, ਜਾਂ ਸਾਰੀ ਦੀ ਸਾਰੀ ਪਈ ਸੀ ਉਹ ਪੰਜਵੇਂ ਪਾਤਸ਼ਾਹ ਨੇ ਸੋਚਿਆ ਵੀ ਜਿਹੜੀ ਲਿਪੀ ਦੂਜੇ ਪਾਤਸ਼ਾਹ ਨੇ ਘੜੀ ਆ ਲਿਖੀ ਆ ਵੀ ਉਹਦੀ ਭਾਸ਼ਾ ਜਿਹੜੀ ਆ ਉਹ ਇਸ ਤਰੀਕੇ ਨਾਲ ਗ੍ਰੈਮਰ ਆ, ਇੱਦਾਂ ਸਿਹਾਰੀਆਂ ਵਿਹਾਰੀਆਂ ਲੱਗਣੀਆਂ ਆ। ਠੀਕ ਆ, ਹੁਣ ਉਹ ਉਹ ਜਿਹੜੇ ਗ੍ਰੈਮਰ ਦੇ ਨਿਯਮ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਟਾਈਮ ਆ 1469 ਤੋਂ 1549 ਤੱਕ, ਉਹੀ ਨੌਵੇਂ ਪਾਤਸ਼ਾਹ ਦੇ ਟਾਈਮ ਆ।
ਠੀਕ ਹੈ ਠੀਕ ਹੈ ਉਹੀ ਉਹ ਤੋਂ 400-500 ਸਾਲ ਪਹਿਲਾਂ ਭਗਤ ਨਾਮਦੇਵ ਜੀ ਦੇ ਟਾਈਮ ਹੈ ਠੀਕ ਹੈ ਜਦਕਿ ਜਦਕਿ ਇੱਦਾਂ ਭਾਸ਼ਾ ਸਾਰਿਆਂ ਨੂੰ ਪਤਾ ਤੇ 15-20-30-50 ਕਿਲੋਮੀਟਰ ਤੋਂ ਬਾਅਦ ਵਧ ਜਾਂਦੀ ਹੈ 40-50 ਸਮੇਂ ਸਾਲ ਦੇ ਸਮੇਂ ਤੋਂ ਬਾਅਦ ਵੀ ਉਹਦੇ ਵਿੱਚ ਕੋਈ ਨਾ ਕੋਈ ਫਰਕ ਪੈਂਦਾ ਹੈ ਹਨਾ ਚਲੋ ਤੇ ਉਹ ਉਹ ਗੁਰੂ ਗ੍ਰੰਥ ਸਾਹਿਬ ਦੀ ਇਕਸਾਰਤਾ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਹੋਈ ਆ ਠੀਕ ਹੈ ਹਨਾ ਤੇ ਜਿਨ ਵੀ ਕੀਤੀ ਆ ਪਰ ਉਹਦੇ ਚ ਇੱਕ ਗੱਲ ਉਹ ਤੇ ਨਹੀਂ ਸਾਨੂੰ ਕੋਈ ਇਤਰਾਜ਼ ਇਹ ਤਾਂ ਮੈਂ ਵੈਸੇ ਡਿਟੇਲ ਦੇ ਦਿੱਤਾ ਨਾ ਸਾਨੂੰ ਇਹ ਤੇ ਕੋਈ ਇਤਰਾਜ਼ ਨਹੀਂ ਸਾਡਾ ਇਤਰਾਜ਼ ਇਸ ਗੱਲ ਤੇ ਆ ਵੀ ਜੇ ਭਗਤ ਨਾਮਦੇਵ ਜੀ ਦੀ ਭਗਤ ਕਬੀਰ ਜੀ ਦੀ ਭਗਤ ਰਵਿਦਾਸ ਜੀ ਦੀ ਰਚਨਾ ਜਿਹੜੀ ਕਿ ਕਿਸੇ ਹੋਰ ਲਿਪੀ ਵਿੱਚ ਆ ਹੋਰ ਭਾਸ਼ਾ ਵਿੱਚ ਆ ਉਹਨੂੰ ਗੁਰਮੁਖੀ ਵਿੱਚ ਕਰਨ ਤੋਂ ਬਾਅਦ ਫਿਰ ਵੀ ਉਹ ਰਚਨਾ ਉਹਨਾਂ ਦੀ ਹੀ ਰਹਿੰਦੀ ਆ ਠੀਕ ਹੈ ਠੀਕ ਹੈ ਤੇ ਦਸਵੇਂ ਪਾਤਸ਼ਾਹ ਬਾਰੇ ਇਹ ਕਿੱਦਾਂ ਤੁਸੀਂ ਕਹੀ ਜਾਂਦੇ ਆ ਵੀ ਜਿਹੜੇ ਤ੍ਰਿਆ ਚਰਿੱਤਰ ਆ ਉਹ ਹਿੰਦੂ ਗ੍ਰੰਥਾਂ ਦਾ ਅਰਥਾ ਆ ਜਾਂ ਰਾਮਾ ਅਵਤਾਰ ਜਿਹੜਾ ਰਮਾਇਣ ਦਾ ਅਰਥਾ ਆ ਕ੍ਰਿਸ਼ਨ ਅਵਤਾਰ ਕਿਸੇ ਉਹਨਾਂ ਦੇ ਮਹਾਭਾਰਤ ਗ੍ਰੰਥ ਦਾ ਅਰਥਾ ਆ ਤੇ ਉਹ ਅਰਥਾ ਕਰਨ ਤੋਂ ਬਾਅਦ ਉਹਦੇ ਤੋਂ ਉਹਦੇ ਲਿਖਣ ਵਾਲੇ ਦਾ ਨਾਮ ਵੀ ਮਿਟ ਗਿਆ ਭਗਤ ਨਾਮਦੇਵ ਜੀ ਦੀ ਰਚਨਾ ਦੀ ਲਿਪੀ ਬਦਲਣ ਦੇ ਨਾਲ ਨਾਮਦੇਵ ਜੀ ਦਾ ਨਾਂ ਨਹੀਂ ਮਿਟਿਆ ਜਾ ਰਿਹਾ ਸ਼ਬਦ ਦੇ ਵਿੱਚ ਵੀ ਪਿੱਛੇ ਉਹਦਾ ਨਾਂ ਆ ਰਿਹਾ ਉੱਤੇ ਲਿਖਿਆ ਜਾ ਰਿਹਾ ਹੈ ਅਸਾ ਸ਼੍ਰੀ ਕਬੀਰ ਜੀ ਉਹ ਠੀਕ ਹੈ ਭਗਤ ਨਾਮਦੇਵ ਜੀ ਦੀ ਰਚਨਾ ਜਿਹੜੀ ਭਗਤ ਨਾਮਦੇਵ ਭਗਤ ਰਵਿਦਾਸ ਜੀ ਦੀ ਰਚਨਾ ਉਹਨਾਂ ਦਾ ਲੇਖਕ ਦਾ ਨਾਂ ਨਹੀਂ ਮਿਟਾਇਆ ਜਾ ਰਿਹਾ ਲਿਪੀ ਬਦਲੀ ਆ ਗ੍ਰੈਮਰ ਵੀ ਆ ਨੰਬਰ ਵੀ ਐਡ ਕੀਤੇ ਆ ਲਿਪੀ ਵੀ ਚੇਂਜ ਕੀਤੀ ਆ ਠੀਕ ਹੈ ਫਿਰ ਦਸਵੇਂ ਪਾਤਸ਼ਾਹ ਨੇ ਇੱਦਾਂ ਕਿਉਂ ਕੀਤੀ ਆ ਜੇ ਉਹਨੇ ਅਲੱਥਾ ਕੀਤਾ ਠੀਕ ਹੈ ਜਾਂ ਤਾਂ ਇਹ ਇਹ ਹੋਵੇ ਵੀ ਗੁਰੂ ਸਾਹਿਬ ਨੇ ਵੀ ਇੱਦਾਂ ਕਰ ਲਿਆ ਵੀ ਰਚਨਾ ਉਹਨਾਂ ਦੀ ਸੀ ਨਾਂ ਆਪਣਾ ਲਿਖ ਦਿੱਤਾ ਹੁਣ ਉਹ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਤਾਂ ਨੌਵੇਂ ਪਾਤਸ਼ਾਹ ਤੱਕ ਉਹਨਾਂ ਦੀ ਰਚਨਾ ਦੇ ਪਿੱਛੇ ਨਾਨਕ ਆ ਰਿਹਾ ਆ ਠੀਕ ਹੈ ਹਨਾ ਹੁਣ ਕਿਉਂਕਿ ਨਾਨਕ ਦੀ ਜੋਤ ਆ ਅਸੀਂ ਕਹਿੰਦੇ ਇੱਕੋ ਵਿਚਾਰਧਾਰਾ ਆ ਸਾਰਾ ਕੁਛ ਇੱਕ ਆ ਗੁਰੂ ਗ੍ਰੰਥ ਸਾਹਿਬ ਵੀ ਇੱਕ ਜੋਤ ਆ ਪਰ ਉਹਦੇ ਵਿੱਚ ਉਹਨੇ ਭਗਤਾਂ ਦੀ ਰਚਨਾ ਜਿਹੜੀ ਆ ਨਾ ਉਹਦੇ ਵਿੱਚ ਨਾਨਕ ਨਾਂ ਨਹੀਂ ਲਿਖਿਆ ਨਹੀਂ ਨਾ ਗੁਰੂਆਂ ਦੇ ਜਿੰਨੇ ਪਾਤਸ਼ਾਹ ਹੋਏ ਆ ਉਹਨਾਂ ਦੇ ਨਾਲ ਨਾਨਕ ਲਿਖ ਦਿੱਤਾ ਠੀਕ ਹੈ ਤੇ ਭਗਤਾਂ ਦਾ ਨਾਂ ਉਹੀ ਰੱਖਿਆ ਬਿਲਕੁਲ ਹਨਾ ਤੇ ਹੁਣ ਉਹ ਜਿਹੜੀ ਰਚਨਾ ਤ੍ਰਿਆ ਚਰਿੱਤਰ ਕਿਹਦੀ ਰਚਨਾ ਆ ਨਾ ਉਹਦੇ ਅਖੀਰ ਚ ਨਾਂ ਆ ਰਿਹਾ ਆ ਤੇ ਨਾ ਉਹਦਾ ਟਾਈਟਲ ਉੱਤੇ ਆ ਰਿਹਾ ਹੈ ਉਹ ਉਹ ਫਿਰ ਤੁਸੀਂ ਆਪੇ ਮੰਨੀ ਜਾਂਦੇ ਮਸਕੀਨ ਵੀ ਕਹੀ ਜਾਂਦਾ ਆ ਧੁੰਮਾ ਵੀ ਕਹੀ ਜਾਂਦਾ ਆ ਤੇ ਹਿੰਦੂ ਗ੍ਰੰਥਾਂ ਦਾ ਅਲੱਥਾ ਆ ਹੁਣ ਅਲੱਥਾ ਕਰਨੇ ਵਾਲਾ ਤੁਸੀਂ ਇਹ ਕਿੱਦਾਂ ਕਹਿ ਦਿੱਤਾ ਵੀ ਇਹ ਰਚਨਾ ਉਹਦੀ ਆ ਸਵਾਲ ਇਹ ਅੱਗੇ ਵੀ ਕੀਤਾ ਸੀ ਅਸੀਂ ਪਰ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਆ ਉਹਦੇ ਬਾਰੇ ਸਾਨੂੰ ਸਾਡੀ ਦਲੀਲ ਜਿਹੜੀ ਆ ਉਹ ਹੋਰ ਵੀ ਠੋਸ ਬਣ ਜਾਂਦੀ ਕੱਲ ਜੀਤੇ ਦਾ ਕੱਲ ਦਾ ਸ਼ਾਇਦ ਲੇਟੈਸਟ ਪ੍ਰੋਗਰਾਮ ਹੈ ਉਹਦਾ ਠੀਕ ਹੈ ਮੈਂ ਥੋੜਾ ਜਿਹਾ ਸੁਣਿਆ ਉਹਦੇ ਚ ਦੋ ਬੰਦੇ ਬੈਠੇ ਆ ਹਾਂਜੀ ਆ ਕੇ ਇੱਕ ਉੱਥੇ ਦੀ ਜਿਹੜੀ ਕੋਈ ਸਿੱਖ ਫੈਡਰੇਸ਼ਨ ਯੂਕੇ ਆ ਉਹਦਾ ਆ ਤੇ ਇੱਕ ਹੋਰ ਬੰਦਾ ਉਹ ਖਾਲਿਸਤਾਨੀ ਆ ਦੋ ਜਣੇ ਸੰਘਰਸ਼ ਦੇ ਹੱਕ ਵਿੱਚ ਆ ਪਰ ਉਹ ਜੀਤਾ ਜੋ ਕਹਾਉਣਾ ਚਾਹੁੰਦਾ ਉੱਥੇ ਉਹ ਨਹੀਂ ਹੋ ਰਿਹਾ ਨਹੀਂ ਉਹ ਬੜੀ ਇੰਟਰਸਟਿੰਗ ਆ ਵੀਡੀਓ ਠੀਕ ਹੈ ਜੇ ਨਹੀਂ ਦੇਖੀ ਉਹ ਕਰਿਓ ਜ਼ਰੂਰ ਮੈਂ ਸ਼ੇਅਰ ਕਰ ਦਿੰਦਾ ਉਹਨੂੰ ਅਸੀਂ ਵਿਚਾਰਾਂਗੇ ਰੇਡੀਓ ਦੇ ਉੱਤੇ ਠੀਕ ਹੈ ਅੱਜ ਤਾਂ ਹੁਣ ਦੇਖਦੇ ਹਾਂ ਅਸੀਂ ਟਾਈਮ ਕਿੰਨਾ ਕੁ ਲੱਗਦਾ ਸਾਡਾ ਫਿਰ ਨਹੀਂ ਤਾਂ ਬੁੱਧਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਉਹਨੂੰ ਜ਼ਰੂਰ ਜਾਂ ਫਿਰ ਜੇ ਮੰਗਲਵਾਰ ਸਪੈਸ਼ਲ ਕੀਤਾ ਆਪਾਂ ਦੇਖਦੇ ਕਿੱਦਾਂ ਠੀਕ ਹੈ ਅਤੇ ਉਹਦੇ ਵਿੱਚ ਕਈ ਗੱਲਾਂ ਜਿਹੜੀਆਂ ਆ ਉਹ ਮਨੌਤਾਂ ਜਿਹੜੀਆਂ ਠੀਕ ਹੈ ਵੀ ਫਰਕ ਕੀ ਆ ਜਿਹੜੇ ਜਿਹੜੇ ਬੰਦੇ ਸਾਡੇ ਕੋਈ ਧਿਰ ਕਿਉਂਕਿ ਉਹਨਾਂ ਦਾ ਆਪਣਾ ਬ੍ਰਹਮ ਗਿਆਨੀ ਆਪਣਾ ਮੁਖੀ ਆਪਣੇ ਆਪਣੇ ਸੈਕਟ ਦਾ ਜਿਹੜਾ ਬੰਦਾ ਜਿੱਦਾਂ ਹੁਣ ਅਖੰਡ ਕੀਰਤੀਆਂ ਦਾ ਭਾਈ ਰਣਧੀਰ ਸਿੰਘ ਆ ਨਾਨਕ ਸਰੀਆਂ ਦਾ ਬਾਬਾ ਆਨੰਦ ਸਿੰਘ ਆ ਰਾੜੇ ਵਾਲਿਆਂ ਦਾ ਈਸ਼ਰ ਸਿੰਘ ਆ ਟਕਸਾਲ ਦਾ ਗੁਰਬਚਨ ਸਿੰਘ ਆ ਜਿਹੜਾ ਉਹਨਾਂ ਦਾ ਆਪਣਾ ਆ ਉਹ ਜੋ ਕਹਿੰਦਾ ਆ ਕਿਉਂਕਿ ਉਹਨੂੰ ਵੀ ਦੂਜੇ ਨਾਲੋਂ ਵੱਖਰਾ ਡੇਰਾ ਬਣਾਉਣ ਲਈ ਕੁਛ ਨਾ ਕੁਛ ਖਾਸ ਕਹਿਣਾ ਪੈਣਾ ਸੀ
ਕਿਸੇ ਨੇ ਅੰਮ੍ਰਿਤ ਵੇਲੇ ਉੱਠਣ ਦੇ ਉੱਤੇ ਜ਼ੋਰ ਦੇ ਦਿੱਤਾ, ਕਿਸੇ ਨੇ ਲੰਗਰਾਂ ਤੇ ਜ਼ੋਰ ਦੇ ਦਿੱਤਾ, ਕਿਸੇ ਨੇ ਕਹਿ ਦਿੱਤਾ ਨਹੀਂ ਸਾਡੇ ਲੰਗਰ ਪੱਕਦਾ ਹੀ ਨਹੀਂ, ਕਿਸੇ ਨੇ ਨਾਮ ਜਪਣ ਦੇ ਉੱਤੇ ਕਰਤਾ, ਕਿਸੇ ਨੇ ਕੀਰਤਨ ਤੇ ਕਰਤਾ, ਹੋਰ ਕਹਿੰਦਾ ਉਹ ਕਹਿੰਦਾ ਨਹੀਂ ਕੀਰਤਨ ਦੇ ਵਿੱਚ ਗੱਲਬਾਤ ਨਹੀਂ ਹੋਣੀ ਚਾਹੀਦੀ, ਅਖੰਡ ਹੋਣਾ ਚਾਹੀਦਾ, ਕਿਸੇ ਨੇ ਪਾਠ ਕਰਨ ਤੇ ਦੇ ਦਿੱਤਾ, ਹਰੇਕ ਨੇ ਆਪੋ ਆਪਣੇ ਡੇਰੇ ਨੂੰ ਮਸ਼ਹੂਰ ਕਰਨ ਲਈ, ਦੂਜਿਆਂ ਤੋਂ ਵੱਖਰਾ ਬਣਾਉਣ ਲਈ, ਕਿਉਂਕਿ ਤੁਹਾਡੀ ਹੋਂਦ ਜਿਹੜੀ ਆ ਉਹ ਬਣਦੀ ਤਾਂ ਆ ਜਦੋਂ ਤੁਸੀਂ ਦੂਜੇ ਨਾਲੋਂ ਵੱਖਰੇ ਹੁੰਦੇ ਆ, ਬਿਲਕੁਲ ਠੀਕ ਹੈ। ਉਹ ਕਰਨ ਲਈ ਉਹਨੇ ਜੋ ਗੱਲ ਕਹੀ ਆ ਉਹ ਗੱਲ, ਜੇ ਉਹ ਇਹ ਕਹਿੰਦਾ ਵੀ ਮੈਂ ਇਹ ਕਹਿ ਰਿਹਾ ਮੇਰੇ ਹਿਸਾਬ ਨਾਲ ਆ ਆ, ਜਦੋਂ ਅਸੀਂ ਇੱਥੇ ਗੱਲ ਕਹਿੰਦੇ ਹਾਂ ਨਾ ਵੀ ਗੁਰਬਾਣੀ ਬੈਨ ਹੋਣੀ ਚਾਹੀਦੀ ਆ, ਜਿਹੜਾ ਬੋਲਣੇ ਵਾਲਾ ਬੰਦਾ ਉਹ ਇਹ ਕਹੇ ਵੀ ਮੈਂ ਇਹ ਕਹਿੰਦਾ ਮੇਰਾ ਮੰਨਣਾ ਇਹ ਆ। ਕੱਲ ਪਰਸੋਂ ਦੇ ਦੀਵਾਨ ਵਿੱਚ ਤਿੰਨ ਚਾਰ ਦਿਨ ਪਹਿਲਾਂ ਢੱਡਰੀਆਂ ਵਾਲਿਆਂ ਨੇ ਗੱਲ ਬੜੇ ਕਮਾਲ ਦੀ ਕਹੀ, ਉਹ ਕਹਿੰਦੇ ਭਈ ਜਿਹੜਾ ਇੱਕ ਆ ਗਿਆਨ ਲੈਣਾ, ਇੱਕ ਆ ਉਸ ਗਿਆਨ ਦਾ ਗੁਣ ਬਣਨਾ, ਠੀਕ, ਉਹ ਦੋ ਵੱਖਰੀਆਂ ਵੱਖਰੀਆਂ ਗੱਲਾਂ, ਠੀਕ ਆ। ਹੁਣ ਇੱਕ ਮਕੈਨਿਕ ਆ, ਇੱਕ ਮਕੈਨਿਕ ਆ, ਉਹਨੇ ਗਿਆਨ ਲੈ ਲਿਆ ਭਈ ਗੱਡੀ ਦਾ ਤੇਲ ਏਦਾਂ ਏਦਾਂ ਚੇਂਜ ਕਰਨਾ, ਠੀਕ ਹੈ, ਉਹਨੂੰ ਸਾਰਾ ਪਤਾ ਲੱਗ ਗਿਆ, ਉਹ ਤਾਂ ਹੋ ਗਿਆ ਗਿਆਨ ਉਹਦਾ। ਹੁਣ ਉਹਦੇ ਨਾਲ ਤੁਹਾਨੂੰ ਕੀ ਫਾਇਦਾ ਹੋਣਾ, ਜੇ ਤੁਹਾਡੀ ਗੱਡੀ ਉੱਥੇ ਲਿਜਾ ਕੇ ਵਰਕਸ਼ਾਪ ਚ ਖੜੀ ਕਰਕੇ ਉਹ ਜਿੰਨਾ ਗਿਆਨ ਲਿਆ ਆ ਸਾਰਾ ਗਿਆਨ ਤੁਹਾਨੂੰ ਸੁਣਾ ਦੇਵੇ ਉਹ ਦੋ ਤਿੰਨ ਵਾਰੀ, ਠੀਕ ਹੈ, ਫੇਰ ਕਹੇ ਮੈਂ ਰਿਪੀਟ ਕਰਦੇ ਹਾਂ ਇੱਕ ਵਾਰੀ, ਠੀਕ ਹੈ, ਤੁਹਾਨੂੰ ਇਹ ਕਹੇ ਵੀ ਸੀ ਡੀ ਵੀ ਲੈ ਜਾਓ ਮੇਰੇ ਕੋਲ, ਨਾਲ ਉਹ ਲਾਈਵ ਵੀ ਹੋ ਜਾਵੇ, ਠੀਕ ਹੈ, ਕੀ ਤੁਹਾਨੂੰ ਉਹਦਾ ਉਸ ਮਕੈਨਿਕ ਦੇ ਅਰਥ ਹੈਗੇ ਤੁਹਾਡੇ ਲਈ ਫਾਇਦਾ ਹੈ ਕੋਈ ਨਹੀਂ ਨਾ। ਤੁਸੀਂ ਜੇ ਤੁਸੀਂ ਸਿੱਖਣਾ ਫਿਰ ਤਾਂ ਗਿਆਨ ਵੀ ਤੁਸੀਂ ਲੈ ਲੈਣਾ, ਤੁਸੀਂ ਤਾਂ ਮਕੈਨਿਕ ਨੂੰ ਤਾਂ ਪੈਸੇ ਦਿੰਦੇ ਆ ਵੀ ਮੈਂ ਕੰਮ ਤੇ ਆ, ਤੂੰ ਮੈਨੂੰ ਦੱਸ ਗੱਡੀ ਦਾ ਤੇਲ ਚੇਂਜ ਕਰਨਾ, ਗੱਡੀ ਨੂੰ ਪੈਂਚਰ ਹੋਇਆ ਆ, ਗੱਡੀ ਦੇ ਇੰਜਨ ਦੀ ਪ੍ਰੋਬਲਮ ਆ ਗਈ, ਰੇਡੀਏਟਰ ਦੀ ਆ ਗਈ ਆ, ਪਲੱਗ ਚੇਂਜ ਕਰਨੇ ਆ, ਵੀ ਮੈਂ ਕਿੰਨੇ ਵਜੇ ਖੜੀ ਕਰਕੇ ਜਾਵਾਂ। ਬਿਲਕੁਲ, ਹੁਣ ਜਦੋਂ ਤੁਸੀਂ ਖੜੀ ਕਰਕੇ ਜਾਂਦੇ ਆ ਉਹ ਤੁਹਾਨੂੰ ਇਹ ਦੱਸੂਗਾ ਵੀ ਇਹਦੇ ਇਹਦੇ ਤੇਲ ਚੇਂਜ ਕਰਨ ਦੇ ਇੰਨੇ ਪੈਸੇ ਲੱਗਣੇ, ਰੇਡੀਏਟਰ ਦੇ ਇੰਨੇ ਲੱਗਣੇ, ਇੰਨਾ ਟਾਈਮ ਲੱਗਣਾ, ਠੀਕ ਹੈ, ਨਾ ਕਿ ਤੁਹਾਨੂੰ ਉਹ ਜਿਹੜਾ ਸਾਰਾ ਗਿਆਨ ਲਿਆ ਉਹ ਸੁਣਾਊਗਾ, ਹਨਾ। ਹੁਣ ਉਹ ਗਿਆਨ ਦਾ ਗੁਣ ਬਣਨਾ ਜਿਹੜਾ ਆ ਉਹ ਉਦੋਂ ਬਣਨਾ ਜਦੋਂ ਪ੍ਰੈਕਟੀਕਲੀ ਕਰਨ ਲੱਗ ਪਵੇ, ਬਿਲਕੁਲ, ਠੀਕ ਹੈ। ਹੁਣ ਉਹ ਚਾਹੇ ਉਹ ਭਾਰ ਘਟਾਉਣ ਦੀ ਗੱਲ ਆ, ਚਾਹੇ ਅੰਮ੍ਰਿਤ ਵੇਲੇ ਉੱਠਣ ਦੀ ਗੱਲ ਆ, ਇਹ ਗਿਆਨ ਲੈ ਲਿਆ ਵੀ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਹੁਣ ਉੱਠ ਕੇ ਤੁਸੀਂ ਉਹਦਾ ਰਿਜ਼ਲਟ ਦਿਖਾਉਣਾ ਹੈ ਵੀ ਕੀ ਆ। ਜਿਹੜੀਆਂ ਜੋਬ ਆਪਾਂ ਕਹਿੰਦੇ ਹਾਂ, ਜੋਬਾਂ ਅਪਲਾਈ ਕਰਦੇ ਹਾਂ, ਕਈ ਜੋਬਾਂ ਉਹ ਸਿੱਧਾ ਹੀ ਹੈ, ਕਹਿੰਦੇ ਨੇ ਗਿਆਨ ਇੰਨਾ ਹੋਣਾ ਚਾਹੀਦਾ, ਕੁਆਲੀਫਿਕੇਸ਼ਨ ਇੰਨੀ ਚਾਹੀਦੀ ਹੈ, ਕਈ ਜੋਬਾਂ 'ਚ ਕਹਿੰਦੇ ਨਹੀਂ ਗਿਆਨ ਨਹੀਂ ਸਾਨੂੰ ਚਾਹੀਦਾ, ਐਕਸਪੀਰੀਅੰਸ ਓਬਵੀਅਸਲੀ, ਕਿਉਂਕਿ ਐਕਸਪੀਰੀਅੰਸ ਕੰਮ ਕਰਕੇ ਵੀ ਸਿੱਖਿਆ ਜਾ ਸਕਦਾ, ਜ਼ਰੂਰੀ ਨਹੀਂ ਕੁਆਲੀਫਿਕੇਸ਼ਨ ਹੋਏ ਬੰਦੇ ਕੋਲ, ਪਰ ਬੇਸਿਕਲੀ ਉਹਨੇ ਕੰਮ ਕਰਕੇ ਉੱਥੇ ਤੱਕ ਪੁੱਜ ਗਿਆ, ਉਹਦੇ 'ਚ ਐਕਸਪੀਰੀਅੰਸ ਕਈ ਜਗ੍ਹਾ 'ਚ ਐਕਸਪੀਰੀਅੰਸ ਮੰਗਿਆ ਜਾਂਦਾ, ਕਈ ਜਗ੍ਹਾ 'ਚ ਕੁਆਲੀਫਿਕੇਸ਼ਨ, ਕਈ ਜਗ੍ਹਾ ਦੋਨੋਂ ਚੀਜ਼ਾਂ ਮੰਗੀਆਂ ਜਾਂਦੀਆਂ, ਉਹ ਚੀਜ਼ ਉਦਾਂ ਹੈਗਾ ਸੀ। ਹੁਣ ਉਹ ਗੱਲ ਜਾਣੀ ਉਹਨਾਂ ਨੇ ਬੜੀ ਵਧੀਆ ਕਹੀ ਆ, ਜਿਹੜੀ ਢੱਡਰੀਆਂ ਨੇ ਕਹੀ ਆ, ਹਨਾ, ਇਸ ਚੀਜ਼ ਨੂੰ ਅਸੀਂ ਆਪਣੇ 'ਤੇ ਲਾ ਕੇ ਦੇਖੀਏ ਜਾਣੀ, ਠੀਕ ਆ, ਜਦੋਂ ਅਸੀਂ ਕਰਦੇ ਹਾਂ ਸਾਰੇ, ਕਿਉਂਕਿ ਸਾਡਾ ਪ੍ਰਚਾਰਕ ਲਾਣਾ ਜਿਹੜਾ ਆ, ਹੁਣ ਜਿਹੜੀ ਗੁਰਬਾਣੀ ਦੀ ਗੱਲ ਕਰਦੇ ਸੀ ਅਸੀਂ ਵੀ ਗਿਆਨ ਕਥਾਕਾਰ ਨੇ ਲੈ ਲਿਆ ਬਾਣੀ ਪੜ੍ਹ ਕੇ, ਬਾਣੀ ਉਹ ਪੜ੍ਹੇ ਘਰ, ਰਾਈਟ, ਉਹਦਾ ਲਾਵੇ ਘੋਟਾ, ਰਾਈਟ, ਉਹਦਾ ਮੰਥਨ ਕਰੇ, ਬਿਲਕੁਲ, ਉਹਦਾ ਅਧਿਐਨ ਕਰਕੇ ਉਹਦੇ ਵਿੱਚੋਂ ਗੁਣ ਸਿੱਖੇ, ਸਟੇਜ ਤੇ ਆ ਕੇ ਫਿਰ ਸਾਨੂੰ ਉਹ ਦੱਸੇ, ਨਾ ਕਿ ਸਟੇਜ ਤੇ ਬੈਠ ਕੇ ਗੁਰਬਾਣੀ ਸੁਣਾਈ ਜਾਵੇ ਸਾਨੂੰ। ਹੁਣ ਦੁਕਾਨ ਤੇ ਆਪਾਂ ਜਾਈਦਾ ਜਦੋਂ, ਉਹ ਥੋੜੀ ਸਾਰਾ ਕੁਛ ਸਾਨੂੰ ਦੱਸਦੇ ਆ, ਇੱਦਾਂ ਆਹ ਪ੍ਰੋਡਕਟ ਆ, ਇੱਦਾਂ ਦਾ ਬਣਿਆ, ਉਹ ਮੈਂ ਤੁਹਾਨੂੰ ਸਾਰਾ ਕੁਛ ਕਰਨ ਨਾਲ, ਥਿਊਰੀ ਨਹੀਂ ਸੁਣਾਉਂਦੇ ਸਾਨੂੰ, ਸਿੱਟਾ ਪਿਆ ਸਾਹਮਣੇ ਉਹ ਲੈਣਾ, ਹੁਣ ਹਲਵਾਈ ਕੋ ਜਾਈਦਾ, ਬਿਲਕੁਲ, ਹਲਵਾਈ ਨੂੰ ਪੈਸੇ ਦੇਈਦੇ, ਹੁਣ ਟੀਚਰ ਆ ਜਿਹੜਾ, ਟੀਚਰ ਇਹ ਥੋੜੀ ਸਾਨੂੰ ਦੱਸਦਾ ਵੀ ਪੜ੍ਹ ਕੇ ਕੀ ਕੀ ਆ, ਕਿਤਾਬ ਵਿੱਚ ਕੀ ਕੀ ਲਿਖਿਆ, ਨਾ ਨਾ, ਉਹ ਫਾਰਮੂਲਾ ਸਮਝਾਉਂਦਾ ਬੱਚਿਆਂ, ਬਿਲਕੁਲ ਬਿਲਕੁਲ,
ਹੁਣ ਉਹ ਉਹ ਗੱਲ ਜਿਹੜੀ ਸੀਗੀ, ਗੱਲ ਇਹ ਸੀ ਕਿ ਗੁਰਬਾਣੀ ਨੂੰ ਤੁਸੀਂ ਅਧਿਐਨ ਕਰ ਲਓ, ਪੜ੍ਹ ਲਓ, ਪਰ ਸਾਨੂੰ ਤੁਸੀਂ ਉਹ ਸੁਣਾਓ ਜੋ ਉਹਦਾ ਰਿਜ਼ਲਟ ਆ, ਜਿਹੜਾ ਤੁਸੀਂ ਜਿਹੜਾ ਗਿਆਨ ਤੁਹਾਡਾ ਗੁਣ ਬਣਿਆ। ਠੀਕ ਹੈ ਜੀ, ਠੀਕ ਹੈ। ਤੇ ਹੁਣ ਇੱਦਾਂ ਸਾਰੀਆਂ ਜਿੰਨੀਆਂ ਵੀ ਚਾਹੇ ਇਤਿਹਾਸ ਦੀ ਗੱਲ ਆ, ਹਨਾ, ਉਹ ਉਹ ਜਦੋਂ ਆਪਣੇ ਬੂਟ ਨੇ ਗੱਲ ਵੀ ਬੜੇ ਉਹਦੇ ਨਾਲ ਵਿਸਥਾਰ ਨਾਲ ਕੀਤੀ ਆ, ਆਪਾਂ ਕਰਦੇ ਹਾਂ ਉਹਦੇ ਉੱਤੇ। ਠੀਕ ਹੈ, ਠੀਕ ਹੈ ਜੀ। ਤੇ ਇਹ ਗੱਲਾਂ ਲਈ ਅਸੀਂ ਬੇਨਤੀ ਕਰਦੇ ਹਾਂ ਜੀ, ਵੀ ਜਿਹੜਾ ਇਹ ਸਵਾਲ ਆ ਸਾਡਾ, ਇਹਦਾ ਜ਼ਰੂਰ ਸਾਨੂੰ ਜਵਾਬ ਦਿਓ। ਫਿਰ ਜਦੋਂ ਲਿਪੀ ਦੂਜੇ ਪਾਤਸ਼ਾਹ ਨੇ ਲਿਖੀ ਆ, ਤਾਂ ਉਹ ਤੋਂ ਪਹਿਲੀਆਂ ਰਚਨਾਵਾਂ ਜਿਹੜੀਆਂ ਦੂਜੇ ਪਾਤਸ਼ਾਹ ਤੋਂ ਭਗਤਾਂ ਦੀਆਂ ਵੀ ਤੇ ਗੁਰੂ ਨਾਨਕ ਦੇਵ ਜੀ ਦੀਆਂ, ਉਹ ਕਿਹੜੀ ਭਾਸ਼ਾ ਕਿਹੜੀ ਲਿਪੀ ਵਿੱਚ ਸੀਗੀਆਂ, ਕਿਹਨੇ ਚੇਂਜ ਕੀਤਾ ਆ। ਜੇ ਗੁਰੂ ਗ੍ਰੰਥ ਸਾਹਿਬ ਦੀ ਲਿਪੀ ਉਹਦੀ ਰਚਨਾ ਨੂੰ ਚੇਂਜ ਕਰਨੇ ਵਾਲਾ, ਉਹ ਤੇ ਆਪ ਲੇਖਕ ਦੀ ਮੋਹਰ ਆਪਣੀ ਨਹੀਂ ਲਾ ਰਿਹਾ, ਤੇ ਗੁਰੂ ਗੋਬਿੰਦ ਸਿੰਘ ਨੂੰ ਕੀ ਹੱਕ ਸੀ। ਠੀਕ ਹੈ, ਇਹਦੇ ਚ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਲਿਪੀ ਤਾਂ ਮੈਨੂੰ ਲੱਗਦਾ ਉਹੀ ਜਿਹੜੀ ਉਹਨਾਂ ਨੇ ਜੋ ਵੀ ਸੀਗਾ ਉਸ ਟਾਈਮ ਦੀ ਉਹ ਹੋਊਗੀ ਯੂਜ਼ ਕੀਤੀ ਹੈ ਉਹਨਾਂ ਨੇ, ਜਿਹੜੀ ਤੁਸੀਂ ਹੁਣ ਪੰਕਤੀ ਵੀ ਬੋਲੀ ਹੈ ਕਰਕੇ ਜੋਏ ਭਗਤ ਕਬੀਰ ਜੀ ਦੀ ਕਰਕੇ ਜੋਏ ਗਵਾਈ ਥੀ, ਇਹਨਾਂ ਨੇ ਜਦੋਂ ਲਿਪੀ ਆਈ ਹੈ ਇੱਦਾਂ, ਹੈ ਨਾ, ਲਿਪੀ ਲਿਪੀ ਜ਼ਰੂਰ ਬਣਾਈ, ਜਿੱਦਾਂ ਆਪਾਂ ਪੰਜਾਬੀ ਇੰਗਲਿਸ਼ ਦੇ ਅਲਫਾਬੈਟ 'ਚ ਵੀ ਲਿਖ ਦਿੰਦੇ ਹਾਂ, ਉੱਦਾਂ ਹੀ ਆ ਲਿਪੀ ਤਾਂ ਉੱਦਾਂ ਹੈਗੀ ਹੈ, ਪਰ ਪੰਜਾਬੀ ਉਹਨਾਂ ਨੇ ਲਿਖੀ ਹੈ ਕਿੱਦਾਂ? ਨਹੀਂ ਨਹੀਂ ਕਿੱਦਾਂ ਖੋਲ੍ਹ ਕੇ ਕਹੋ, ਮਤਲਬ ਉਹੀ ਚੱਲਦੀ ਹੈ ਲੈਂਗੁਏਜ, ਉਹੀ ਹੈ ਸਾਰੀ, ਉਹੀ ਚੱਲ ਰਿਹਾ ਪਿੱਛੋਂ, ਪਰ ਉਹਨਾਂ ਜਿਹੜੇ ਆਪਣੇ ਅਲਫਾਬੈਟ ਨੇ ਆਪਣੇ 'ਚ ਲਿਖਿਆ ਨਾ, ਕਿਉਂਕਿ ਉਹਦੇ 'ਚ ਆਪਾਂ ਜਿੱਦਾਂ ਕਹਿੰਦੇ ਸੰਸਕ੍ਰਿਤ 'ਚ ਵੀ ਬਾਣੀ ਲਿਖੀ ਹੈ, ਪੰਜਾਬੀ ਸਾਰੀ ਪੰਜਾਬੀ ਥੋੜ੍ਹੀ ਹੈ, ਚੇਂਜ ਕਰ ਦਿੱਤੀ ਅਗਲੇ ਨੇ। ਹਾਂਜੀ ਹਾਂ, ਠੀਕ ਹੈ, ਪਰ ਉਹ ਤੇ ਲੇਖਕ ਦਾ ਨਾਂ ਥੋੜ੍ਹੀ ਬਦਲ ਗਿਆ। ਨਹੀਂ ਨਹੀਂ, ਹਾਂ ਉਹ ਤਾਂ ਬਿਲਕੁਲ ਉਹ ਤਾਂ ਹੈਗਾ ਹੀ, ਉਹ ਤਾਂ ਗੱਲ ਉੱਥੇ ਰਹਿਣੀ ਆ, ਬਾਕੀ ਇਹ ਜਿਹੜੀ ਇਹ ਗੱਲ ਕਰਦਾ ਸੀ ਉਹ ਹੁਣ ਉਹ ਗੁਰੂ ਗੋਬਿੰਦ ਸਿੰਘ ਨੂੰ ਇਹ ਹੱਕ ਕਿ ਨਹੀਂ ਦਿੰਦੇ? ਨਹੀਂ ਨਹੀਂ ਹੈਗਾ ਨਹੀਂ, ਉਹ ਤਾਂ ਇਹਨਾਂ ਨੇ ਦੁਕਾਨ ਚਲਾਣੀ ਸੀ ਆਪਣੀ, ਉਹ 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 ਉਹਦੇ ਬਾਰੇ ਜਿਹੜਾ ਜਵਾਬ ਆ ਉਹ ਜ਼ਰੂਰ ਦੱਸਣਾ। ਠੀਕ ਹੈ, ਠੀਕ। ਤੇ ਦੂਜੀ ਗੱਲ ਹੈਗੀ ਆ ਜੀ, ਜਿਹੜਾ ਕ੍ਰਾਈਸਟਚਰਚ ਘਟਨਾ ਹੋਈ ਆ, ਜਿਹਨਾਂ ਨੂੰ ਪਤਾ ਆ ਖਬਰਾਂ ਦੇ ਵਿੱਚ, ਬਹੁਤ ਸਾਰੇ ਨਿਊਜ਼ੀਲੈਂਡ ਦੇ ਵਿੱਚ ਅਸੀਂ ਵੀ ਸੀਗੇ, ਭਈ ਇੱਥੇ ਕਿਉਂਕਿ ਆਮ ਕੰਮਾਂ ਕਾਰਾਂ ਦੇ ਵਿੱਚ ਹੋਈਦਾ ਆ, ਉਹ ਉਨੇ ਟਾਈਮ ਦੇ ਉੱਤੇ ਤੁਸੀਂ ਜਿਹੜਾ ਕੰਮ 'ਤੇ ਬੰਦਾ ਉਹ ਖਬਰ ਨੂੰ ਨਹੀਂ, ਟੀਵੀ ਨਹੀਂ, ਰੇਡੀਓ ਨਹੀਂ ਸੁਣ ਰਿਹਾ, ਹੈ ਨਾ, ਅਤੇ ਹੁਣ ਹੋ ਸਕਦਾ ਦੂਜੇ ਮੁਲਕ ਦੇ ਵਿੱਚ ਕਿਸੇ ਬੰਦੇ ਦਾ ਜਿਹੜਾ ਟਾਈਮ ਆ ਡਿਨਰ ਦਾ ਟਾਈਮ ਆ, ਹੈ ਨਾ, ਵੀ ਉਹ ਬੈਠਾ ਉਹ ਘਰੇ ਬੈਠਾ ਟੀਵੀ ਦੇਖ ਰਿਹਾ ਹੈ, ਖਬਰ ਜਿਹੜੀ ਆ ਉਸ ਵੇਲੇ ਇੱਕਦਮ ਗਈ ਆ ਸਾਰੀ, ਬਹੁਤ ਸਾਰੇ ਬੰਦਿਆਂ ਨੂੰ ਬਾਹਰੋਂ ਪਤਾ ਲੱਗਾ ਨਿਊਜ਼ੀਲੈਂਡ ਵਿੱਚ ਇਹ ਘਟਨਾ ਵਾਪਰੀ। ਠੀਕ ਹੈ ਜੀ, ਵੀ ਆਸਟ੍ਰੇਲੀਆ ਦਾ ਮੂਲ ਦਾ ਉਹ ਵਿਅਕਤੀ ਆ, ਤੇ ਨਾਲ ਉਹਦੇ ਹੋਰ ਗਰੁੱਪ ਆ ਉਹਨਾਂ ਦਾ, ਕਈ ਗੱਲਾਂ ਹੌਲੀ ਹੌਲੀ ਖਬਰਾਂ ਦੇ ਵਿੱਚ ਜਿੱਦਾਂ ਜਿੱਦਾਂ ਜਾਈ ਜਾਣਾ, ਤਾਂ ਸਾਨੂੰ ਉਹਦੀ ਕੋਈ ਘਾਟ ਨਹੀਂ ਉਹਨਾਂ ਖਬਰਾਂ ਦੀ। ਗੱਲ ਇਹ ਆ ਵੀ ਜਿਹੜੇ ਬੰਦੇ ਇੱਥੇ ਸਾਡੇ ਨਿਊਜ਼ੀਲੈਂਡ ਦੇ ਵਿੱਚ ਹੈਗੇ ਨੇੜੇ ਤੇੜੇ, ਉਹਨਾਂ ਨੂੰ ਆਪ ਥੋੜ੍ਹਾ ਜਿਹਾ ਠੰਮੇ ਦੇ ਨਾਲ, ਧੀਰਜ ਦੇ ਨਾਲ, ਪੈਨਿਕ ਹੋਣ ਦੀ ਲੋੜ ਨਹੀਂ ਹੈਗੀ, ਵੀ ਇਹਨੂੰ ਗੰਭੀਰਤਾ ਦੇ ਨਾਲ ਵਿਚਾਰ ਕੇ। ਠੀਕ ਹੈ, ਕੱਲ ਇੱਦਾਂ ਨਹੀਂ ਹੈਗਾ ਵੀ ਨਿਊਜ਼ੀਲੈਂਡ ਦਾ ਕੰਮ ਨਹੀਂ ਰੁਕਣ ਲੱਗਾ, ਕਿਸੇ ਵੀ ਕੰਟਰੀ ਦਾ ਰੁਕਦਾ ਨਹੀਂ ਹੁੰਦਾ। ਠੀਕ ਹੈ, ਅਮਰੀਕਾ ਦੇ ਵਿੱਚ ਐਡਾ ਵੱਡਾ ਅਟੈਕ ਹੋਇਆ ਸੀ, ਠੀਕ ਹੈ, ਅਫਗਾਨਿਸਤਾਨ ਤੇ ਉਦੋਂ ਜਦੋਂ ਹੋਇਆ, ਇਰਾਕ ਦੇ ਉੱਤੇ ਹੋਇਆ, ਪਹਿਲਾਂ ਹੁੰਦਾ ਹੀ ਆਇਆ, ਤੇ ਉਹ ਵੀ ਧਿਰ ਜਿਹੜੀ ਆ, ਉਹ ਵੀ ਜਿਹਨਾਂ ਦੀ ਹੁਣ ਮਸਜਿਦ ਦੇ ਵਿੱਚ ਕੁਛ ਹੋਇਆ, ਉਹ ਧਿਰ ਦੇ ਵੱਲੋਂ ਵੀ ਪਹਿਲਾਂ ਇੱਦਾਂ ਦੇ ਕਾਰਨਾਮੇ ਹੁੰਦੇ ਹੀ ਆਏ ਆ। ਠੀਕ ਹੈ, ਠੀਕ ਹੈ, ਇੰਗਲੈਂਡ, ਫਰਾਂਸ, ਸਾਰੇ ਮੁਲਕਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ, ਬੈਲਜੀਅਮ ਵਗੈਰਾ, ਤੇ ਉਹਦੇ ਨਾਲ ਜੀਵਨ ਜਿਹੜਾ ਜਨ ਜੀਵਨ ਆ ਉਹ ਰੁਕ ਨਹੀਂ ਜਾਂਦਾ ਹੁੰਦਾ, ਪਰ ਸਾਨੂੰ ਥੋੜ੍ਹਾ ਜਿਹਾ ਧੀਰਜ ਤੋਂ ਕੰਮ ਲੈਣ ਦੀ, ਸ਼ਾਂਤ ਰਹਿ ਕੇ ਕਰਨ ਦੀ ਲੋੜ ਆ। ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਨੂੰ ਚਾਹੀਦਾ ਆ ਵੀ ਸਹੀ ਇਨਫੋਰਮੇਸ਼ਨ ਜਿਹੜੀ ਆ ਉਹ ਦੱਸਣ, ਸਾਡੇ ਆਗੂ ਉਲਾਰੂ ਹੋ ਕੇ ਸਿੱਖਾਂ ਦੇ ਵਿੱਚ ਖਾਸ ਕਰਕੇ, ਇਹ ਸਾਡੀ ਬਹੁਤ ਵੱਡੀ ਬਦਕਿਸਮਤੀ ਕਹਿ ਲਓ ਵੀ ਸਾਡੇ ਬੰਦੇ ਜਿਹੜੀ ਸਿਚੁਏਸ਼ਨ ਵਿੱਚ ਹੁੰਦੇ ਆ ਨਾ, ਉੱਥੇ ਹੀ ਆਪਣੇ ਆਪ ਨੂੰ ਉੱਦਾਂ ਦਾ ਬਣਾ ਕੇ ਪੇਸ਼ ਕਰਦੇ ਆ, ਉਹ ਜਿਹੜੇ ਸਮੁੱਚਤਾ ਹੈ ਜਿਹੜੀ ਉਹਨੂੰ ਭੁੱਲ ਜਾਂਦੇ ਆ। ਠੀਕ ਹੈ, ਹੁਣ ਤੁਸੀਂ ਜਗਮੀਤ ਜਿਹੜਾ ਕੈਨੇਡਾ ਦੇ ਵਿੱਚ, ਉਹਨਾਂ ਬੰਦਿਆਂ ਨੂੰ ਦੇਖ ਲਓ, ਉੱਥੇ ਹੰਸਰਾ ਆ, ਸੁਖਮਿੰਦਰ ਹੰਸਰਾ,
ਉਹਨੂੰ ਦੇਖ ਲਓ, ਇੰਗਲੈਂਡ ਦੇ ਵਿੱਚ ਬੰਦੇ ਬੈਠੇ ਆ, ਜਾਗੋ ਵਾਲੇ ਆ, ਜਿੰਨੇ ਵੀ ਖਾਲਿਸਤਾਨ ਦੀਆਂ ਗੱਲਾਂ ਕਰਦੇ ਆ, ਹਨਾ, ਇਹਨਾਂ ਨੂੰ ਇਹ ਪੁੱਛੋ ਕਿ ਜਦੋਂ ਤੁਸੀਂ ਮੁਲਕ ਲੈਣ ਦੀ ਗੱਲ ਕਰਦੇ ਆ ਵੱਖਰੀ, ਇੱਕ ਸੰਘਰਸ਼, ਮੈਂ ਉਹ ਤੋਂ ਆਪਾਂ ਦੂਜੀ ਗੱਲ ਦਾ ਮੁੜ ਕੇ ਆਉਂਦੇ ਹਾਂ ਵਿੱਚ ਗੱਲ ਆ ਗਈ ਤਾਂ ਮੈਂ ਗੱਲ ਬਦਲਣ ਲੱਗਾ ਥੋੜ੍ਹੀ ਜਿਹੀ, ਠੀਕ ਹੈ, ਵੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ, ਤੁਸੀਂ ਖਾਲਿਸਤਾਨ ਲੈਣਾ ਸੀ ਪੰਜਾਬ ਵਿੱਚ, ਹਨਾ, ਤੁਸੀਂ ਆਪਣੇ ਆਪ ਨੂੰ ਭਿੰਡਰਾਂ ਵਾਲੇ ਦੇ, ਟਕਸਾਲ ਦੇ, ਖਾੜਕੂਆਂ ਦੇ, ਸੰਘਰਸ਼ ਦੇ ਹਮਾਇਤੀ ਵੀ ਦੱਸਦੇ ਆ, ਤੁਸੀਂ ਇਹ ਨਹੀਂ ਅੱਜ ਤੇ ਦੱਸ ਰਹੇ ਵੀ ਤੁਹਾਨੂੰ ਸਰਕਾਰ ਨੇ ਬਾਹਰ ਜਾਣ ਦੇ ਵੀਜ਼ੇ ਕਿੱਦਾਂ ਦੇ ਦਿੱਤੇ, ਹਨਾ। ਦੂਜੀ ਗੱਲ ਵੀ ਬਾਹਰਲੇ ਮੁਲਕਾਂ ਚ ਆ ਕੇ ਤੁਸੀਂ ਤਾਂ ਖਾਲਿਸਤਾਨ ਬਣਾ ਰਹੇ, ਸੰਘਰਸ਼ ਲੜ ਰਹੇ ਆ, ਤੁਸੀਂ ਤਾਂ ਆਜ਼ਾਦੀ ਦੀ ਲੜਾਈ ਲੜ ਰਹੇ ਆ, ਤੁਹਾਡੀਆਂ ਮਿਲੀਅਨਾਂ ਦੀਆਂ ਪ੍ਰੋਪਰਟੀਆਂ ਕਿੱਦਾਂ ਬਣ ਗਈਆਂ, ਬਿਲਕੁਲ, ਹੰਸਰੇ ਵਰਗਿਆਂ ਦੇ ਆਪਣੇ ਪਲਾਜ਼ੇ ਆ ਉੱਥੇ, ਹੁਣ ਕੋਈ ਬੰਦਾ ਬਿਲਡਰ ਆ, ਕਿਸੇ ਦੇ 50 ਟਰੱਕ ਚੱਲਦੇ ਆ, ਕਿਸੇ ਦਾ 100 ਪੈਟਰੋਲ ਪੰਪ ਆ, ਹਨਾ, ਵੀ 10-10, 20-20 ਫ੍ਰੀ ਘਰ ਆ ਇਹਨਾਂ ਦੇ ਕੋਲ, ਕੋਈ ਬਿਲਡਰ ਦਾ ਕੰਮ ਕਰਦਾ, ਕੋਈ ਡਿਵੈਲਪਰ ਦਾ ਕਰਦਾ, ਉਹ ਪ੍ਰੋਪਰਟੀਆਂ ਕਿੱਦਾਂ ਬਣ ਗਈਆਂ ਤੁਹਾਡੀਆਂ, ਤੁਸੀਂ ਤਾਂ ਸੰਘਰਸ਼ ਲੜ ਰਹੇ ਆ, ਸੰਘਰਸ਼ ਵਾਲੇ ਬੰਦੇ ਜਿਹੜੇ ਹੁੰਦੇ ਆ ਉਹਨੇ ਤਾਂ ਘਰ ਪੱਟੇ ਜਾਂਦੇ, ਠੀਕ, ਉਹਨਾਂ ਕੋਲ ਟਾਈਮ ਥੋੜੀ ਹੁੰਦਾ ਉਹਨਾਂ ਦੇ, ਉਹ ਤਾਂ ਘਰ ਉਹਨਾਂ ਦੇ ਉੱਜੜ ਜਾਂਦੇ, ਲੋਕਾਂ ਨੂੰ ਚਾਹਾਂ ਪਲਾਉਂਦਿਆਂ ਤੇ ਆਪਦਕ ਚੰਦ ਕਿੱਦਾਂ ਰਹਿੰਦੀ ਘਰਾਂ ਦੇ ਵਿੱਚ, ਹਨਾ, ਵੀ ਤੁਸੀਂ ਲੋਕਾਂ ਦਾ ਜਿਹੜਾ ਹਰੇਕ ਗੱਲ ਦੇ ਉੱਤੇ ਉੱਲੂ ਬਣਾਉਂਦੇ ਆ। ਪਿਛਲੀ ਵਾਰ ਵੀ ਬਲਜਿੰਦਰ ਸਿੰਘ ਹੋਰਾਂ ਨੇ ਗੱਲ ਕੀਤੀ ਸੀ, ਜਿਹੜੇ ਆਪਣਾ ਇੱਥੇ ਬ੍ਰਹਮ ਗਿਆਨੀ ਬੰਦਾ, ਉਹਦੀ ਗੱਲ ਜਦੋਂ ਅਸੀਂ ਨਵੇਂ ਨਵੇਂ ਆਏ ਸਾਨੂੰ ਆਹੀ ਸੁਣਨ ਨੂੰ ਮਿਲਦੀ ਸੀ ਕਿ ਉਹ ਬੰਦਾ ਸਿਰਫ 4 ਦਿਨ ਕੰਮ ਕਰਦਾ ਆ, ਬਾਕੀ 3 ਦਿਨ ਪੂਰਾ ਕੀਰਤਨ ਚੱਲਦਾ ਆ। ਮਤਲਬ ਬੜੀ ਦੇਰ ਬਾਅਦ 3-4 ਸਾਲ ਬਾਅਦ ਜਦੋਂ ਅਸੀਂ ਥੋੜੇ ਪੁਰਾਣੇ ਹੋ ਗਏ, ਫਿਰ ਪਤਾ ਲੱਗਿਆ ਕਿ ਨਹੀਂ, ਉਹਦਾ ਆਪਣਾ 24 ਘੰਟੇ ਕੰਮ ਚੱਲ ਰਿਹਾ। ਬੰਦਿਆਂ ਨੂੰ ਇਹ ਕਿਹਾ ਜਾ ਰਿਹਾ ਕਿ ਨਹੀਂ ਮੈਂ 4 ਦਿਨ ਕੰਮ ਕਰਦਾ, ਮੈਂ ਇੱਥੇ ਬੈਠਾ, ਪਰ ਉੱਧਰ ਕੰਮ ਚੱਲਦਾ, ਟਰੱਕ ਚੱਲ ਰਿਹਾ, ਚੱਕ ਟਰੱਕ ਚੱਲ ਰਿਹਾ ਨਾ, ਡਰਾਈਵਰ ਹੈਗੇ ਆ, 24/7, 365 days 24 ਘੰਟੇ ਚੱਲ ਰਿਹਾ ਟਰੱਕ, ਕਿਉਂਕਿ ਕੰਪਨੀ ਆ ਉਹ ਬੰਦ ਨਹੀਂ ਹੁੰਦੀ, ਉਹ 365 days 24 ਘੰਟੇ ਚੱਲਦੀ ਹੈ ਕੰਪਨੀ, ਤੇ ਪਰ ਆਪਣਾ ਹੈਗਾ, ਲੋਕਾਂ ਨੂੰ ਕਿਹਾ ਜਾ ਰਿਹਾ 4 ਦਿਨ ਸਾਹਮਣੇ, ਲੋਕਾਂ ਨੂੰ ਇਹ ਕਿਹਾ ਜਾ ਰਿਹਾ ਤੁਹਾਡੇ ਕਾਰਜ ਗੁਰੂ ਮਹਾਰਾਜ ਨੇ ਕਰ ਦੇਣੇ, ਸਿਮਰਨ ਕਰੋ, ਨਾਮ ਜਪੋ, ਅੰਮ੍ਰਿਤ ਛਕ ਲਓ, ਗੁਰੂ ਮਹਾਰਾਜ ਆਪੇ ਕਰਨਗੇ। ਉਹਨੂੰ ਕਹੇ ਵੀ ਤੂੰ ਟਰੱਕ ਖੜਾ ਕਰਦੇ ਆ, ਕਰਦੇ ਨਹੀਂ, ਉੱਦਾਂ ਨੀ, ਫਿਰ ਨੀ, ਫਿਰ ਆਪਣਾ ਨੀ, ਉਹ ਤਾਂ ਜੀ ਤੁਸੀਂ ਸਾਰਿਆਂ ਦੇ ਲਈ ਜਾਣੀ। ਹੁਣ ਜਿਹੜੀ ਹੁਣ ਗੱਲ ਆ ਵੀ ਜਦੋਂ ਆਪ ਅਸੀਂ ਸਾਡੀ ਕੌਮ ਦੀ ਮੈਂ ਗੱਲ ਕਰਨ ਲੱਗਾ ਸੀ, ਸਾਡੇ ਆਗੂ ਕੀ ਕਰਦੇ ਆ ਜਿਹੜੀ ਸਿਚੁਏਸ਼ਨ ਚ ਹੁੰਦੇ ਆ। ਹੁਣ ਜਦੋਂ ਤਾਂ ਕੈਨੇਡਾ ਅਮਰੀਕਾ ਤੁਸੀਂ ਦੇਖ ਲਓ ਨਗਰ ਕੀਰਤਨ ਕੱਢਣਾ ਜੂਨ ਦਾ, ਉਦੋਂ ਤਾਂ ਤੁਸੀਂ ਉਹਨਾਂ ਖਾੜਕੂਆਂ ਦੀਆਂ ਜਿਹਨਾਂ ਨੂੰ ਦੁਨੀਆ ਅੱਤਵਾਦੀ ਕਹਿੰਦੀ ਆ, ਕਿਉਂਕਿ ਡੈਮੋਕ੍ਰੇਸੀ ਵਿੱਚ ਤੁਸੀਂ ਕਦੇ ਵੀ ਜਸਟੀਫਾਈ ਨਹੀਂ ਕਰ ਸਕਦੇ ਵੀ ਜਿਹੜੀ ਹਥਿਆਰ ਚੱਕ ਕੇ ਲੜਾਈ ਲੜੀ ਜਾ ਰਹੀ ਆ ਉਹ ਧਰਮ ਦੀ ਲੜਾਈ ਆ, ਠੀਕ ਹੈ। ਉਹ ਗੱਲ ਅੱਜ ਤੋਂ 200-300-400 ਸਾਲ ਪਹਿਲਾਂ ਦੀ ਹੋ ਸਕਦੀ ਆ, ਹਨਾ। ਤੁਸੀਂ ਉੱਥੇ ਤਾਂ ਉਸ ਵੇਲੇ ਆਪਣੇ ਆਪ ਨੂੰ ਇੱਦਾਂ ਖੱਬੀ ਖਾਨ ਬਣਾ ਕੇ ਪੇਸ਼ ਕਰਦੇ ਆ ਵੀ June 84 ਸਰਕਾਰ ਦੇ ਨਾਲ ਸਿੱਖਾਂ ਦੀ ਲੜਾਈ ਹੋਈ ਆ, ਸਰਕਾਰ ਨੇ ਸਾਡਾ ਦਰਬਾਰ ਸਾਹਿਬ ਢਾਇਆ, ਆ ਕੇ ਜਿਹੜੇ ਸਿੱਖ ਮਾਰੇ ਆ ਉੱਥੇ, ਤੇ ਅਸੀਂ ਉਹਨਾਂ ਦੇ ਨਾਲ ਆ ਜਿਨ੍ਹਾਂ ਨੇ ਉਸ ਜ਼ਾਲਮ ਸਰਕਾਰ ਨਾਲ ਹਥਿਆਰ ਚੱਕ ਕੇ ਅੱਡਾ ਲਿਆ, ਠੀਕ ਹੈ। ਜਦੋਂ ਤੁਸੀਂ ਜਗਮੀਤ ਵਰਗਿਆਂ ਨੇ ਪਾਰਲੀਮੈਂਟ ਜਾਣਾ ਆ, ਉੱਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਵਿਚਾਰਗੀ ਦੇ ਵਿੱਚ ਲੈ ਜਾਂਦੇ ਆ, ਵਿਚਾਰਾ ਬਣਾ ਕੇ ਪੇਸ਼ ਕਰਦੇ ਆ ਵੀ ਉਹ ਸਰਕਾਰ ਨੇ ਤਸ਼ੱਦਦ ਕੀਤਾ ਜੀ, ਸਾਡੇ ਤੇ ਅਤਿਆਚਾਰ ਕੀਤਾ, ਜੈਨੋਸਾਈਡ ਕੀਤਾ, ਸਾਡਾ ਇੱਕ ਪਲੈਨ ਸੀ ਉਹਨਾਂ ਦੀ, ਹਨਾ। ਹੁਣ ਜੇ ਜੇ ਸਰਕਾਰ ਦੀ ਇਹ ਪਲੈਨ ਸੀ ਫਿਰ ਤੁਸੀਂ ਹਥਿਆਰ ਚੱਕ ਕੇ ਲੜਾਈ ਕਿਉਂ ਲੜੀ? ਬਿਲਕੁਲ, ਸਾਨੂੰ ਕੋਈ ਸਵਾਲ ਪੁੱਛ ਸਕਦਾ? ਸਾਨੂੰ ਇਹ ਜਾਇਜ਼ ਅਸੀਂ ਕਿੱਦਾਂ ਦਾਅਵਾ ਕਰ ਸਕਦੇ ਹਾਂ? ਹੁਣ ਟਾਕਾ ਨੀਨੀ ਗੁਰਦੁਆਰੇ ਤੁਸੀਂ ਜਾ ਕੇ ਦੇਖੋ, ਅੰਦਰੋਂ ਸਾਰੇ ਖੜਕੋ ਦੀਆਂ ਫੋਟੋ ਲੱਗੀਆਂ, ਠੀਕ ਹੈ, ਹਨਾ। ਹੁਣ ਉੱਦਾਂ ਦਾ ਹੀ ਕਾਰਨਾਮਾ, ਉੱਦਾਂ ਦੀ ਕਾਰਵਾਈ ਕ੍ਰਾਈਸਟ ਚਰਚ ਦੇ ਵਿੱਚ ਉਹ ਬੰਦੇ ਨੇ ਕੀਤੀ ਹੈ, ਉਹਦੇ ਲਈ ਤਾਂ ਧਰਮ ਦਾ ਕਾਰਜ ਆ ਨਾ, ਚਾਹੇ ਉਹ ਦੇਸ਼ ਲਈ ਹੋਇਆ ਚਾਹੇ ਕਿਸੇ ਲਈ ਹੋਇਆ। ਹੁਣ ਭਗਤ ਸਿੰਘ ਹੁਣੀ ਆ ਉਹ ਦੇਸ਼ ਦੇ ਲਈ ਲੜੇ ਆ ਤੇ ਲੋਕ ਉਹਨਾਂ ਨੂੰ ਸ਼ਹੀਦਾਂ ਵਾਂਗੇ ਗੁਰੂਆਂ ਵਾਂਗੇ ਪੂਜਦੀ ਆ ਨਾ। ਹੁਣ ਕਾਮਰੇਡ ਜਿਹੜੇ ਆ ਉਹਨਾਂ ਦਾ ਤਰਕ ਆ ਇਹ,
ਉਹ ਕਹਿੰਦੇ ਵੀ ਗੁਰੂਆਂ ਨੂੰ ਕਹਿੰਦੇ ਕਰੀ ਜਾਂਦੇ, ਉਹ ਤਾਂ ਇੱਕ ਧਰਮ ਦੇ ਲਈ ਹੋਏ ਆ, ਇਹ ਬੰਦਿਆਂ ਨੇ ਦੇਸ਼ ਦੇ ਲਈ ਐਡੇ ਵੱਡੇ ਕਾਰਜ ਦੇ ਲਈ ਕੀਤੀ, ਇਹ ਮਹਾਨ ਹੈ ਆਪਦੇ ਨਾਲ, ਆਪਣੇ ਗਰੁੱਪ ਲਈ ਤਾਂ ਉਹ ਵੀ ਮਹਾਨ ਹੀ ਆ, ਹਰੇਕ ਲਈ ਆ, ਤੇ ਜਿਸ ਬੰਦੇ ਨੇ ਕੰਮ ਕੀਤਾ ਉਹਨਾਂ ਲਈ ਤਾਂ ਉਹ ਵੀ ਮਹਾਨ ਹੀ ਆ ਨਾ। ਹੁਣ ਜਦੋਂ ਤੁਹਾਡੇ ਬੰਦੇ ਬੱਸ ਚੋਂ ਲਾਹ ਕੇ 50 ਬੰਦੇ ਮਾਰ, ਹੁਣ ਸਾਡੇ ਬੰਦੇ ਫਿਰ ਇਹ ਸਫਾਈ ਦੇਣ ਲੱਗੇ, ਕਹਿੰਦੇ ਨਹੀਂ ਜੀ ਨਹੀਂ ਉਹ ਏਜੰਸੀਆਂ ਨੇ ਕਤਲ ਕਰਾਏ। ਫਿਰ ਜਦੋਂ ਇਹਨਾਂ ਨੂੰ ਕਹੀਦਾ ਵੀ ਤੁਸੀਂ ਇਸ ਸੰਘਰਸ਼ ਦੇ ਆਲੇ ਜਿਹੜੇ ਲੋਕ ਆ, ਟਕਸਾਲ ਆ, ਉਹ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਕਤਲ ਕੀਤੇ ਆ ਉਹਨਾਂ ਦੀ ਲਿਸਟ ਜਾਰੀ ਕਰ ਦੇਣ, ਇਹ ਅਸੀਂ ਕੀਤੇ ਬਸ, ਠੀਕ ਹੈ ਠੀਕ ਹੈ। ਫਿਰ ਪਤਾ ਲੱਗ ਜਾ, ਫਿਰ ਤੁਸੀਂ ਇਹ ਕਿੱਦਾਂ ਕਹੀ ਜਾਂਦੇ ਲਾਭ ਸਿੰਘ ਦੇ ਸਰ 51 ਕਤਲ ਸੀਗੇ, 84 ਤੋਂ ਪਹਿਲਾਂ ਉਹਨਾਂ 51 ਮਾਰੇ ਆ, ਉਹ ਤਾਂ ਤੁਸੀਂ ਠੀਕ ਆ, ਤੁਸੀਂ ਕਹੋਗੇ ਲਾਲਾ ਜਗਤ ਨੇ ਲੈਣੇ ਆ, ਅਟਵਾਲ ਆ, ਅਟਵਾਲ ਦੀ ਜ਼ਿੰਮੇਵਾਰੀ ਤਾਂ ਕੋਈ ਵੀ ਨਹੀਂ ਲੈ ਰਿਹਾ, ਉਹ ਤਾਂ ਇਹ ਤਾਂ ਇਹ ਕਹਿ ਰਹੇ ਆ ਵੀ ਦਰਬਾਰ ਸਾਹਿਬ ਦੇ ਅੰਦਰ ਏਜੰਸੀਆਂ ਨੇ, ਸਰਕਾਰੀ ਏਜੰਸੀਆਂ ਨੇ ਮਾਰਿਆ ਉਹਨੂੰ, ਆਪਣਾ ਝਗੜਾ ਸੀ ਉਹਦਾ ਕੋਈ ਫੈਮਿਲੀ ਦਾ, ਉਹਨਾਂ ਨੇ ਮਾਰਿਆ ਇਸ ਕਰਕੇ ਵੀ ਸਾਨੂੰ ਬਦਨਾਮ ਕੀਤਾ ਜਾਵੇ, ਠੀਕ ਹੈ, ਤੇ ਅਸੀਂ ਤਾਂ ਅਸੀਂ ਹੱਥ ਨਹੀਂ ਲਾਇਆ ਲਾਸ਼ ਨੂੰ, ਇਹਨਾਂ ਦਾ ਝਗੜਾ ਆਪੇ ਕਰ ਲੈਣ, ਤੇ ਪੁਲਿਸ ਅੰਦਰ ਗਈ ਨੀ, ਜਾਣ ਕੇ ਉਹ ਚਾਹੁੰਦੀ ਸੀ ਵੀ ਰੌਲਾ ਪੈ ਜਾਵੇ, ਫਿਰ ਮੀਡੀਆ ਵੱਧ ਤੋਂ ਵੱਧ ਫੋਟੋ ਖਿੱਚੇ ਤਾਂ ਕਿ ਸਿੱਖ ਬਦਨਾਮ ਹੋ ਜਾਣ, ਹੁਣ ਅਟਵਾਲ ਵੀ ਨੀ ਤੁਸੀਂ ਮਾਰਿਆ, ਠੀਕ ਹੈ, ਲਾਲਾ ਜਗਤ ਨਰਾਇਣ ਕਿੰਨੇ 5-7 ਬੰਦੇ ਬਣਨੇ ਫਿਰ ਤਾਂ ਤੁਹਾਡੇ, ਠੀਕ ਹੈ, ਮਨਚੰਦੇ ਦੀ ਗੱਲ ਆਉਣੀ ਆ, ਠੀਕ ਹੈ, ਤੇ ਫਿਰ 50-50 ਕਤਲ ਕਿਹੜੇ ਆ ਤੁਹਾਡੇ ਸਿਰ ਤੇ, 84 ਤੋਂ ਬਾਅਦ ਵੀ ਤੁਸੀਂ ਦੱਸੋ, ਲਿਸਟ ਦਿਓ ਤੁਸੀਂ, ਠੀਕ ਹੈ। ਮੈਂ ਕਹਿੰਦਾ ਜਿੰਨਾ ਮਰਜ਼ੀ ਦੋਸ਼ੀ ਹੋਵੇ ਕੋਈ, ਡੈਮੋਕ੍ਰੇਸੀ ਵਿੱਚ ਜਿੱਡਾ ਮਰਜ਼ੀ ਦੋਸ਼ੀ ਆ, ਜਿੱਦਾਂ ਹੁਣ ਜਿਸ ਬੰਦੇ ਨੇ ਆ ਕੰਮ ਕਰ ਦਿੱਤਾ, ਇਹ ਤੋਂ ਵੱਡਾ ਪਾਪ, ਇਹ ਤੋਂ ਵੱਡਾ ਗੁਨਾਹ ਆਮ ਲੋਕਾਂ ਲਈ ਵੀ ਇੱਕ ਧਰਮ ਮੰਦਰ ਦੇ ਅੰਦਰ ਬੈਠਿਆਂ ਨੂੰ ਵੀ 50 ਬੰਦਿਆਂ ਨੂੰ ਅੰਨੇ ਬਾਹ ਗੋਲੀ ਤੇ ਬਾਕੀ ਜ਼ਖਮੀ ਕਰ ਦਿੱਤੇ, ਠੀਕ ਹੈ, ਇਹ ਤੋਂ ਵੱਡਾ ਗੁਨਾਹ ਤਾਂ ਕੋਈ ਨਹੀਂ ਹੋਣਾ ਨਾ। ਪਰ ਡੈਮੋਕ੍ਰੇਸੀ ਵਿੱਚ ਜੇ ਕੋਈ ਤੁਹਾਡੇ ਮੇਰੇ ਅਰਗਾ ਹਥਿਆਰ ਚੱਕ ਕੇ ਇਸ ਬੰਦੇ ਨੂੰ ਵੀ ਮਾਰਨਾ ਚਾਹੂਗਾ ਨਾ, ਤੇ ਉਹ ਵੀ ਦੋਸ਼ੀ ਗਿਣਿਆ ਜਾਣਾ, ਬਿਲਕੁਲ ਬਿਲਕੁਲ। ਹੁਣ ਇਹ ਗੱਲ ਅਮਰੀਕਾ ਕੈਨੇਡਾ ਵਾਲਿਆਂ ਨੂੰ ਚੰਗੀ ਤਰ੍ਹਾਂ ਸਮਝਿਆ, ਫਿਰ ਤੁਸੀਂ ਜਦੋਂ ਇਸ ਨੁਕਤੇ ਨੂੰ ਸਮਝਦੇ ਆ, ਫਿਰ ਜਦੋਂ 84 ਦੀ ਗੱਲ ਆਉਂਦੀ ਆ, ਉਦੋਂ ਤੁਸੀਂ ਆਪਣੇ ਆਪ ਨੂੰ ਪੁਲਿਸ ਤੇ ਜੱਜ ਤੇ ਸਾਰਾ ਕੁਛ ਕਿੱਦਾਂ ਬਣਾ ਲਿਆ ਤੁਸੀਂ? ਉੱਥੇ ਵੀ ਇਹ ਲੌਜਿਕ ਲੱਗਣਾ, ਉੱਥੇ ਵੀ ਇਹੀ ਲੌਜਿਕ ਲੱਗਣਾ, ਕਿਸੇ ਨੇ ਗੁਨਾਹ ਕੀਤਾ ਜਿੰਨਾ ਮਰਜ਼ੀ ਵੱਡਾ ਹੋਵੇ, ਜੋ ਮਰਜ਼ੀ ਹੋਵੇ, ਹੁਣ ਅੱਜ ਤੁਸੀਂ ਲੜਾਈ ਲੜਨੋਂ ਹਟ ਗਏ ਆ, ਅੱਜ ਵੀ ਤਾਂ ਬਾਹਰਲੇ ਮੁਲਕਾਂ ਚ ਬੈਠ ਕੇ ਪੰਜਾਬ ਚ ਬੈਠ ਕੇ ਇਹ ਫਰਿਆਦ ਕਰਦੇ ਹੀ ਆ ਨਾ ਵੀ ਸਾਡੇ ਨਾਲ ਧੱਕਾ ਹੋ ਰਿਹਾ, ਉਦੋਂ ਵੀ ਕਰਦੇ, ਫਰਿਆਦ ਤਾਂ ਪਹਿਲਾਂ ਕਰਨੀ ਚਾਹੀਦੀ ਸੀ, ਪਹਿਲਾਂ ਚਾਹੀਦਾ ਸੀ, ਸਾਰੀ ਦੁਨੀਆ ਚ ਪਹਿਲਾਂ ਆਵਾਜ਼ ਜਾਂਦੀ ਫਿਰ ਤੁਸੀਂ ਉਹ ਸਟੈਪ ਲੈਂਦੇ, ਸਿਸਟਮ ਤਾਂ ਉਹੀ ਅੱਜ ਵੀ, ਅੱਜ ਵੀ ਉਦੋਂ ਵੀ ਡੈਮੋਕ੍ਰੇਸੀ ਸੀ, ਅੱਜ ਵੀ ਡੈਮੋਕ੍ਰੇਸੀ, ਅੱਜ ਵੀ ਚੱਕ ਲਓ ਜੀ ਉਹ ਸਹੀ ਸੀਗਾ, ਅੱਜ ਵੀ ਉਹੀ ਕੰਮ ਕਰੋ, ਅੱਜ ਗੁਰੂ ਸਾਹਿਬ ਦਾ ਉਪਦੇਸ਼ ਭੁੱਲ ਗਿਆ, ਭੁੱਲ ਗਿਆ ਤੁਹਾਨੂੰ, ਤੇ ਉਹ ਚੀਜ਼ ਲਈ ਸਾਨੂੰ ਜਾਣੀ ਸਾਡੇ ਆਗੂਆਂ ਨੂੰ, ਸਾਡੇ ਲੋਕਾਂ ਨੂੰ ਆਗੂਆਂ ਤੋਂ ਕੇਅਰਫੁੱਲ ਹੋਣਾ ਚਾਹੀਦਾ। ਗੁਰਦੁਆਰੇ ਦੀਆਂ ਕਮੇਟੀਆਂ ਜਿਹੜੀਆਂ, ਗੁਰਦੁਆਰਿਆਂ ਦੇ ਜਿਹੜੇ ਬੁਲਾਰੇ ਆ, ਉਹ ਤਾਂ ਇੰਨਾ ਗੁੰਮਰਾਹ ਕਰਦੇ ਨਾ ਜਾਣੀ। ਮੈਂ ਨਿਊਜ਼ੀਲੈਂਡ ਦੇ ਵਿੱਚ ਜਾਣਦਾ, ਨਿਊਜ਼ੀਲੈਂਡ ਦੇ ਕਿਸੇ ਵੀ ਗੁਰਦੁਆਰੇ ਦਾ ਬੁਲਾਰਾ ਸਾਡੇ ਨਾਲ ਵਿਚਾਰ ਕਰਾ ਦਿਓ ਔਨ ਏਅਰ ਲਿਆ ਕੇ, ਠੀਕ ਹੈ। ਜਿਹੜੇ ਬੰਦੇ ਇਹ ਕਹਿੰਦੇ ਆ ਨਾ ਵੀ ਦੇਖੋ ਜੀ ਤੁਸੀਂ ਜਦੋਂ ਗੁਰਪ੍ਰੀਤ ਆਇਆ ਸੀ ਤਾਂ ਭਾਈ ਗੁਰਪ੍ਰੀਤ ਗੱਲ ਨਹੀਂ ਸੀ ਕਰਨ ਆਇਆ, ਗੁਰਪ੍ਰੀਤ ਨਾਲ ਗੱਲ ਤਾਂ ਔਨ ਏਅਰ ਹੋ ਗਈ ਸੀ ਵੀ ਤੂੰ ਪਹਿਲਾਂ ਫੋਨ ਤੇ ਗੱਲ ਕਰ ਲਾ, ਉਹ ਕਹਿੰਦਾ ਸੀਗਾ ਵੀ ਮੈਨੂੰ ਜਵਾਬ ਦਿਓ ਇਸ ਗੱਲ ਦਾ ਵੀ ਤੁਸੀਂ ਮੈਨੂੰ ਏਜੰਸੀਆਂ ਦਾ ਬੰਦਾ ਜਿਹੜਾ RSS ਦਾ ਬੰਦਾ ਕਿਉਂ ਕਹਿੰਦੇ ਹਨਾ, ਉਹ ਆਪਣਾ ਸਾਰਾ ਕੋਡਮਾ, ਉਹ ਕਹਿੰਦਾ ਮੈਂ ਚੂੜੀਆਂ ਦਾ ਮੁੰਡਾ ਆ, ਠੀਕ ਹੈ, ਵੀ ਏਦਾਂ ਏਦਾਂ ਅਸੀਂ ਅੰਮ੍ਰਿਤ ਛਕਿਆ ਆ, ਵੀ ਮਾਮਾ ਮੇਰਾ ਗੁਰਮੀਤ ਸਿੰਘ ਸ਼ਾਂਤ ਆ, ਅਸੀਂ ਏਦਾਂ ਅੰਮ੍ਰਿਤ ਛਕਿਆ ਆ, ਏਦਾਂ ਏਦਾਂ ਕਰਕੇ ਅਸੀਂ ਆਏ ਹਾਂ, ਵੀ ਮੈਂ RSS, ਮੈਂ ਹਿੰਦੂ ਨਹੀਂ ਹੈਗਾ, ਠੀਕ ਹੈ, ਜਿਹੜਾ ਵੀ ਸ਼ਰਮਾ ਕਰਕੇ ਉਹਦਾ ਨਾਮ ਨੀਰੇ ਸ਼ਰਮਾ, ਉਹ ਕਹਿੰਦਾ ਮੈਂ ਨੀਰੇ ਸ਼ਰਮਾ ਨਹੀਂ ਹੈਗਾ, ਮੈਂ ਚੂੜੀਆਂ ਦਾ ਮੁੰਡਾ, ਬਾਹਮਣਾ ਥੋੜੋ ਮੈਂ, ਤੇ ਤੁਸੀਂ ਸਬੂਤ ਦਿਓ। ਹੁਣ ਸਾਨੂੰ ਵੀ ਪਤਾ ਵੀ ਨਹੀਂ ਹੈਗਾ ਉਹ, ਠੀਕ ਹੈ, ਕਿਉਂਕਿ ਉਹ ਗੱਲ ਹੁਣ ਤੋਂ 6-7 ਮਹੀਨੇ ਪਹਿਲਾਂ ਉਹਦੇ ਸਾਰੀਆਂ ਫੋਟੋ ਜਿਹੜੀਆਂ ਡਾਊਨਲੋਡ ਕੀਤੀਆਂ ਜਾ ਸਕ ਚੁੱਕੀਆਂ ਸੀ, ਰਾਈਟ।
ਗੱਲ ਆਨ ਏਅਰ ਜਿਹੜੀ ਉਹ ਇੱਕ ਅੱਧੇ ਕੁ ਮਿੰਟ ਦਾ ਕਲਿੱਪ ਆ ਜਿਹੜਾ ਇਹਨੇ ਘੁਮਾਇਆ, ਉਹ ਤੋਂ ਪਹਿਲਾਂ ਜ਼ਰੂਰੀ ਇਹ ਸੀਗਾ ਵੀ ਇਹ ਬੰਦੇ ਉਹ ਜਿਹੜੀ ਜਿਹੜਾ ਪੂਰਾ ਪ੍ਰੋਗਰਾਮ ਆ ਉਹ 'ਚ ਡਿਸਕਸ਼ਨ ਲੰਬੀ ਹੋਈ ਆ। ਗੱਲ ਉਹਦੇ ਨਾਲ ਇਹ ਹੋਈ ਆ ਵੀ ਤੂੰ ਭਾਈ ਉਹ ਵੀ ਆਪਾਂ ਗੱਲ ਕਰ ਲਾਂਗੇ, ਉਹਨੂੰ ਮੈਂ ਉੱਥੇ ਸੋਰੀ ਵੀ ਕਹਿ ਦਿੱਤਾ ਸੀ, ਮੈਂ ਕਿਹਾ ਨਾਲ ਮੇਰੇ ਉਹ ਪਤਾ ਹੈ ਗੁਰਪ੍ਰੀਤ ਬੈਠਾ ਸੀ ਨਾਲ ਨਾ, ਪੇ ਇੱਦਾਂ ਗੱਲ ਹੋਈ ਵੀ ਫੇਸਬੁੱਕ ਤੇ ਪੋਸਟ ਆਈ ਸੀ ਉਹਦੇ ਆਧਾਰ ਤੇ ਉਹਨੂੰ ਕਹਿ ਦਿੱਤਾ ਤੈਨੂੰ, ਇਹ ਇਸ਼ੂ ਨਹੀਂ ਹੈਗਾ, ਇਸ਼ੂ ਆ ਵਿਚਾਰ ਕਰਨੇ ਦਾ। ਹੁਣ ਇੱਥੇ ਰੌਲਾ ਪੈ ਗਿਆ ਵੀ ਉਹਨੇ ਆਉਣਾ ਆ, ਅਸੀਂ ਉਹਨੂੰ ਉਹਨੂੰ ਚੱਕ ਕੇ ਮੈਨੂੰ ਮੈਸੇਜ ਕਰ ਦਿੱਤਾ, ਇਹ ਹੁਣ ਸ਼ਾਇਦ ਇੰਗਲੈਂਡ ਵਾਲੀ ਜੀਤੇ ਉਹਨਾਂ ਨੂੰ ਵੀ ਦੱਸ ਦਿੰਦੇ ਆ, ਉਹ ਮੈਸੇਜ ਮੇਰੇ ਕੋਲ ਪਿਆ ਵੀ ਹੋਣਾ, ਮੈਂ ਸੁਣਾ ਦੂੰਗਾ ਪੜ੍ਹ ਕੇ ਕਿਸ ਵੇਲੇ। ਇਹਨੂੰ ਮੈਸੇਜ ਕਰ ਦਿੱਤਾ ਇਹ ਪੇ ਹਰਨੇਕ, ਮੈਨੂੰ ਜਿਹਨਾਂ ਬੰਦਿਆਂ ਨੇ ਨਿਊਜ਼ੀਲੈਂਡ 'ਚ ਵਾਅਦਾ ਕੀਤਾ ਸੀ ਸੱਦਣ ਲਈ ਉਹ ਮੁੱਕਰ ਗਏ ਆ, ਵੀ ਬਹੁਤ ਨਿਕੰਮੇ ਬੰਦੇ ਨਿਕਲੇ ਆ, ਵੀ ਮੈਂ ਉਹਨਾਂ ਤੇ ਭਰੋਸੇ ਤੇ ਮੈਂ ਇਹ ਕਹਿ ਦਿੱਤਾ ਸੀ ਵੀ ਮੈਂ ਆ ਕੇ ਗੱਲ ਕਰੂੰਗਾ, ਉਹ ਮੁੱਕਰ ਗਏ ਆ, ਹੁਣ ਮੇਰੇ ਤੋਂ ਆਇਆ ਨਹੀਂ ਜਾਣਾ, ਵੀ ਮੈਂ ਵਾਅਦਾ ਕੀਤਾ ਸੀ ਤੁਹਾਡੇ ਨਾਲ ਵੀ ਜੇ ਮੈਂ ਨਾ ਆਇਆ ਤਾਂ ਮੈਂ ਫੇਸਬੁੱਕ ਬੰਦ ਕਰੂੰਗਾ, ਠੀਕ ਹੈ, ਵੀ ਮੈਂ ਹੁਣ ਫੇਸਬੁੱਕ ਬੰਦ ਕਰਨ ਲੱਗਾ। ਅਸੀਂ ਉਹਨੂੰ ਫੋਨ ਕਰ ਦਿੱਤਾ, ਅਸੀਂ ਕਿਹਾ ਵੀ ਤੂੰ ਫੇਸਬੁੱਕ ਕਾਹਤੇ ਬੰਦ ਕਰਨੀ ਆ, ਵੀ ਕੋਈ ਗੱਲ ਨਹੀਂ ਜੇ ਤੂੰ ਹੋ ਗਿਆ ਠੀਕ ਹੈ, ਨਹੀਂ ਤਾਂ ਨਾ ਸੀ, ਉਹ ਕਰਦਿਆਂ ਕਰਦਿਆਂ ਗੱਲ ਚੱਲ, ਕਹਿੰਦਾ ਇੱਕ ਮਿੰਟ ਇੱਕ ਮਿੰਟ, ਮੈਸੇਜ ਆਇਆ, ਮੈਸੇਜ ਆ ਗਿਆ, ਉਹ ਤਾਂ ਰਿਕਾਰਡਿੰਗ ਆ। ਹਾਂ, ਅਸੀਂ ਕਿਹਾ ਫਿਰ ਤੈਨੂੰ ਇੱਥੋਂ ਨਿਊਜ਼ੀਲੈਂਡ ਤੋਂ, ਕਿਉਂਕਿ ਪਹਿਲਾਂ ਉਹਨੂੰ ਠਾਠ ਵਾਲਿਆਂ ਨੂੰ ਗਾਲਾਂ ਕੱਢਦਾ ਸੀ ਨਾਨਕਸਰ ਵਾਲਿਆਂ ਨੂੰ, ਇਹਦਾ ਮਤਲਬ ਉਹ ਸੱਦਣ ਲੱਗੇ ਸੀ, ਉਹ ਮੁੱਕਰ ਗਏ। ਬਾਅਦ ਵਿੱਚ ਫਿਰ ਟੰਗੇ ਤੋਂ ਤੇ ਇਟਾਕਾ ਨੀਨੀ ਗਰੁੱਪ ਨੇ ਇਹਨੂੰ ਇਹਨੂੰ ਮੈਸੇਜ ਕਰ ਦਿੱਤਾ ਵੀ ਅਸੀਂ ਤੈਨੂੰ ਟਿਕਟ ਭੇਜ ਦਿੰਦੇ, ਠੀਕ ਹੈ। ਉਹ ਆ ਗਿਆ, ਇਹ ਬੰਦਿਆਂ ਦੀ ਆਪਣੀ ਰੰਜਿਸ਼ ਸੀ। ਇੱਥੇ ਮੈਂ ਇਹ ਜਿਹੜਾ ਜਸਪ੍ਰੀਤ ਰਾਜਪੁਰਾ ਆਇਆ, ਉਹਨਾਂ ਨੇ ਆਪ ਆਪਣਾ ਜਿਹੜਾ ਉਹਨਾਂ ਦਾ ਪੇਜ ਆ ਉਹਦੇ ਉੱਤੇ ਲਾਇਆ ਸੀ ਪੋਸਟਰ, ਅਸੀਂ ਉਹਨੂੰ ਆਨ ਏਅਰ ਫੋਨ ਕੀਤਾ ਇੱਥੇ ਵੀ ਭਾਈ ਇਹ ਦੱਸੋ ਇਹ ਪੋਸਟਰ ਲਿਖਾਉਣੇ ਵਾਲਾ ਕੌਣ ਆ, ਜਿੱਥੇ ਮੀਟਿੰਗ ਹੋ ਰਹੀ ਆ ਔਰਗੇਨਾਈਜ਼ ਕਰਨੇ ਵਾਲਾ ਕੌਣ, ਠੀਕ ਹੈ। ਆਪਣੇ ਬਸਿਆਲੇ ਨੇ, ਹਰਜਿੰਦਰ ਸਿੰਘ ਬਸਿਆਲੇ ਨੇ ਲਾਈ ਸੀ, ਉਹਨੂੰ ਪੁੱਛਿਆ ਸੀ, ਕੋਈ ਵੀ ਬੰਦਾ ਇਹ ਨਹੀਂ ਸੀ ਕਿ ਬਸ ਜੀ ਸੋਸ਼ਲ ਮੀਡੀਆ ਤੇ ਫਿਰਦਾ, ਸੋਸ਼ਲ ਮੀਡੀਆ ਹਨਾ। ਫਿਰ ਅਸੀਂ ਇਹ ਕਹਿੰਦੇ ਰਹੇ ਵੀ ਕੋਈ ਦੋ ਬੰਦੇ ਜ਼ਿੰਮੇਵਾਰ ਬੰਦੇ ਕਮੇਟੀ ਦੇ ਕੋਈ ਬੰਦੇ ਦੋ ਬੰਦੇ ਫੋਨ ਕਰਕੇ ਸਾਡੇ ਨਾਲ ਗੱਲ ਕਰਨ, ਟਾਈਮ ਬਣਾ ਲੈਣ, ਤਾਂ ਕਿ ਜਦੋਂ ਜ਼ਿੰਮੇਵਾਰੀ, ਮੇਰਾ ਮਕਸਦ ਇਹ ਸੀ ਵੀ ਜਦੋਂ ਜ਼ਿੰਮੇਵਾਰੀ ਲੈਣਗੇ ਅਸੀਂ ਇੱਕ ਤਾਂ ਸਿਕਿਉਰਿਟੀ ਨਾਲ ਗੱਲ ਕਰ ਲਵਾਂਗੇ, ਇੱਕ ਪੁਲਿਸ ਨਾਲ ਗੱਲ ਕਰ ਲਵਾਂਗੇ, ਠੀਕ ਹੈ, ਇਹ ਬੰਦੇ ਸੱਦਣ ਲੱਗੇ ਆ, ਠੀਕ ਹੈ, ਅਸੀਂ ਚੱਲੇ ਹਾਂ, ਜੇ ਉੱਥੇ ਕੋਈ ਖਰਾਬੀ ਹੁੰਦੀ ਤਾਂ ਇਹਨਾਂ ਦੀ ਜ਼ਿੰਮੇਵਾਰੀ ਆ। ਵੱਡੀ ਗੱਲ ਇਹ ਆ ਵੀ ਟੱਬਰ ਵਾਲੇ ਹੋਣਗੇ, ਜੇ ਉੱਥੇ ਕੋਈ ਲੜਾਈ ਝਗੜੇ ਦਾ ਮਾਹੌਲ ਬਣਦਾ ਆ ਤੇ ਬਾਅਦ ਵਿੱਚ ਮੈਨੂੰ ਪਤਾ ਤਾਂ ਹੋਊਗਾ ਨਾ ਵੀ ਕਿਹਦਾ ਬੂਹਾ ਖੜਕਾਉਣਾ ਮੈਂ, ਰਾਈਟ, ਬਿਲਕੁਲ, ਠੀਕ ਹੈ ਕਿ ਨਹੀਂ। ਸਾਰਿਆਂ ਨੂੰ ਜਦੋਂ ਅਗਲੇ ਕਹਿੰਦੇ ਦੇਖੋ ਜੀ ਗੱਡੀ ਮਾਰ ਦੇਣੀ, ਕਿਸੇ ਨੇ ਗੱਡੀ ਲੰਘ ਜਾਣੀ, ਉੱਥੇ ਇਹ ਅੱਤਵਾਦ ਜਿਹੜਾ ਹੁਣ ਕ੍ਰਾਈਸਟਚਰਚ ਰੌਲਾ ਪਿਆ ਉਹਦੇ ਨਾਲ 10 ਗੁਣਾ ਰੌਲਾ ਤਾਂ ਤੁਸੀਂ ਪਾਈ ਰੱਖਿਆ ਹੁਣ ਤੱਕ। ਕੱਲ ਬਲਜਿੰਦਰ ਵੀ ਗੱਲ ਕਰਦਾ ਸੀ ਜਿਸ ਤਰੀਕੇ ਨਾਲ ਬੰਦੇ ਇੱਥੇ ਗੁਰਦੁਆਰੇ 'ਚ ਇੰਟਰ ਹੋਏ ਆ ਉਹ ਅੱਤਵਾਦ ਤੋਂ ਛੋਟੀ ਘਟਨਾ ਥੋੜੋ ਸੀ, ਛੋਟੀ। ਜੇ ਇੱਥੇ ਮੂਹਰੇ ਕਿਤੇ ਨਿਆਣੇ ਹੁੰਦੇ ਜਦੋਂ ਗੁਰਪ੍ਰੀਤ ਦੇ ਨਾਲ 250 ਬੰਦਾ ਇਕੱਠਾ ਹੋ ਕੇ ਆਇਆ, ਛੋਟੀ ਦਹਿਸ਼ਤ ਸੀ ਕਿਤੇ, ਹਨਾ। ਹੁਣ ਉਹ ਬੰਦੇ ਆਪ ਜਦੋਂ ਕਰਦੇ ਆ ਉਦੋਂ ਤਾਂ ਕਹਿੰਦੇ ਵੀ ਤੂੰ ਬਾਹਰ ਨਿਕਲ, ਤੂੰ ਇੱਕ ਵਾਰੀ ਭਾਈ ਅਸੀਂ ਸਾਡੇ ਤਾਂ ਬੰਦੇ ਗੁੱਸੇ 'ਚ ਆ, ਕਹਿੰਦੇ ਟਰੱਕ ਚਾੜ ਦੇਣਾ ਤੇਰੇ 'ਤੇ, ਠੀਕ ਹੈ, ਸਰ ਟੱਬਰ ਦਾ ਤੇਰੇ ਦਾ ਦੇਖੀ ਕੀ ਬਣਨਾ, ਰਾਈਟ, ਹਨਾ। ਹੁਣ ਜੇ ਤੁਹਾਡਾ ਬੱਸ ਚੱਲੇ ਤੁਸੀਂ ਇਹੀ ਕੁਛ ਕਰੋ ਜੋ ਉਹਨੂੰ ਕੀਤਾ, ਜੇ ਜੇ ਉਦੋਂ ਉਹਦੇ ਕੋਲ ਤਾਂ ਗਨ ਸੀਗੀ, ਰਾਈਟ, ਜਿੱਦਣ ਤੁਸੀਂ ਅਸੀਂ ਆਏ ਜੇ ਤੁਹਾਡੇ ਕੋਲ ਹੁੰਦਾ ਇੰਨਾ, ਸਾਰਾ ਕੁਝ ਕੀਤਾ ਹੀ ਹੈ ਨਾ, ਇਹ ਸਿਰਫ ਗਨ ਨਹੀਂ ਸੀ, ਇਹ ਹਥਿਆਰ ਨਹੀਂ ਸੀ, ਬਾਕੀ ਸਾਰਾ ਕੁਝ ਕਰਕੇ ਗਿਆ, ਦਹਿਲ ਤਾਂ ਉਨਾ ਹੀ ਪਿਆਰਾ, ਬਿਲਕੁਲ ਬਿਲਕੁਲ, ਹਨਾ। ਹੁਣ ਉਦੋਂ ਵੀ ਜਦੋਂ ਗੁਰਪ੍ਰੀਤ ਆਇਆ ਉਦੋਂ ਅੰਦਰ ਬੱਚੇ ਆ, ਇਹ ਗੁਰਪ੍ਰੀਤ ਕੈਲੀਫੋਰਨੀਆ, ਹੁਣ ਜਾਣੀ ਤੁਸੀਂ ਲੱਗੇ ਹੋ ਕਰਨ ਇੱਦਾਂ ਸੁਣਾਈ ਜਾਂਦੇ ਆ ਵੀ ਦੇਖੋ ਜੀ ਇਹ ਗਲਤ ਆ, ਦੇਖੋ ਜੀ ਆਹ ਆ, ਦੇਖੋ ਨਹੀਂ ਭਾਈ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਠੀਕ ਹੈ। ਤੁਸੀਂ ਹੁਣ ਤੱਕ ਉਹਨਾਂ ਬੰਦਿਆਂ ਦੀ ਪ੍ਰੋੜਤਾ ਕਰਦੇ ਆਏ ਆ, ਹਨਾ। ਹੁਣ ਹੁਣ ਇਹ ਗੱਲ ਜਿਹੜੀ ਆ ਸਾਨੂੰ ਸਾਰਿਆਂ ਨੂੰ ਮੈਸੇਜ ਸਾਡੇ ਸਾਰਿਆਂ ਦੇ ਲੈਣੇ ਵਾਲਾ ਸਮਝਣ ਵਾਲਾ ਆ ਵੀ ਜਦੋਂ ਅਸੀਂ ਕਿਸੇ ਦੂਜੇ ਨੂੰ ਕਹਿੰਦੇ ਹਾਂ ਨਾ, ਹੁਣ ਇਹ ਜਿਹੜੀ ਮੁਸਲਿਮ ਕਮਿਊਨਿਟੀ ਆ ਉਹਨਾਂ ਦੇ ਲਈ ਵੀ ਇੱਕ ਬਹੁਤ ਜ਼ਰੂਰੀ ਸੁਨੇਹਾ ਆ ਵੀ ਠੀਕ ਹੈ ਤੁਹਾਡਾ ਇੱਕ ਹਿੱਸਾ ਆ ਜਿਹੜਾ ਉਹਦੇ 'ਚ ਕੋਈ ਸ਼ੱਕ ਨਹੀਂ, ਸਾਰਿਆਂ ਨੂੰ
ਉਸ ਨਿਗਾਹ ਨਾਲ ਦੇਖਣਾ ਬਹੁਤ ਵੱਡਾ ਗੁਨਾਹ ਆ, ਕਿਉਂਕਿ ਅਸੀਂ ਪਿੱਟਦੇ ਹਾਂ, ਅਸੀਂ ਕਹਿੰਦੇ ਹਾਂ ਵੀ ਟਕਸਾਲ ਨੇ, ਭਿੰਡਰਾਂ ਵਾਲੇ ਨੇ, ਜਾਂ ਕਮਾਂਡੋ ਫੋਰਸ ਲਾਭ ਸਿੰਘ, ਕੁਛ ਬੰਦੇ ਸੀ ਜਿਹਨਾਂ ਨੇ ਉਹ ਕੰਮ ਕੀਤਾ, ਅਸੀਂ ਅੱਤਵਾਦੀ ਨਹੀਂ ਹੈਗੇ। ਹੁਣ ਅਮਰੀਕਾ ਦੇ ਵਿੱਚ ਜਿਹੜਾ ਕੈਨੇਡਾ ਦੇ ਵਿੱਚ ਜਹਾਜ਼ ਸਿੱਟਿਆ ਗਿਆ, ਅਸੀਂ ਕਹਿੰਦੇ ਮੈਂ ਆਪ ਸਿੱਖ ਨਹੀਂ, ਕੈਨੇਡਾ ਦੇ ਸਿੱਖ ਵੀ ਇਹੀ ਕਹਿੰਦੇ ਵੀ ਆਮ ਸਿੱਖ ਦਾ ਕੰਮ ਨਹੀਂ ਹੈਗਾ। ਹੁਣ ਜਦੋਂ ਉਹਨਾਂ ਨੇ ਸਰਕਾਰ ਨੇ ਕਿਹਾ ਵੀ ਇਹ ਇਹ ਜਿਹੜੀ ਇਹ ਹੈਗੀ ਆ ਜਹਾਜ਼ ਦਾ ਹਵਾਲਾ ਦੇ ਕੇ ਵੀ ਨਹੀਂ ਕਿਹਾ ਵੀ ਅੱਤਵਾਦੀਆਂ ਦੀ ਘਟਨਾ ਆ, ਤੇ ਸਿੱਖ ਰੌਲਾ ਪਾਇਆ, ਗੁਰਤੇਜ ਸਿੰਘ ਆਈ ਐਸ ਸਰਗੇ ਨੇ ਪਾਇਆ, ਵੀ ਸਾਰਿਆਂ ਨੂੰ ਇਸ ਤਰੀਕੇ ਇੱਕ ਰੱਸੇ ਚ ਬੰਨਣਾ ਠੀਕ ਨਹੀਂ। ਠੀਕ, ਅਸੀਂ ਮੰਨਦੇ ਹਾਂ, ਪਰ ਉਹਦੇ ਚ ਇਹ ਵੀ ਤਾਂ ਵਿਚਾਰੋ ਵੀ ਜਦੋਂ ਅਸੀਂ ਕਰਦੇ ਹਾਂ, ਜਦੋਂ ਸਾਡੇ ਨੂੰ ਸਟੈਪ ਲਿਆ ਜਾਂਦਾ, ਉਦੋਂ ਦੁਨੀਆ ਕਿੱਦਾਂ ਦੇਖਦੀ ਹੋਊਗੀ? ਬਿਲਕੁਲ, ਉਹਨਾਂ ਦੇ ਵੀ ਬੱਚੇ ਆ ਨਾ। ਹੁਣ ਟਕਸਾਲੀ ਜਿਹਨਾਂ ਦੀ ਗੱਲ ਕਰਦੇ ਆ, ਜਦੋਂ ਭਿੰਡਰਾਲਾ ਕਹਿੰਦਾ ਸੀ ਵੀ ਜੇ ਜੇ ਆਹ ਕੰਮ ਹੋਇਆ ਮੇਰੀ ਬੱਸ ਨਾ ਛੱਡੀ ਤੇ 5000 ਹਿੰਦੂ ਕਤਲ ਕਰੂੰਗਾ ਮੈਂ, ਉਹਨਾਂ ਦੇ ਨਿਆਣੇ ਨਹੀਂ ਹੈਗੇ? ਬਿਲਕੁਲ ਹੈਗੇ। ਉਹਨਾਂ ਤੇ ਕਿੰਨਾ ਦਲ ਪਿਆ ਹੋਊਗਾ? ਰਾਈਟ ਰਾਈਟ, ਤੁਹਾਨੂੰ ਹੱਕ ਕਿਹਨੇ ਦਿੱਤਾ ਇਹ? ਹੁਣ ਵੀ ਟਕਸਾਲੀ ਜਦੋਂ ਗੱਲ ਹੁੰਦੀ ਆ ਤੁਸੀਂ ਇੱਕੋ ਹੀ ਗੱਲ ਕਹਿੰਦੇ ਆ ਵੀ ਟੱਬਰ ਚੱਕ ਲੈਣਾ ਤੇਰਾ। ਹੁਣ ਮੈਨੂੰ ਇੰਡੀਆ ਤੋਂ ਇੱਕ ਸੁਨੇਹਾ ਆਇਆ, ਕਹਿੰਦੇ ਜੀ ਏਦਾਂ ਏਦਾਂ ਉਹ ਲੱਭਦੇ ਫਿਰਦੇ, ਆਹ ਕਰਦੇ ਉਹ ਕਰਦੇ। ਮੈਂ ਕਿਹਾ ਭਾਈ ਦੇਖੋ, ਲੱਭ ਲੈਣਗੇ ਉਹ ਕੋਈ ਗੱਲ ਨਹੀਂ, ਇਹ ਤਾਂ ਬਹਾਨਾ ਆ। ਜਾਣੀ ਨਿਊਜ਼ੀਲੈਂਡ ਦਾ ਕੋਈ ਬੰਦਾ ਮੈਨੂੰ ਕਹਿ ਦੇਵੇ, ਨਿਊਜ਼ੀਲੈਂਡ ਦਾ ਬੰਦਾ ਜੀਤੇ ਨੂੰ ਵੀ ਦੱਸ ਦਿਓ ਸੁਨੇਹਾ ਦੇ ਦਿਓ, ਠੀਕ ਆ। ਹੋਰ ਜਿਹੜੇ ਬੰਦੇ ਰੌਲਾ ਪਾਉਂਦੇ, ਜਸਵਿੰਦਰ ਬੂਟ ਆ, ਇੱਕੋ ਹੀ ਗੱਲ ਇਹ ਕਰੀ ਜਾਂਦੇ ਆ। ਇਹਨਾਂ ਨੂੰ ਕਹੋ ਵੀ ਨਿਊਜ਼ੀਲੈਂਡ ਦਾ ਕੋਈ ਬੰਦਾ ਔਨ ਏਅਰ ਆ ਕੇ ਫੋਨ ਕਰੇ ਵੀ ਹਰਨੇਕ ਤੂੰ ਘਰੋਂ ਬਾਹਰ ਨਹੀਂ ਨਿਕਲਦਾ, ਮੈਂ ਉਹਨੂੰ ਦੱਸ ਦੇਣਾ ਵੀ ਤੂੰ ਕਿੱਦਣ ਮਿਲਿਆ ਸੀ ਮੈਨੂੰ, ਠੀਕ ਹੈ ਕਿ ਨਹੀਂ? ਜਿਹੜੇ ਬੰਦੇ ਅਕਸਰ ਮਿਲਦੇ ਆ ਸਾਨੂੰ, ਪੈਟਰੋਲ ਪੰਪਾਂ ਤੇ ਮਿਲਦੇ ਆ, ਸ਼ੋਪਿੰਗ ਸੈਂਟਰਾਂ ਦੇ ਵਿੱਚ ਮਿਲਦੇ ਆ, ਰਾਈਟ, ਠੀਕ ਆ। ਹੁਣ ਤੁਸੀਂ ਕਹਿੰਦੇ ਵੀ ਜਿਹੜੇ ਤੁਹਾਡੇ ਫੰਕਸ਼ਨ ਆ ਉਹਦੇ ਵਿੱਚ ਅਸੀਂ ਆਈਏ, ਜਾਣੀ ਸਦਾ ਹੋਇਆ ਮੈਨੂੰ, ਮੇਰਾ ਦਿਮਾਗ ਖਰਾਬ ਹੋਇਆ ਵੀ ਤੁਸੀਂ ਮੀਟਿੰਗ ਰੱਖੀ ਮੈਂ ਉਹਦੇ ਵਿੱਚ ਜਾਵਾਂਗਾ, ਠੀਕ ਆ। ਹਾਂ ਤੁਸੀਂ ਨਹੀਂ ਹਟਣਾ, ਤੁਸੀਂ ਵਾਰ ਵਾਰ ਦੁਖੀ ਕਰੋਗੇ ਜਾਣੀ, ਫਿਰ ਤੁਸੀਂ ਮੇਰੇ ਨਾਲ ਔਨ ਏਅਰ ਗੱਲ ਕਰ ਲਓ ਵੀ ਨਹੀਂ ਭਾਈ ਸਾਡੀ ਤਸੱਲੀ ਨਹੀਂ ਹੁੰਦੀ ਤੂੰ ਆ, ਫਿਰ ਮੈਂ ਤੁਹਾਡੇ ਤੋਂ ਟਾਈਮ ਮੰਗ ਲੈਂਦਾ ਆ, ਛੇ ਮਹੀਨੇ ਤੋਂ ਵੱਧ ਨਹੀਂ ਮੰਗੂਗਾ, ਮੈਂ ਤੁਹਾਨੂੰ ਫਿਰ ਆ ਕੇ ਦਿਖਾ ਦਿੰਦਾ ਜੇ ਤੁਸੀਂ ਇਹੀ ਦੇਖਣਾ, ਠੀਕ ਹੈ ਕਿ ਨਹੀਂ? ਮੈਂ ਤੁਹਾਨੂੰ ਜਲਵਾ ਦਿਖਾ ਦਿੰਦਾ, ਮੈਂ ਤਾਂ ਨਚਾ ਦਊ ਤੁਹਾਨੂੰ। ਨਹੀਂ, ਜਿਹੜੀ ਜਥੇਦਾਰਾਂ ਵਾਲੀ ਗੱਲ ਹੋਈ ਸੀਗੀ, ਕਹਿ ਕੇ ਟਾਈਮ ਹੋਰ ਦੇ ਕੇ ਆਏ ਆਏ ਕਿਸੇ ਹੋਰ ਟਾਈਮ ਤੇ, ਨਹੀਂ ਨਹੀਂ ਮੈਂ ਤਾਂ ਨਚਾ ਦਊ ਤੁਹਾਨੂੰ ਤੁਹਾਡੇ ਫੰਕਸ਼ਨਾਂ ਵਿੱਚ ਜਾ ਕੇ, ਤੁਹਾਡਾ ਭੰਗੜਾ ਨਹੀਂ ਗਿੱਧਾ ਪਵਾ ਦਊ ਤੁਹਾਡਾ ਮੈਂ, ਟਾਈਮ ਬਣਾ ਲਓ ਉਹਦੇ ਨਾਲ। ਅਸੀਂ ਚਾਹੁੰਦੇ ਨਹੀਂ, ਅਸੀਂ ਉਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ ਕਦੇ ਵੀ, ਠੀਕ ਹੈ। ਅਸੀਂ ਤਾਂ ਸਾਰਿਆਂ ਨੂੰ ਇਹ ਗੱਲ ਜਿਹੜੀ ਆ ਬੇਨਤੀ ਆ ਸਾਡੀ ਹੱਥ ਬੰਨ ਕੇ ਭਈ ਡੈਮੋਕ੍ਰੇਸੀ ਦੇ ਵਿੱਚ ਸਟੇਟ ਦੇ ਕੋਲ ਰਾਈਟ ਟੂ ਵਾਇਲੈਂਸ ਜਿਹੜਾ ਸਿਰਫ ਤੇ ਸਿਰਫ ਸਟੇਟ ਕੋਲ ਆ, ਕਿਸੇ ਹੋਰ ਨੂੰ ਹੱਕ ਨਹੀਂ ਹੋਣਾ ਚਾਹੀਦਾ। ਗੱਲ ਆ, ਗੱਲ ਨਾਲ ਗੱਲ ਕਰੋ, ਲੜਨ ਨੁਕਸਾਨ ਤੁਹਾਡਾ ਹੋਊਗਾ, ਉਹ ਵੀ ਉਸ ਹੈ ਸਾਰਿਆਂ ਦਾ ਹੀ ਹੈ ਨਾ, ਕਲੈਕਟਿਵਲੀ ਸਾਰਿਆਂ ਦਾ ਨੁਕਸਾਨ ਹੋਣਾ, ਸਾਰਿਆਂ ਦਾ। ਹੁਣ ਜਿੱਦਾਂ ਕੱਲ ਵੀ ਉੱਥੇ ਜਿਹੜੀ ਘਟਨਾ ਚ ਕਿੰਨੇ ਰਿਸੋਰਸਿਸ ਲੱਗੇ ਨੇ ਨਾ, ਸਾਰਿਆਂ ਦਾ, ਕਿੰਨੇ ਬੰਦਿਆਂ ਦਾ ਜ਼ੋਰ ਲੱਗਿਆ, ਪੂਰੀ ਸਰਕਾਰ ਦੇ ਕਿੰਨੇ ਰਿਸੋਰਸਿਸ, ਕਿੰਨਾ ਟਾਈਮ, ਕਿੰਨਾ ਪੈਸਾ ਹੈ ਨਾ ਲੱਗ ਗਿਆ, ਤੇ ਨੁਕਸਾਨ ਤਾਂ ਸਾਰਿਆਂ ਦਾ ਹੀ ਉੱਥੇ, ਕੋਈ ਇੱਕ ਬੰਦੇ ਦਾ ਤਾਂ ਨਹੀਂ ਹੈ ਨਾ, ਇੱਕ ਗਲਤੀ ਇੱਕ ਬੰਦੇ ਦੀ ਹੈ। ਉਸ ਤਰ੍ਹਾਂ ਹੀ ਹੈ ਕਿ ਜਿਹੜੀ ਤੁਹਾਡੀਆਂ ਗਲਤੀਆਂ ਹੋਈਆਂ ਨੇ ਉਹਦੇ ਨੁਕਸਾਨ ਸਾਰੀ ਕੌਮ ਦਾ, ਸਾਰੇ ਜਿਹੜੇ ਆਮ ਆਪਣੀ ਕੌਮ ਦਾ ਤੇ ਹੋਇਆ ਹੀ ਹੋਇਆ, ਜਿਹੜੇ ਆਂਢੀ ਗੁਆਂਢੀ ਸੀਗੇ ਸਾਰੇ ਉਸ ਇਲਾਕੇ ਚ ਰਹਿੰਦੇ ਸੀਗੇ, ਉਹਨਾਂ ਦਾ ਕਿੰਨਾ ਨੁਕਸਾਨ ਹੋਇਆ, ਦਹਿਸ਼ਤ ਕਿੰਨੀ ਫੈਲੀ ਹੈ, ਤੇ ਉਹ ਤਾਂ ਸਾਰਾ ਨਾ ਕਲੈਕਟਿਵਲੀ ਸਾਰਾ ਦੇਖਿਆ ਹੀ ਜਾਣਾ ਨਾ ਉਹ ਤਾਂ। ਨਹੀਂ ਸਾਡੇ, ਅਸੀਂ ਤਾਂ ਦੇਖਾਂਗੇ ਨਾ, ਅਸੀਂ ਥੋੜ੍ਹੀ ਉਹ ਚੀਜ਼ ਨੂੰ ਇੱਦਾਂ ਅੱਖੋਂ ਪਰੋਖੀ ਕਰ ਦਿਆਂਗੇ। ਨਹੀਂ ਨਹੀਂ ਠੀਕ ਆ ਭਈ, ਇਸ ਕਰਕੇ ਕੋਸ਼ਿਸ਼ ਜਿਹੜੀ ਆ, ਹਾਂਜੀ, ਉਹ ਸਾਡੀ ਸਾਰਿਆਂ ਦੀ ਇਹ ਚਾਹੀਦੀ ਆ। ਇਹਨਾਂ ਨਾਲ ਆਪਣੇ ਨਾਲ ਵੀ ਤਾਂ ਹੋਇਆ ਸੀਗਾ, ਅਮਰੀਕਾ ਜਦੋਂ ਵਿਸਕੌਨਸਿਨ ਚ ਹੋਇਆ ਸੀਗਾ, ਉੱਥੇ ਗੋਰੇ ਨੇ, ਉੱਥੇ ਗੁਰਦੁਆਰੇ ਚ ਵੀ ਆਇਆ ਸੀਗਾ, ਉਦੋਂ ਵੀ ਗੋਰਾ ਸੀਗਾ, ਉਦੋਂ ਉਹਨਾਂ ਨੂੰ ਸਮੇਂ ਨਹੀਂ ਜਾਣਾ ਚਾਹੀਦਾ ਸੀ, ਤੁਸੀਂ ਵੀ ਤਾਂ ਆਹੀ ਕੰਮ ਕਰਦੇ ਰਹੇ ਹੋ ਪਹਿਲਾਂ, ਹਾਂ, ਜਿੱਥੇ ਬੱਸ ਚੱਲਿਆ, ਹਾਂ,
ਜਿੱਥੇ ਇਹਨਾਂ ਦਾ ਬਸ ਚੱਲਿਆ ਉਹਨਾਂ ਨੇ ਕਰ ਲਿਆ, ਜਿੱਥੇ ਉਹੀ ਗੱਲ ਗਲਤ ਹੋਈ ਜਿਹਦਾ ਜ਼ੋਰ ਚੱਲਦਾ ਉਹ ਆਪਣਾ ਕਰ ਲੈਂਦਾ ਬਸ ਸਾਰੇ ਜਣੇ। ਮੇਰਾ ਤਾਂ ਜੀ ਇੱਕ ਸੁਨੇਹਾ, ਮੈਂ ਤਾਂ ਬਹੁਤ ਸਟਰੋਂਗਲੀ ਜਾਣੀ ਜਿੰਨੀਆਂ ਦੀ ਮੇਰੇ ਨਾਲ ਪਰਸਨਲੀ ਗੱਲ ਹੋਈ ਆ, ਠੀਕ ਆ, ਉਹਨਾਂ ਨੂੰ ਮੈਂ ਇਹੀ ਕਿਹਾ, ਮੈਂ ਕਿਹਾ ਦੇਖੋ ਡਰਾਮਾ ਨਾ ਕਰੋ, ਖਾਸ ਕਰਕੇ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਤੇ ਹਿੰਦੂਆਂ ਨੂੰ, ਸਾਨੂੰ ਤਿੰਨਾਂ ਕੌਮਾਂ ਨੂੰ ਘੱਟੋ ਘੱਟ ਜਾਣੀ, ਠੀਕ ਆ, ਇਹ ਰੌਲਾ ਨੀ ਪਾਉਣਾ ਚਾਹੀਦਾ ਆ ਹੋਇਆ ਆ ਹੋਇਆ। ਇਹਨਾਂ ਤਿੰਨਾਂ ਜਿਹੜੀ ਕੱਲ ਵੀ ਗੱਲ ਕਰਦੇ ਸੀਗੇ, ਇਹਨਾਂ ਮੈਂ ਦੱਸਿਆ ਜਿਹੜੀ ਇੰਸੀਡੈਂਟ ਹੋਏ ਨੇ ਜਾਂ ਆਪਣੇ ਮੁਸਲਮਾਨਾਂ ਨਾਲ ਜਾਂ ਸਿੱਖਾਂ ਨਾਲ ਜਾਂ ਹਿੰਦੂਆਂ ਨਾਲ ਜਾਂ ਗੋਰਿਆਂ ਨਾਲ, ਉਹਨਾਂ ਚਾਰੇ ਬੰਦਿਆਂ ਚ ਇੰਸੀਡੈਂਟ ਇੰਨਾ ਫਰਕ ਆ ਕਿ ਗੋਰਿਆਂ ਨੇ, ਹਰ ਗੋਰੇ ਨੇ ਰਿਸਪੋਂਸੀਬਿਲਟੀ ਲਈ ਹੈ, ਇੱਕ ਬੰਦੇ ਨੇ ਅਗਰ ਕੀਤਾ ਬਾਕੀਆਂ ਨੇ ਰਿਸਪੋਂਸੀਬਿਲਟੀ ਲਈ ਹੈ। ਪਰ ਸਾਡੇ ਕਾ ਸਾਡੇ ਬਾਕੀ ਕਮਿਊਨਿਟੀ ਤਿੰਨ ਕਮਿਊਨਿਟੀਆਂ ਚ ਜੇ ਕਿਸੇ ਨੇ ਕੀਤਾ, ਉਹਨਾਂ ਨੇ ਕਿਸੇ ਨੇ ਬਾਕੀ ਕਿਸੇ ਬੰਦੇ ਨੇ ਉਹਦੇ ਅਗੇਂਸਟ ਜਾਂ ਕੋਈ ਉਹ ਨਹੀਂ ਕਿਹਾ ਕਿ ਹਾਂ ਇਹਨਾਂ ਨੇ ਗਲਤ ਕੀਤਾ, ਸਾਰਿਆਂ ਨੇ ਹਾਂ ਆਪਣੇ ਚੁੱਪ, ਕਈ ਚੁੱਪ ਰਹਿ ਗਏ, ਕਈ ਨੇ ਕਿਹਾ ਹਾਂ ਠੀਕ ਹੈ, ਨਹੀਂ ਨਹੀਂ ਇੱਦਾਂ ਇੱਦਾਂ ਧੱਕਾ, ਜਿਹੜੀ ਜਿੱਦ ਸਾਈਡ ਸੀਗੇ ਆਪਣਾ ਉਹਨਾਂ ਨੇ ਪੱਖ ਪੂਰ ਲਿਆ ਦੂਜਿਆਂ ਦਾ, ਉੱਦਾਂ ਨਹੀਂ ਕੀਤਾ, ਜ਼ਿੰਮੇਵਾਰੀ ਨਹੀਂ। ਹੁਣ ਤੁਸੀਂ ਦੇਖੋ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ, ਰਾਈਟ, ਠੀਕ ਹੈ, ਹੁਣ ਇਹ ਕੱਲ ਵਾਲੀ ਜਿਹੜੀ ਇੱਥੇ ਪਰਸੋਂ ਘਟਨਾ ਵਾਪਰੀ ਆ ਉਹਦੇ ਨਾਲ ਕੰਪੇਅਰ ਕਰ ਲਿਓ, ਤੇ ਗੋਰਿਆਂ ਦੇ ਮੁਲਕ ਵਿੱਚ ਗੋਰਿਆਂ ਦੇ ਇੱਕ ਬੰਦੇ ਵੱਲੋਂ ਇਹ ਕੰਮ ਕੀਤਾ ਗਿਆ, ਉਹਨੇ ਦੋ ਡੇਢ ਦੋ ਘੰਟੇ ਦੇ ਵਿੱਚ ਚਾਰ ਬੰਦੇ ਗ੍ਰਿਫਤਾਰ ਕਰ ਲਏ, ਜ਼ਿੰਮੇਵਾਰ ਬੰਦਾ ਫੜ ਲਿਆ, ਉਹਨੂੰ ਅਗਲੇ ਕੋਰਟ ਵਿੱਚ ਪੇਸ਼ ਕਰ ਦਿੱਤਾ। ਦਰਬਾਰ ਸਾਹਿਬ ਸਾਡੇ ਤੇ ਅਟੈਕ ਹੋਇਆ, ਕੀ ਕਿਸੇ ਨੇ ਹਿੰਦੂ ਬਹੁ ਗਿਣਤੀ ਨੇ ਤਾਂ ਕਿਹਾ ਵੀ ਇੰਦਰਾ ਗਾਂਧੀ ਨੂੰ ਅਸੀਂ ਗ੍ਰਿਫਤਾਰ ਕਰਾਂਗੇ? ਮਿਲਟਰੀ ਨੇ, ਲੋਕਾਂ ਨੇ, ਆਮ ਲੋਕਾਂ ਨੇ, ਕਿਸੇ ਨੇ ਆਵਾਜ਼ ਉਠਾਈ? ਨਹੀਂ ਨਾ, ਉਲਟਾ ਉਹਨੂੰ ਦੁਰਗਾ ਮਾਤਾ ਕਿਹਾ ਤੁਸੀਂ, ਬਿਲਕੁਲ, ਠੀਕ ਹੈ। ਫਿਰ ਸਾਡੇ ਬੰਦਿਆਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ, ਉਦੋਂ ਸਾਡਿਆਂ ਨੇ ਕਿਹਾ ਵੀ ਇਹਨੂੰ ਫੜੋ ਜੀ, ਸਾਡਾ ਇਹ ਚ ਕੋਈ ਹਿੱਸਾ ਨਹੀਂ ਹੈਗਾ, ਗਲਤ ਕੀਤਾ ਜਿਹੜੀ ਆ ਘਟਨਾ, ਗਲਤ ਤਾਂ ਗਲਤ ਹੀ ਹੈ, ਉਹਨੇ ਗਲਤੀ ਕੀਤੀ ਸੀ, ਉਹਨੂੰ ਉਹਨੂੰ ਅਸੀਂ ਵਕੀਲ ਕਰਦੇ, ਕੋਰਟ ਵਿੱਚ ਲੈ ਕੇ ਜਾਂਦੇ, ਪਰ ਇੱਦਾਂ ਮਾਰਨਾ ਗਲਤ ਆ, ਬਿਲਕੁਲ ਨਹੀਂ ਕੀਤਾ। ਅੱਛਾ, ਉਹਨਾਂ ਨੇ 20-30 ਹਜ਼ਾਰ ਮਾਰ ਦਿੱਤਾ, ਉਹਨਾਂ ਨੂੰ ਰੋਕਿਆ ਕਿਸੇ ਨੇ? ਉਹਨੇ ਵੀ ਨੀ ਕੀਤਾ, ਮੁੜ ਕੇ ਬਾਬਰੀ ਮਸਜਿਦ ਢਾਉਣ ਗਏ ਆ ਜਾ ਕੇ, ਉਹ ਕਿੱਡੀ ਦਹਿਸ਼ਤ ਵਾਲੀ ਘਟਨਾ ਸੀ, ਰਾਈਟ, ਠੀਕ ਹੈ। ਜਿਹਦਾ ਕੋਈ ਵੀ ਹਿੰਦੂ ਖੁੱਲੇ ਸ਼ਬਦਾਂ ਚ ਖੰਡਨ ਨਹੀਂ ਕਰ ਰਿਹਾ, ਤਾਂ ਮੈਂ ਇੱਦਾਂ ਹੀ ਹੁਣ ਮੁਸਲਮਾਨਾਂ ਵੱਲੋਂ ਕਿੰਨੀਆਂ ਘਟਨਾਵਾਂ ਹੋਈਆਂ ਪਾਰਲੀਮੈਂਟ ਚ ਜਾਂ ਉਧਰ ਹੋਟਲ ਤਾਜ ਮਹਿਲ ਚ, ਕਿੰਨਾ ਕੁਛ ਕੀਤਾ ਉਹਨਾਂ ਨੇ ਉਧਰ, ਚਾਹੇ ਅਮਰੀਕਾ ਦੇ ਵਿੱਚ ਹੋਇਆ, ਵੀ ਕਿਸੇ ਨੇ ਇੱਦਾਂ ਥੋੜੀ ਕੀਤਾ, ਕੋਈ ਬੰਦਾ ਗਰੁੱਪ, ਕੋਈ ਇਹ ਕਹੇ, ਕੋਈ ਕੰਟਰੀ ਇਹ ਕਹੇ ਵੀ ਭਾਈ ਇਹ ਸਾਮੇ ਦਾ ਫਲਾਨੇ ਦਾ ਕੰਮ ਸੀਗਾ, ਹਨਾ, ਵੀ ਸਾਡੇ ਮੁਲਕ ਦਾ ਪਤਾ ਲੱਭਣ ਲਈ, ਜੇ ਹੁਣ ਕਿਤੇ ਨਿਊਜ਼ੀਲੈਂਡ ਪ੍ਰੋਟੈਕਟ ਕਰਨ ਲੱਗ ਪੈਂਦਾ ਉਸ ਬੰਦੇ ਨੂੰ, ਤੁਸੀਂ ਸੋਚ ਕੇ ਦੇਖੋ, ਵੀ ਕਿਸੇ ਹੋਰ ਨੂੰ ਲਿਆ ਕੇ ਇੱਥੇ ਆਪਣੀ ਫੌਜ ਭੇਜ ਕੇ ਤਾਂ ਲੱਭਣਾ ਪੈਂਦਾ ਉਹਨੂੰ, ਕਿੰਨੀ ਸ਼ਰਮ ਵਾਲੀ ਗੱਲ ਸੀ, ਉਹਨਾਂ ਨੂੰ ਉਸੇ ਵੇਲੇ ਫੜ ਕੇ ਕਟਹਿਰੇ ਚ ਖੜਾ ਕਰਤਾ ਜਾ ਕੇ, ਬਿਲਕੁਲ, ਹਨਾ। ਇਸ ਕਰਕੇ ਮੈਂ ਕਹਿੰਦਾ ਵੀ ਸਾਨੂੰ ਇਹਨਾਂ ਘਟਨਾਵਾਂ ਦੇ ਲਈ ਪਹਿਲੀ ਗੱਲ ਤਾਂ ਤਿਆਰ ਰਹਿਣਾ ਚਾਹੀਦਾ ਭਾਈ, ਹੁਣ ਵੀ ਸਿੱਖਾਂ ਦੀ ਵੀ ਤੁਸੀਂ ਦੇਖ ਲਓ, 84 ਤੋਂ ਬਾਅਦ, 84 ਤੋਂ 96 ਤੱਕ ਤਾਂ ਤੁਸੀਂ ਕਹਿ ਦਿੱਤਾ ਵੀ ਸਰਕਾਰ ਨੇ ਤਸ਼ੱਦਦ ਕੀਤਾ, ਪਰ 84 ਤੋਂ ਪਹਿਲਾਂ ਤਾਂ ਨਹੀਂ ਸੀਗਾ, ਉਹ ਤਾਂ ਤੁਸੀਂ ਕਰਦੇ ਸੀ ਤਸ਼ੱਦਦ, ਤੁਸੀਂ ਕਰਦੇ ਸੀਗੇ, ਬਿਲਕੁਲ, ਹਨਾ। ਹਾਲਾਂਕਿ ਜਿਹੜਾ 84 ਤੋਂ 96 ਤੱਕ ਵੀ ਹੋਇਆ, ਦਲਜੀਤ ਸਿੰਘ ਬਿੱਟੂ, ਲਾਭ ਸਿੰਘ, ਪੰਜਵੜ, ਸੁੱਖਾ, ਸੁਖਦੇਵ ਸਿੰਘ, ਉਹ ਸਾਰੇ ਬੰਦੇ, ਸੁਖਦੇਵ ਸਿੰਘ ਬੱਬਰ, ਸਾਰੇ ਬੰਦੇ ਆਪਣੇ ਨਾਮ, ਬਾਕੀ ਵੀ ਜਿੰਨੇ ਜਰਨੈਲ ਸੀਗੇ, ਮੈਂ ਉਦੋਂ ਕਾਸ਼ਤੀਵਾਲ ਦੀ ਵੀ ਗੱਲ ਕੀਤੀ ਸੀ, ਉਹ ਬੰਦੇ ਰਹਿੰਦੇ ਕਿਸੇ ਹੋਰ ਨਾਂ ਥੱਲੇ ਰਹੇ ਆ, ਬੜੀ ਵਧੀਆ ਆਮ ਜਨਤਕ ਜ਼ਿੰਦਗੀ ਜਿਉਂਦੇ ਰਹੇ ਆ, ਅਖਬਾਰਾਂ ਚ ਉਹਨਾਂ ਦੇ ਨਾਂ ਦੇ ਉੱਤੇ ਬੜੀ ਬੜੀਆਂ ਖਬਰਾਂ ਲੱਗਦੀਆਂ ਰਹੀਆਂ ਵੀ ਫਲਾਨੀ ਜਗ੍ਹਾ ਕਾਰਵਾਈ ਕੀਤੀ, ਫਲਾਨੀ ਜਗ੍ਹਾ ਕੀਤੀ, ਠੀਕ ਆ। ਹੁਣ ਇਹ ਕੀ ਪਤਾ ਉਹ ਖੇਡ ਬਾਕੀ ਏਜੰਸੀਆਂ ਨੇ ਖੇਡੀ ਹੋਵੇ, ਪਤਾ ਹੀ ਨਹੀਂ ਅਗਲੇ ਨੂੰ, ਅਗਲਾ ਉਹ ਚੁੱਪ ਚਪੀਤਾ ਬੈਠਾ ਰਿਹਾ, ਕੋਈ ਗੱਲ ਨਹੀਂ, ਮਸ਼ਹੂਰੀ ਹੋ ਰਹੀ ਹੋਈ ਜਾਣ ਦਿਓ, ਆਪਣਾ ਜੀਵਨ ਜੀ ਜਾਓ ਆਰਾਮ ਨਾਲ, ਠੀਕ ਹੈ। ਨਹੀਂ ਤਾਂ ਅਗਲੇ ਨੂੰ ਕਹਿਣਾ ਚਾਹੀਦਾ ਸੀ ਉਸ ਵੇਲੇ ਵੀ ਭਾਈ ਮੇਰੇ ਨਾਂ ਤੇ ਖਬਰ ਲੱਗ ਗਈ ਆ, ਮੈਂ ਤਾਂ ਲੁਧਿਆਣੇ ਕੰਮ, ਮੈਂ ਤਾਂ ਘਰ ਬਣਾਉਣ ਲੱਗਾ, ਇੱਥੇ ਮੈਂ ਨਹੀਂ ਕੀਤਾ ਕੰਮ, ਇਹ ਕਿਸੇ ਨੇ ਨਹੀਂ ਕਿਹਾ। ਹੁਣ ਜਿਹੜਾ ਉਹ 84 ਤੋਂ ਪਹਿਲਾਂ ਦੀ ਸਾਡਾ ਅੱਤਵਾਦ ਸੀ ਜਿਹੜਾ ਸਾਡਾ, ਉਹਦੇ ਵੀ ਅਸੀਂ ਹੁਣ ਤਾਂ ਪ੍ਰੋੜਤਾ ਕਰ ਰਹੇ ਹਾਂ, ਅਮਰੀਕਾ, ਕਨੇਡਾ, ਇੰਗਲੈਂਡ ਦੇ ਵਿੱਚ ਬੈਠੇ ਅਸੀਂ ਗੁਰਦੁਆਰੇ ਚ ਫੋਟੋ ਲਾਈਆਂ ਉਹਨਾਂ ਲੋਕਾਂ ਦੀਆਂ,
ਜਿਹੜਾ 84 ਤੋਂ ਬਾਅਦ ਜੋ ਸਾਡੇ ਵੱਲੋਂ ਧੱਕਾ ਹੋਇਆ ਉਹਦੀ ਵੀ ਪ੍ਰੋੜਤਾ ਅਸੀਂ ਕਰੀ ਜਾਂਦੇ, ਪ੍ਰੋੜਤਾ ਨਹੀਂ ਕਰ ਰਹੇ ਹਜੇ ਤੱਕ, ਉਹ ਹੀ ਕੰਮ ਕਰ ਰਹੇ ਹਾਂ ਹਜੇ ਤੱਕ, ਜਿਹੜੀ ਛਬੀਲ ਲੱਗੀ ਹੈ ਜਾਂ ਬਾਕੀ ਗੁਰਦੁਆਰਿਆਂ 'ਚ ਬੋਲਣ ਨਹੀਂ ਦਿੱਤਾ ਜਾਂਦਾ, ਉਹ ਸਾਰਾ ਉਹੀ ਤੇ ਕੰਮ ਇਹੀ ਆ, ਸਿਰਫ ਅੱਜ ਹਥਿਆਰ ਨਹੀਂ ਨਾ ਕੋਲ ਬਸ, ਕਿਉਂਕਿ ਹੁਣ ਮੀਡੀਆ ਆਇਆ ਸਾਹਮਣੇ ਪਤਾ ਲੱਗ ਜਾਂਦਾ ਤੇ ਹਥਿਆਰ ਨਹੀਂ ਹੈ, ਬਾਕੀ ਕੰਮ ਤਾਂ ਸਾਰਾ ਉਹੀ ਕਰ ਰਹੇ ਨੇ, ਗੁੰਡਾਗਰਦੀ ਉਸੇ ਤਰ੍ਹਾਂ, ਗੁੰਡਾਗਰਦੀ ਉਸਾਂ ਦੇ ਸੇਮ ਉਦਾਂ ਹੀ ਹੈ, ਕੋਈ ਫਰਕ ਨਹੀਂ ਹੈ। ਤੇ ਹੁਣ ਉਹ ਤਾਂ ਮੈਂ ਕਹਿੰਦਾ ਵੀ ਸਾਨੂੰ ਸਿੱਖਾਂ ਨੂੰ, ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਸਾਨੂੰ ਇਹ ਡਰਾਮਾ ਨਹੀਂ ਕਰਨਾ ਚਾਹੀਦਾ ਵੀ ਇਨਸਾਨੀਅਤ ਦੇ ਉਲਟਿਆ ਜੀ ਆ ਆਇਆ ਜੀ ਆਇਆ, ਪਹਿਲਾਂ ਉਹ ਤਾਂ ਕਰੀਏ ਵੀ ਦੇਖੋ ਇਹ ਇਹੋ ਜਿਹਾ ਕੰਮ ਸਾਡੇ ਬੰਦੇ ਵੀ ਕਰਦੇ ਰਹੇ ਆ, ਕਰਦੇ ਰਹੇ ਆ, ਠੀਕ ਹੈ। ਹੁਣ ਡਾਕਾਨੀਨੀ ਵਾਲਿਆਂ ਨੂੰ ਜਦੋਂ ਇਹ ਗੱਲ ਕਰਦੇ ਆ ਤਾਂ ਖੰਡਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਅਸੀਂ ਹੁਣ ਤੱਕ ਗੁਰਦੁਆਰੇ 'ਚ ਫੋਟੋ ਲਾ ਕੇ ਰੱਖੀਆਂ, ਇਹ ਸੋਚ ਕੇ ਅੱਜ ਸਾਨੂੰ ਅਹਿਸਾਸ ਹੋਇਆ ਵੀ ਏਦਾਂ ਜਿਹੜੀ ਨਿਹੱਥੀ ਭੀੜ ਆ ਉਹਦੇ 'ਤੇ ਜਾ ਕੇ ਮਾਰਨਾ ਕਿਸੇ ਨੂੰ, ਜਦੋਂ ਜਦੋਂ ਪੰਜਾਬ 'ਚ ਇਹ ਘਟਨਾਵਾਂ ਹੁੰਦੀਆਂ ਹੋਣਗੀਆਂ, ਠੀਕ ਹੈ, ਉਦੋਂ ਕੀ ਹੁੰਦਾ ਹੋਊਗਾ। ਹੁਣ ਉੱਥੇ ਜਿੱਥੇ ਤੁਸੀਂ ਗੱਲ ਕਰਨੀ ਟਕਸਾਲ ਦੀ, ਉੱਥੇ ਤੁਸੀਂ 12 ਪਹਿਰਾ ਸ਼ਹੀਦਾਂ ਦੇ ਵਾਰਸ ਹੋ ਗਏ ਤੁਸੀਂ, ਹਨਾ, ਉੱਥੇ ਤੁਸੀਂ ਇੰਦਰਾ ਗਾਂਧੀ ਦੇ ਕਤਲ ਦੀ ਵੀ ਪ੍ਰੋੜਤਾ ਕਰੀ ਜਾਂਦੇ ਆ, ਜਾ ਕੇ ਸਰੂਪੇ ਲਈ ਜਾਂਦੇ, ਪੈਸੇ ਇਕੱਠੇ ਕਰੀ ਜਾਂਦੇ ਆ, ਹਨਾ। ਜਦੋਂ ਜਦੋਂ ਗੱਲ ਹੁੰਦੀ ਆ ਇਸ ਪਾਸੇ ਆ ਕੇ ਹੁਣ ਏਦਾਂ ਲੋਕਾਂ ਦੇ ਵਿੱਚ ਚੰਗੇ ਬਣਨ ਦੀ, ਫਿਰ ਤੁਸੀਂ ਇਹ ਲੀਡਰਾਂ ਨੇ ਧੋਖੇ ਸਾਡੇ ਨਾਲ ਹਰੇਕ ਜਗ੍ਹਾ ਦੇ ਉੱਤੇ ਕੀਤੇ ਆ। ਆਮ ਲੋਕ ਜਿਹੜੇ ਆ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ, ਨਜ਼ਰੀਆ ਬਦਲ ਲਓ ਆਪਣਾ। ਇਸ ਇਹ ਐਨਕਾਂ ਜਿਹੜੀਆਂ ਗੁਰੂ ਸਾਹਿਬ ਦੀਆਂ ਨਾ, ਜਿਹੜੀਆਂ ਬੈਲੈਂਸ ਕਰਨੇ ਵਾਲੀਆਂ ਆ, ਜਿਹੜੀਆਂ ਸਮੁੱਚਤਾ ਨੂੰ ਦੇਖਣੇ ਵਾਲੀਆਂ ਆ, ਉਹ ਐਨਕਾਂ ਲਾ ਕੇ ਘਟਨਾਵਾਂ ਨੂੰ ਦੇਖੋ, ਆਪਣਾ ਦਿਮਾਗ ਵਰਤੋ। ਇਹਨਾਂ ਲੋਕਾਂ ਦੀਆਂ ਨਜ਼ਰਾਂ ਦੇ ਨਾਲ ਇਹਨਾਂ ਦੀਆਂ ਐਨਕਾਂ ਨਾ ਦੇਖੋਗੇ, ਇਹਨਾਂ ਦੇ ਨਜ਼ਰੀਏ ਨਾ ਦੇਖੋਗੇ ਤੇ ਤਬਾਹ ਹੋਵਾਂਗੇ ਆਪਾਂ, ਠੀਕ ਹੈ ਜੀ। ਹੁਣੀ ਆ ਇਸ ਚੀਜ਼ ਲਈ ਤਿਆਰ ਰਹੀਏ ਅਸੀਂ, ਕਦੇ ਕਿਸੇ ਵੀ ਟਾਈਮ ਵਾਪਰ ਸਕਦੀ ਹੈ ਇਹ ਗੱਲ, ਠੀਕ ਹੈ ਜੀ। ਉਹ ਉਹ ਸਾਡੇ ਵੱਲੋਂ ਵੀ ਅੱਤਵਾਦ ਹੀ ਕੀਤਾ ਜਾ ਰਿਹਾ ਆ। ਮੈਂ ਤਾਂ ਕਹਿੰਦਾ ਸ਼ੁਕਰੀਆ ਸ਼ੁਕਰੀਆ ਵੀ ਅਜੇ ਇਹ ਜਿਹੜੀ ਵੱਡੀ ਗਿਣਤੀ ਆ ਦੁਨੀਆਂ ਦੇ ਵਿੱਚ, ਉਹਨਾਂ ਨੇ ਆਪਣਾ ਰਵੱਈਆ ਇਹੋ ਜਿਹਾ ਨਹੀਂ ਬਣਾਇਆ। ਜਿੰਨੇ ਹਥਿਆਰ ਇਹਨਾਂ ਕੋਲ ਅਮਰੀਕਾ, ਫਰਾਂਸ, ਜਰਮਨੀ, ਇਹਨਾਂ ਕੰਟਰੀਆਂ ਦੇ ਵਿੱਚ ਆ, ਠੀਕ ਆ, ਜਿਹੜਾ ਅਸੀਂ ਗੱਲ ਗੱਲ ਤੇ ਧਮਕੀ ਦੇ ਦਿੰਦੇ ਹਾਂ। ਹੁਣ ਜਿਹੜਾ ਕੈਨੇਡਾ ਦੇ ਵਿੱਚ ਜਹਾਜ਼ ਅਗਵਾ ਹੋਇਆ, ਉਹ 'ਚ ਪਤਾ ਸਾਰਿਆਂ ਨੂੰ ਵੀ ਤਲਵਿੰਦਰ ਸਿੰਘ ਹੁਣਾਂ ਦਾ ਹੱਥ ਸੀਗਾ, ਠੀਕ ਹੈ ਨਾ। ਉਹਦੇ ਲਈ ਅਸੀਂ ਕਿੰਨੇ, ਜੇ ਇਹ ਲੋਕ ਇੱਥੇ ਵਾਲੇ ਲੋਕ ਜਿਹੜੇ ਆ, ਜਿਹੜੇ ਗੋਰੇ ਲੋਕ ਆ, ਜੇ ਉਹ ਇਸ ਰਾਹੀਂ ਉਹ ਜਾਣੀ ਅਜੇ ਦੁਨੀਆਂ ਨੂੰ ਸੋਹਣਾ ਬਣਾਉਣ ਤੇ ਲੱਗੇ ਹੋ, ਉਹ ਸਾਨੂੰ ਇੱਦਾਂ ਜਾਣੀ ਅੱਤਵਾਦ ਵਿੱਚ ਗਲਤਾਨ ਹੋਇਆਂ ਨੂੰ ਵੀ ਸਾਨੂੰ ਰਿਫਿਊਜੀ ਲੈ ਲਿਆ ਉਹਨਾਂ ਨੇ, ਠੀਕ ਆ, ਤੇ ਸਾਨੂੰ ਸੰਭਾਲ ਲਿਆ ਉਹਨਾਂ ਨੇ। ਹੁਣ ਜੇ ਕਿਤੇ ਉਹ ਇਸ ਰਾਹ ਤੇ ਪੈ ਗਏ, ਫਿਰ ਤੁਸੀਂ ਇਮੇਜਿਨ ਕਰਕੇ ਦੇਖੋ ਵੀ ਧਰਤੀ ਜਿਹੜੀ ਇੱਕੋ ਹੀ ਤਾਂ ਪਲੈਨਟ ਆ ਸਾਡੇ ਕੋਲ, ਇਹਦਾ ਕੀ ਬਣੂਗਾ। ਬਿਲਕੁਲ, ਜਿੰਨਾ ਮਨੀਸ਼ਨ ਉਹਨਾਂ ਦੇ ਕੋਲ ਆ, ਹਨਾ। ਉਹ ਇੱਦਾਂ ਦੀਆਂ ਘਟਨਾਵਾਂ ਹੁਣ ਗੁਰਦੁਆਰਿਆਂ ਦੇ ਅੰਦਰ, ਮੰਦਰਾਂ ਦੇ ਅੰਦਰ ਜਾ ਕੇ, ਮਸਜਿਦਾਂ ਦੇ ਅੰਦਰ ਜਿੱਥੇ ਸਾਡੇ ਕਬੱਡੀ ਦੇ ਟੂਰਨਾਮੈਂਟ ਹੁੰਦੇ, ਗਾਉਣੇ ਵਾਲੇ ਸਾਡੇ ਲੱਗਦੇ ਆ, ਉਹਨਾਂ ਥਾਵਾਂ ਤੇ ਹੋਣ ਲੱਗ ਪਈਆਂ। ਜਦੋਂ ਉਹਨਾਂ ਦੇ ਦਿਮਾਗ 'ਚ ਕੀੜਾ ਵੜ ਗਿਆ, ਅਸੀਂ ਕਹਿੰਦੇ ਹਾਂ ਵੀ ਜਿਹੜੀ ਰਾਜ ਕਰੇਗਾ ਖਾਲਸਾ, ਅੱਕ ਹੀ ਰਹੇ ਨਾ ਕੋਈ, ਹਨਾ। ਅਗਲੇ ਕਹਿੰਦੇ ਵੀ ਧਰਤੀ ਜਿਹੜੀ ਅੱਲਾ ਦੀ ਆ, ਹਿੰਦੂ ਕਹੀ ਜਾਂਦੇ ਵੀ ਸਾਰਾ ਕੁਛ ਹਰਾਮ ਦਾ, ਉਹ ਸਾਰੀ ਦੁਨੀਆਂ ਤੇ ਕਬਜ਼ਾ ਕਰਨ ਨੂੰ ਫਿਰਦੇ ਆ। ਵਾਇਲੈਂਸ ਹਰ ਜਗ੍ਹਾ ਨਾ ਕਰਨੀ ਚਾਹੀਦੀ ਹੈ, ਉਹ ਤਾਂ ਜਿੱਦਾਂ ਚੱਲਦਾ ਰਹੂ। ਹੁਣ ਤੁਸੀਂ ਆਹ ਹੋਇਆ ਅੱਜ, ਕੱਲ ਤੁਸੀਂ ਕਹੋਗੇ ਹੁਣ ਅਸੀਂ ਬਦਲਾ ਲੈਣਾ, ਚੱਲਦਾ ਹੀ ਰਹੂਗਾ ਕੰਮ। ਉਦਾਂ ਤੁਸੀਂ ਹੁਣ ਜਿੱਦਾਂ ਹਿੰਦੂਆਂ ਨੂੰ ਕਰਕੇ ਉਹਨਾਂ ਨੇ ਮਾਰਿਆ, ਫਿਰ ਉਹਨਾਂ ਨੇ ਬਦਲਾ, ਉਹ ਤਾਂ ਚੱਲਦਾ ਹੀ ਇੰਡੀਆ ਤੇ ਅੱਜ ਤੱਕ ਚੱਲੀ ਜਾਂਦਾ ਪਿਆ। ਅਸੀਂ ਜਿਹੜੇ ਮਾਨਸ ਕੀ ਜਾਤ ਸਭ ਹੈ ਕਿ ਪਹਿਚਾਨ ਬੋਧੀ ਗੱਲ ਕਰਦੇ ਹਾਂ, ਫਿਰ ਅਸੀਂ ਇਹ ਕਿਉਂ ਕਹੀ ਜਾਂਦੇ ਵੀ ਰਾਜ ਕਰੇਗਾ ਖਾਲਸਾ। ਹੁਣ ਜਦੋਂ ਉੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਦੀ ਗੱਲ ਕਰਦੇ ਆ, ਫਿਰ ਇਹ ਕਿਉਂ ਕਹਿੰਦੇ ਵੀ ਖਾਲਸਾ ਵੀ ਜਾਣੀ ਉਹਨੂੰ ਬਣਾਏ ਸਾਰੇ ਹੀ ਆ, ਪਰ ਖਾਲਸਾ ਸਾਰਿਆਂ ਤੋਂ ਵਧੀਆ ਕਰੂਗਾ, ਰਾਜ ਖਾਲਸਾ ਕਰੂਗਾ, ਹਨਾ। ਇਹ ਤਾਂ ਇਹ ਆ ਵੀ ਭੈਣ ਭਰਾ ਆਇਆ ਅਸੀਂ, ਰਾਈਟ, ਬਿਲਕੁਲ। ਹੁਣ ਘਰ ਦੇ ਵਿੱਚ ਮਤਲਬ ਚਾਰ ਨਿਆਣੇ ਆ, ਰਾਈਟ, ਠੀਕ ਹੈ। ਇੱਕ ਮੰਮੀ ਦੇ ਨਾਲ ਉਹਦੇ ਬੈੱਡ ਤੇ ਸੌਂ ਜਾਂਦਾ ਆ, ਇੱਕ ਅਜੇ ਕੋਟ ਦੇ ਵਿੱਚ ਪਿਆ ਆ, ਇੱਕ ਨੇ ਪੂਰਾ ਰੂਮ ਮੱਲਿਆ ਆ,
ਠੀਕ ਹੈ ਨਾ, ਬਸ ਫਿਰ ਏਦਾਂ ਕਿਉਂ ਨੀ ਅਸੀਂ ਜਦੋਂ ਜਦੋਂ ਕੁਦਰਤ ਕੇ ਸਭ ਬੰਦੇ ਹਾਂ, ਜਦੋਂ ਅਵਲ ਅੱਲਾ ਨੂਰ ਪਾਇਆ ਆ, ਫਿਰ ਫਿਰ ਅਸੀਂ ਇਹ ਕਹੀ ਜਾਈਏ ਵੀ ਅਸੀਂ ਹੀ ਦੱਸਾਂਗੇ ਸਾਰੀ ਦੁਨੀਆਂ ਨੂੰ? ਨਹੀਂ ਨਹੀਂ, ਫਿਰ ਜਿੱਦਣ ਲੋਕਾਂ ਨੂੰ ਅਕਲ ਆ ਗਈ ਉਦੋਂ ਦੇਖ ਲਿਓ ਸਾਰਿਆਂ ਨੇ ਸਿੱਖ ਬਣ ਜਾਣਾ। ਦਲੀਲਾਂ ਸਾਡੀਆਂ ਕਿੱਦਾਂ ਦੀਆਂ? ਆਖੇ ਦਾੜੀ ਕੇਸ, ਜਿਹੜਾ ਬੱਚਾ ਜੰਮਦਾ ਉਹਨੂੰ ਹੱਥ ਨਾ ਲਾਓ, ਠੀਕ ਹੈ, ਫਿਰ ਉਹ ਸਿੱਖ ਬਣ ਜਾਊਗਾ। ਦਾੜੀ ਕੇਸ ਕਿੱਦਾਂ? ਮਤਲਬ ਉਹ ਬੱਚਾ ਜੰਮਿਆ ਆ, ਉਹਨੂੰ ਉਹਨੂੰ ਟੱਚ ਨਾ ਕਰੋ। ਆਲ ਰਾਈਟ, ਠੀਕ ਹੈ ਠੀਕ ਹੈ, ਹਾਂ ਹਾਂ ਠੀਕ ਹੈ। ਜਦੋਂ ਵੱਡਾ ਹੋਊਗਾ ਦੇਖਣ ਨੂੰ ਦੁਨੀਆ ਕਹੂਗੀ ਸਿੱਖਿਆ ਹੈ, ਮਤਲਬ ਸਿੱਖ ਇੱਦਾਂ ਬਣਿਆ ਸੀ, ਕਿੱਦਾਂ ਬਣਿਆ ਸੀ? ਨਹੀਂ ਨਹੀਂ ਨਹੀਂ, ਜਿਹੜੀ ਜਿਹੜੀ ਭਾਈ ਲੈਣਾ ਜੀ ਦੀ ਘਾਟ ਘੜੀ ਗਈ ਆ, ਉਹ ਇੱਦਾਂ ਸੀ ਵੀ ਜੰਮਦੇ ਨੂੰ ਹੱਥ ਨੀ ਲਾਇਆ, ਵੱਡਾ ਹੋਇਆ ਸਿੱਖ ਬਣ ਲਓ ਜੀ, ਲੈਣਾ ਬਣ ਗਿਆ, ਲੈਣਾ ਅੰਗਦ ਬਣ ਗਿਆ। ਇੱਦਾਂ ਦੇ ਕਿੰਨੇ ਬਣੇ ਫਿਰ ਤੁਰੇ ਫਿਰ? ਨਹੀਂ ਨਾ, ਫਿਰ ਆਹੀ ਤਾਂ ਪ੍ਰੋਬਲਮ ਆ ਸਾਡੀ, ਅਸੀਂ ਹੁਣ ਬਣਾ ਦਾੜੀ ਕੇਸ ਰੱਖਾ ਕੇ ਕਹੀ ਜਾਂਦੇ, ਉਹ ਕੱਟਣੇ ਵਾਲੇ ਨੂੰ ਕਹਿੰਦੇ ਪਤਤ ਹੋ ਗਿਆ, ਰੱਖਣੇ ਵਾਲੇ ਨੂੰ ਕਹਿੰਦੇ ਸਿੱਖ ਬਣ ਗਿਆ। ਉਹ ਚੀਜ਼ਾਂ ਪਾਈ ਇਹ ਸਾਰੀਆਂ, ਇਹਨਾਂ ਨੂੰ ਦੋ ਸ਼ਬਦਾਂ ਦੇ ਵਿੱਚ ਲਿਆ ਕੇ ਕਿਤੇ ਕਹਿਣਾ ਸੌਖਾ ਨਹੀਂ ਹੈਗਾ, ਔਰ ਸਾਨੂੰ ਪਤਾ ਅਸੀਂ ਜਿਹੜੀਆਂ ਗੱਲਾਂ ਕਹਿੰਦੇ ਹਾਂ ਬੜੀਆਂ ਰਿਸਕੀ ਆ ਇਹ, ਠੀਕ ਹੈ, ਜਿਹੜੇ ਪਹਿਲਾਂ ਵੀ ਸਵਾਲ ਕੀਤੇ ਆ ਅਸੀਂ ਦੋ ਗੱਲਾਂ ਆ। ਇੱਕ ਤਾਂ ਉਹ ਧਿਰ ਬੈਠੀ ਆ ਜਿਹੜੀ ਇਸ ਜਿਹੜਾ ਇਹ ਨਜ਼ਰੀਆ ਆ, ਇਹ ਵਿਚਾਰਧਾਰਾ ਆ, ਇਸ ਵਿਚਾਰਧਾਰਾ ਦੇ ਰਾਹੀਂ ਉਹ ਰੋਟੀ ਖਾ ਰਹੇ ਆ, ਇੱਕ ਉਹ ਧਿਰ ਆ। ਦੂਜੀ ਉਹ ਧਿਰ ਆ ਜਿਹੜੀ ਉਹਨਾਂ ਨੂੰ ਭੰਡ ਕੇ ਰੋਟੀ ਖਾ ਰਹੀ ਆ, ਠੀਕ ਹੈ, ਉਹਨਾਂ ਦੋਹਾਂ ਨੂੰ ਅਸੀਂ ਦੁਖੀ ਕਰ ਰਹੇ ਹਾਂ, ਸਾਡੀਆਂ ਗੱਲਾਂ ਤੋਂ ਤਕਲੀਫ ਹੋ ਰਹੀ ਆ, ਠੀਕ ਹੈ, ਵੀ ਜਿਸ ਕਰਕੇ ਸਾਨੂੰ ਖਿਆਲ ਕਰਨਾ ਪੈਣਾ ਅਸੀਂ ਇੱਦਾਂ ਇਹਨਾਂ ਦੇ ਝਾਂਸੇ ਵਿੱਚ ਆ ਕੇ ਕਿਤੇ ਵੀ ਕੋਈ ਇੱਦਾਂ ਦਾ ਸਟੈਪ ਨਾ ਲੈ ਲਈਏ, ਨਹੀਂ ਤਾਂ ਨੁਕਸਾਨ ਹੋਊਗਾ, ਠੀਕ ਹੈ ਜੀ। ਦੁਨੀਆਂ ਜਿਸ ਵੀ ਐਂਗਲ ਤੋਂ ਦੁਨੀਆਂ ਦੇਖਦੀ ਆ ਉਹ ਦੇਖੀ ਜਾਵੇ, ਠੀਕ ਹੈ, ਸਾਨੂੰ ਆਪ ਕੇਅਰਫੁਲ ਹੋ ਕੇ ਚੱਲਣਾ ਪੈਣਾ, ਇਹਨਾਂ ਗੱਲਾਂ ਨੂੰ ਵਿਚਾਰਨਾ ਪੈਣਾ, ਰਾਈਟ, ਬਈ ਧਰਮ ਜਦੋਂ ਆ ਗਿਆ ਨਾ, ਜਦੋਂ ਤੁਸੀਂ ਆਪਣੇ ਆਪ ਨੂੰ ਸੁਪੀਰੀਅਰ ਕਹਿਣਾ ਸ਼ੁਰੂ ਕਰ ਦਿੱਤਾ, ਜਦੋਂ ਤੁਸੀਂ ਆਪਣੇ ਆਪ ਨੂੰ ਕਿਸੇ ਉਹ ਸ਼ਕਤੀ ਨਾਲ ਜੋੜ ਲਿਆ, ਠੀਕ ਹੈ, ਉਦਣ ਤੁਸੀਂ ਦੂਜੇ ਅਸਲੀ ਜਾਤ ਪਾਤ ਇਹ ਆ, ਭੇਦਭਾਵ ਇਹ ਆ ਅਸਲੀ, ਠੀਕ ਹੈ, ਸਮਾਜਿਕ ਨਾਮ ਬਰਾਬਰੀ ਜਿਹੜੀ ਆ ਨਾ ਉਹ ਇੱਥੋਂ ਸ਼ੁਰੂ ਹੋ ਜਾਂਦੀ ਆ, ਜਦੋਂ ਤੁਸੀਂ ਆਪਣੇ ਆਪ ਨੂੰ ਦੂਜੇ ਨਾਲੋਂ ਸੁਪੀਰੀਅਰ ਕਹਿੰਦੇ ਆ, ਠੀਕ ਹੈ। ਹੁਣ ਸਾਡੇ ਸਿੱਖ ਧਰਮ ਦੇ ਵਿੱਚ ਉਹ ਜੀਤੇ ਉਹਨਾਂ ਦੀ ਵੀਡੀਓ ਆ ਜੀ, ਉਹਨੂੰ ਆਪਾਂ ਆਉਣ ਵਾਲੇ ਦਿਨਾਂ 'ਚ ਵਿਚਾਰਾਂਗੇ, ਉਹਦੇ 'ਚ ਉਹ ਜਿਹੜੇ ਸੰਘਰਸ਼ ਵਾਲੇ ਆ ਨਾ ਉਹ ਕਹਿੰਦੇ ਆ ਵੀ ਦੇਖੋ ਜੀ ਇਹ ਨਾਮ ਜਪਾਈ ਜਾਂਦੇ ਆ, ਵੀ ਕੀ ਗੁਰੂ ਸਾਹਿਬ ਨੇ ਨਾਮ ਜਪਣ ਲਈ ਧਰਤੀ 'ਤੇ ਭੇਜਿਆ ਸੀ? ਜਿਹੜੀਆਂ ਸ਼ਹੀਦੀਆਂ ਹੋਈਆਂ ਇਸ ਕਰਕੇ ਹੋਈਆਂ ਵੀ ਨਾਮ ਜਪਦੇ ਸੀ ਉਹ? ਨਹੀਂ, ਉਹ ਕਹਿੰਦੇ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਉਣ ਦੀ ਗੱਲ ਹੋਈ ਸੀ। ਹੁਣ ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਸਿੱਖ ਧਰਮ ਆ ਉਹ ਬਾਕੀਆਂ ਨਾਲ ਲੜਨ ਦੇ ਲਈ ਬਣਿਆ, ਵੀ ਅਸੀਂ ਸੰਘਰਸ਼ ਜਿਹੜੇ ਕਰਦੇ ਹਾਂ ਅਸੀਂ ਸਰਕਾਰ ਦੇ ਖਿਲਾਫ਼ ਆਵਾਜ਼ ਉਠਾਉਂਦੇ ਹਾਂ, ਅਤੇ ਗੁਰੂ ਨਾਨਕ ਦੇਵ ਜੀ ਦਾ, ਗੁਰੂ ਗੋਬਿੰਦ ਸਿੰਘ ਦਾ ਅਸਲ ਜਿਹੜਾ ਪਹਿਰਾ ਆ ਉਹਨਾਂ ਦੀ ਗੱਲ 'ਤੇ ਅਸੀਂ ਦੇ ਰਹੇ ਹਾਂ। ਨਾਮ ਜਪਣੇ ਵਾਲੇ ਕਹਿੰਦੇ ਅਸੀਂ ਦੇ ਰਹੇ, ਲੰਗਰ ਛਕਾਉਣੇ ਵਾਲੇ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ $20 ਦਾ, ₹20 ਦਾ ਭੋਜਨ ਛਕਾਇਆ ਸੀ, ਉਹ ਕਹਿੰਦੇ ਅਸਲ 'ਚ ਅਸੀਂ ਕਰ ਰਹੇ ਹਾਂ। ਗਿਆਨ ਦੇਣ ਵਾਲੇ ਕਹੀ ਜਾਂਦੇ ਅਸਲ 'ਚ ਅਸੀਂ ਕਰ ਰਹੇ ਹਾਂ, ਅਤੇ ਗੁਰਬਾਣੀ ਇਸ ਕਰਕੇ ਲਿਖੀ ਸੀ ਵੀ ਇਹ ਜੀਵਨ ਜਾਂਚ ਆ, ਤੇ ਅਸੀਂ ਸਿਹਾਰੀਆਂ ਬਿਹਾਰੀਆਂ ਲਾ ਕੇ ਅਸੀਂ ਸਾਰਾ ਦੱਸ ਰਹੇ ਇਹਦੇ ਵਿੱਚੋਂ ਜੀਵਨ ਸਿੱਖ ਰਹੇ, ਜਿੱਥੇ ਜਿੱਥੇ ਜਿਹਦਾ ਸੂਤ ਆ ਗਿਆ, ਜਿਹਦਾ ਦਾਲ ਲੱਗ ਗਿਆ, ਬਸ ਉਹ ਹਰੇਕ ਬੰਦਾ ਕਹਿ ਰਿਹਾ ਵੀ ਧਰਮ ਅਸਲ ਵਿੱਚ ਆ, ਪਰ ਗੱਲ ਜਿਹੜੀ ਆ ਨਾ ਉਹ ਜਿਹੜੀ ਬੈਲੈਂਸ ਗੱਲ ਆ ਉਹ ਉੱਥੇ ਜਾ ਕੇ ਮੁੱਕਦੀ ਆ, ਵੀ ਇੱਕ ਵਧੀਆ ਇਨਸਾਨ ਜਿਹੜਾ ਇੱਕ ਵਧੀਆ ਮਨੁੱਖ ਆ ਉਹਦੀ ਉਸਾਰੀ ਦੀ ਗੱਲ ਆ। ਉਹਦੇ ਵਿੱਚ ਜਦੋਂ ਕੋਈ ਜ਼ੁਲਮ ਕਰਨ ਵਾਲਾ ਉਹਨੂੰ ਰੋਕ ਰਿਹਾ ਆ ਬਦਨ ਫੁੱਲਣ ਤੋਂ, ਉਹਦਾ ਵਿਰੋਧ ਕਰ ਰਿਹਾ ਗੁਰੂ ਸਾਹਿਬ, ਜਦੋਂ ਕਿਸੇ ਦਾ ਕਰਮ ਕਾਂਡ ਉਹਨੂੰ ਰੋਕ ਰਿਹਾ ਆ ਆਜ਼ਾਦ ਹੋਣ ਤੋਂ, ਉਹਦਾ ਵਿਰੋਧ ਕਰ ਰਹੇ ਆ, ਠੀਕ ਹੈ। ਜਦੋਂ ਕੋਈ ਯੋਗੀ ਜਿਹੜਾ ਆ ਉਹ ਸਮਾਜ ਨੂੰ ਛੱਡ ਕੇ ਸਮਾਜ ਨੂੰ
ਸੁਨਣਾ ਛੱਡ ਜਾਂਦਾ, ਉਹਦਾ ਵਿਰੋਧ ਕਰ ਰਹੇ ਸਾਰਾ, ਠੀਕ ਹੈ। ਹੁਣ ਗੱਲ ਇਹ ਆ ਵੀ ਇੱਕ ਬੈਲੈਂਸ ਪਰਸਨੈਲਿਟੀ ਜਿਹੜੀ ਆ ਉਹਦਾ ਵਿਕਾਸ ਹੋਣਾ ਚਾਹੀਦਾ, ਠੀਕ ਹੈ। ਉਹਦੇ ਉਹ ਕਾਰਜ ਉਹ ਅੱਜ ਸਟੇਟ ਕਰ ਰਹੀ ਆ, ਤੇ ਹੁਣ ਜੇ ਗੁਰਦੁਆਰੇ ਚੋਂ ਉਹ ਨਹੀਂ ਝਲਕਾਰਾ ਪੈ ਰਿਹਾ, ਜੇ ਸਟੇਟ ਨੂੰ ਉਹਦੇ ਕੰਮ ਦੇ ਵਿੱਚ ਸਾਡਾ ਗੁਰਦੁਆਰਾ ਸਹਾਈ ਨਹੀਂ ਹੋ ਰਿਹਾ, ਤੇ ਸਮਝ ਲਓ ਅਸੀਂ ਗੁਰੂ ਸਾਹਿਬ ਦੇ ਮਿਸ਼ਨ ਤੋਂ ਭਟਕ ਗਏ। ਸਾਡੇ ਨਾਲ ਇੱਕ ਸਰੋਤੇ ਆ ਜੀ, ਉਹਨਾਂ ਦੀ ਗੱਲ ਸੁਣ ਲਈ। 0107 ਤੇ ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ, ਕੈਨੇਡਾ ਤੋਂ ਬੋਲਦਾ ਸੀਗਾ, ਪਹਿਲਾਂ ਵੀ ਕੀਤਾ ਸੀ ਫੋਨ, ਦਲਜਿੰਦਰ ਬਾਈ ਤੋਂ ਨੰਬਰ ਲਿਆ ਸੀ ਤੁਹਾਡਾ। ਹਾਂਜੀ ਹਾਂਜੀ, ਮੈਂ ਅੱਜ ਵੈਸੇ ਵੀਡੀਓ ਦੇਖ ਰਿਹਾ ਸੀਗਾ, ਮੈਂ ਤੁਹਾਨੂੰ ਕਾਫੀ ਦੇਰ ਦਾ ਫੋਲੋ ਕਰ ਰਿਹਾ ਤੇ ਮੈਨੂੰ ਵਧੀਆ ਵੀ ਲੱਗੇ ਤੁਹਾਡੇ ਵਿਚਾਰ, ਹਰੇਕ ਦੇ ਆਪਣੇ ਆਪਣੇ ਹੁੰਦੇ, ਤੁਹਾਡੇ ਵਿਚਾਰ ਮੈਨੂੰ ਵਧੀਆ ਲੱਗੇ, ਕਿਸੇ ਨੂੰ ਲੱਗਦੇ ਕਿਸੇ ਨੂੰ ਨਹੀਂ ਲੱਗਦੇ ਰਾਈ। ਹਾਂਜੀ, ਤੇ ਮੈਂ ਅੱਜ ਆਪਣੀ ਸਿੱਖ ਧਰਮ ਦੇ ਬਾਰੇ ਸੋਚ ਰਿਹਾ ਸੀ ਬੈਠਾ, ਦੋ ਚਾਰ ਵੀਡੀਓ ਦੇਖੀਆਂ, ਬਾਬਾ ਠਾਕਰ ਸਿੰਘ ਗੱਪ ਸੁਣੀਆਂ ਉਹਦੀਆਂ, ਮੈਂ ਦੇਖਿਆ, ਮੈਂ ਕਿਹਾ ਪ੍ਰਚਾਰ ਕਰ ਰਹੇ ਆ ਜਾਂ ਇਹਨਾਂ ਨੂੰ ਟੈਗ ਕਰਦੀ ਹੈ ਯੂਟਿਊਬ ਤੇ ਕਿ ਬੈਸਟ ਕਮੇਟੀ ਸ਼ੋ ਟ੍ਰਾਂਸਲੇਟ ਇੰਗਲਿਸ਼ ਕਰਕੇ ਕਰਦੀ ਹੈ, ਤੇ ਮੈਂ ਨਾ ਵਰਲਡ ਦੇ ਵਿੱਚ ਨੰਬਰ 1 ਕਮੇਟੀ ਸ਼ੋ ਦੇ ਤੌਰ ਤੇ ਟੈਗ ਹੋ ਜੂਗੇ। ਹੈਗਾ ਜਿਹੜਾ ਬੰਦਾ ਧਰਮ ਨੂੰ ਸਮਝੇ ਤੋਂ ਬਿਨਾਂ ਉਹਦੀ ਗੱਲ ਕਰੂਗਾ, ਦੁਨੀਆਂ ਦੇ ਵਿੱਚ ਮਜ਼ਾਕ ਦਾ ਪਾਤਰ ਹੀ ਬਣੂਗਾ, ਕੋਈ ਸ਼ੱਕ ਨਹੀਂ। ਤੇ ਕੋਈ ਇੱਕ ਪਾਸੇ ਆਪਾਂ ਕਹਿੰਦੇ 84 ਦਾ ਕਤਲੇਆਮ ਮਾੜਾ ਹੋਇਆ, ਦੂਜੇ ਪਾਸੇ ਬਾਬਾ ਠਾਕਰ ਹੈਗਾ ਜਿਹੜਾ ਇਹ ਕਹਿੰਦਾ ਜੀ ਮੀਟਿੰਗਾਂ ਹੋਈਆਂ ਜੀ ਗੁਰੂ ਆਪਣੇ ਗੁਰੂ ਗੋਬਿੰਦ ਸਿੰਘ ਨਾਲ ਜਰਨੈਲ ਆਪਣੇ ਸੰਤ ਦੀ ਮੀਟਿੰਗ ਹੋਈ ਹੈ। ਇਹਨਾਂ ਪੁੱਛੋ ਕਿੱਥੋਂ ਮੀਟਿੰਗ ਹੋਈ ਤੇ ਕਿਹੜੀ ਤੁਸੀਂ ਪਬਲਿਸਿਟੀ ਲੈ ਗਈ ਤੇ ਫਿਰ ਤੁਸੀਂ ਰੋਂਦੇ ਕਿਉਂ ਹੈ? ਜੇ ਪਬਲਿਸਿਟੀ ਮਿਲ ਹੀ ਗਈ ਤੁਹਾਨੂੰ ਫਿਰ ਤੁਸੀਂ ਰੋਂਦੇ ਕਿਉਂ ਹੈ? ਤੁਸੀਂ ਕਹਿੰਦੇ 100 ਸਾਲ ਚ ਟਕਸਾਲ ਨੀ ਕਰ ਸਕਦੀ ਸੀ ਜਿਹੜੀ ਤੁਸੀਂ ਇੱਕ ਦਿਨ ਚ ਪਬਲਿਸਿਟੀ ਲੈ ਲਈ ਅਟੈਕ ਕਰਾ ਕੇ, ਬਸ ਫਿਰ ਤਾਂ ਕਹਾਣੀ ਖਤਮ ਹੋ ਗਈ। ਫਿਰ ਤਾਂ ਤੁਹਾਡਾ ਨਾਲ ਦੁਬਾਰਾ ਫੇਰ ਕਰਾਓ ਅਟੈਕ, ਫਿਰ ਤਾਂ ਮੈਂ ਕਹਿੰਦਾ ਦੁਬਾਰਾ ਫੇਰ ਕਰਾਓ, ਫਿਰ ਤਾਂ 500 ਸਾਲ ਵਾਲੀ 2-4 ਵਾਰ ਕਰਾਓ, 500 ਸਾਲ ਵਾਲੀ ਲੈ ਲਓ ਪਬਲਿਸਿਟੀ ਇਕੱਠੀ। ਨਹੀਂ ਨਾਲ ਨਾਲ ਇਹ ਨਾ ਇੰਦਰਾ ਗਾਂਧੀ ਦੇ ਕਤਲ ਦੀ ਮਾਫ਼ੀ ਮੰਗੋ। ਹਾਂਜੀ, ਉਹ ਅਟੈਕ ਇੰਦਰਾ ਗਾਂਧੀ ਨੂੰ ਤਾਂ ਪੂਜੋ ਫਿਰ ਤੁਸੀਂ, ਨਹੀਂ ਜੀ ਪੂਜੋ ਤੁਸੀਂ ਉਹਨਾਂ ਨੂੰ, ਉਹ ਤਾਂ ਬਾਬੇ ਦੇ ਕਹਿਣ ਤੇ ਅਟੈਕ ਕੀਤਾ ਉਹਨੇ ਤਾਂ, ਹੁਣ ਜਦੋਂ ਹੁਕਮ ਮੰਨਿਆ ਬਾਬੇ ਦਾ, ਜਦੋਂ ਗੁਰੂ ਗੋਬਿੰਦ ਸਿੰਘ ਨੇ ਭਿੰਡਰਾਂ ਵਾਲੇ ਨਾਲ ਮੀਟਿੰਗ ਹੀ ਕਰ ਲਈ, ਫਿਰ ਇਹਦਾ ਉਹੀ ਕਹਿ ਰਹੇ ਉਹਨਾਂ ਨੇ ਤਾਂ ਹੁਕਮ ਮੰਨ ਲਿਆ, ਇਹਦਾ ਮਤਲਬ ਇੰਦਰਾ ਗਾਂਧੀ ਨੂੰ ਸੁਨੇਹਾ ਦੇਣ ਵਾਲਾ ਇਹਨਾਂ ਦੋਹਾਂ ਚੋਂ ਕੋਈ ਹੋਊਗਾ ਨਾ, ਗੁਰੂ ਗੋਬਿੰਦ ਸਿੰਘ ਹੋਊਗਾ ਜਾਂ ਭਿੰਡਰਾਂ ਹੋਊਗਾ। ਹਾਂਜੀ ਉਹੀ ਕਹਿ ਰਹੇ ਕਿ ਉਹਨੇ ਤਾਂ ਹੁਕਮ ਮੰਨਿਆ, ਉਹ ਤਾਂ ਸਗੋਂ ਬੈਸਟ ਹੈ, ਉਹ ਤਾਂ ਸਿੱਖ ਧਰਮ ਦੀ ਬੈਸਟ ਮੰਨੀ ਜਾਊਗੀ, ਉਹ ਤਾਂ ਮੰਨਿਆ ਉਹਨੇ ਤਾਂ ਹੁਕਮ ਮੰਨਿਆ, ਹਾਂਜੀ ਮੈਂ ਤੁਹਾਡੇ ਕਰਕੇ ਮੈਂ ਆਪਣਾ ਬਲਿਦਾਨ ਕਰ ਦਿੰਦੀ। ਹਾਂ ਉਹ ਤਾਂ ਪੂਜਣਾ ਚਾਹੀਦਾ ਉਹਨਾਂ ਨੂੰ ਤਾਂ ਇਹਦੇ ਹਿਸਾਬ ਨਾਲ, ਇੰਨਾ ਹਿਸਾਬ ਨਾਲ ਨਹੀਂ ਬਸ ਦੂਜਾ। ਫਿਰ ਅਗਲੇ ਦਿਨ ਉਹਨੂੰ ਫੋਨ ਕੀਤਾ ਜੀ, ਹਾਂਜੀ ਕਿਸੇ ਵਿਊਅਰ ਨੇ ਫੋਨ ਕੀਤਾ ਵੀ ਤੁਹਾਡੀ ਵੀਡੀਓ ਚੱਲ ਰਹੀ ਹੈ, ਤੁਸੀਂ ਦੱਸੋ ਤੁਸੀਂ ਤਾਂ ਝੂਠ ਨੀ ਬੋਲਦੇ ਕਿ ਇਹ ਸੱਚ ਹੈ, ਕਹਿੰਦਾ ਹੈ ਤਾਂ ਸੱਚ, ਸਮਝ ਨੀ ਆਈ ਲੋਕਾਂ ਨੂੰ, ਫਿਰ ਮਾਫ਼ੀ ਕਦੋਂ ਮੰਗਦਾ ਜੇ ਲੋਕਾਂ ਨੂੰ ਨੀ ਸਮਝ ਆਈ? ਕਿਤੇ ਬੈਠਾ ਕਹਿੰਦਾ ਤੂੰ ਕੁੱਤੇ ਜਿੰਦੇ ਕਰਤੇ, ਕਿਤੇ ਪੇਵੇ ਵਾਲਾ ਕਹਿੰਦਾ ਕੁੱਤੇ ਜਿੰਦੇ ਹੋ ਗਏ ਜੀ, ਰਾਜ ਬਣ ਗਈ ਜੀ ਕੁੱਤਿਆਂ ਤੋਂ, ਦੱਸੋ ਰਾਜ ਮਾਤਾ ਨਾਮ ਰੱਖ ਲਿਆ ਆਪਣੀ ਮਾਂ ਨੂੰ, ਰਾਜ ਮਾਤਾ ਕਹਿਤਾ ਕੁੱਤੀ ਨੂੰ, ਦੱਸੋ ਕੀ ਬਣੂਗਾ ਜੇ ਸਿੱਖ ਧਰਮ ਜਾ ਕਿੱਧਰ ਨੂੰ? ਇਹ ਪ੍ਰਚਾਰ ਇਹਦੇ ਨਾਲ ਤਾਂ ਨਾ ਪ੍ਰਚਾਰ ਕੀਤਾ ਚੰਗਾ ਮੇਰੇ ਹਿਸਾਬ ਨਾਲ। ਨਹੀਂ ਨਹੀਂ ਉਹ ਹੈ ਨੀ ਜੀ, ਇਹ ਲੋਕ ਸਿੱਖ ਨਹੀਂ, ਇਹ ਲੋਕ ਸਿੱਖ ਨਹੀਂ ਹੈਗੇ ਵੀਰਾ। ਅਸੀਂ ਜਦੋਂ ਕਹਿਣ ਲੱਗਦੇ ਆ ਉਦੋਂ ਇਹਨਾਂ ਦੀ ਸੰਪਰਦਾ ਦਾ ਨਾਂ ਲਿਆ ਕਰੀਏ, ਹਾਲ ਹੀ ਹੈ ਜੀ। ਜਾਣੀ ਜਦੋਂ ਅਸੀਂ ਇਹ ਕਹੀਦਾ ਨਾ ਵੀ ਦੇਖੋ ਜਿਹੜਾ ਸਵਾਮੀ ਹੈਗਾ ਉਹ ਦੂਜਾ ਜਿਹੜਾ ਆ ਯੋਗਾ ਵਾਲਾ,
ਰਾਮਦੇਵ ਅਸੀਂ ਕਹਿੰਦੇ ਵੀ ਰਾਮਦੇਵ ਜਿਹੜਾ ਯੋਗਾ ਨੂੰ ਫੋਲੋ ਕਰਦਾ ਉਹ ਆਹ ਗੱਲ ਕਹਿੰਦਾ ਜਦੋਂ ਜਦੋਂ ਅਸੂਤੋਸ਼ ਕਹਿੰਦਾ ਅਸੀਂ ਇਹ ਕਹਿੰਦੇ ਵੀ ਅਸੂਤੋਸ਼ ਆਹ ਕਹਿੰਦਾ ਜਦੋਂ ਗੁਰਮੀਤ ਰਾਮ ਰਹੀਮ ਦੀ ਗੱਲ ਆਉਂਦੀ ਆ ਤਾਂ ਅਸੀਂ ਕਹਿੰਦੇ ਸੱਚੇ ਸੌਦੇ ਵਾਲਾ ਆਹ ਕਹਿੰਦਾ ਇੱਦਾਂ ਇੱਦਾਂ ਸਾਨੂੰ ਕਹਿਣਾ ਚਾਹੀਦਾ ਵੀ ਟਕਸਾਲ ਦਾ ਬੰਦਾ ਆਹ ਗੱਲ ਕਹਿੰਦਾ ਇਹ ਨਾ ਕਹੀਏ ਵੀ ਸਿੱਖ ਕਹਿੰਦੇ ਆ ਉਹੀ ਮੈਂ ਕਹਿ ਰਿਹਾ ਕਿ ਟਕਸਾਲ ਆਪਣੇ ਧਰਮ ਨੂੰ ਬੜਾਵਾ ਦੇਣ ਨੂੰ ਹੈ ਜਾਂ ਥੱਲੇ ਲਾਉਣ ਨੂੰ ਹੈ ਨਹੀਂ ਨਹੀਂ ਵੀਰਾ ਫਿਰ ਮੇਰੀ ਗੱਲ ਨਹੀਂ ਸੁਣੀ ਤੇਰੀ ਸਾਡੀ ਡਿਸਕਸ਼ਨ ਕਿਤੇ ਪਹੁੰਚਣੀ ਨਹੀਂ ਜੇ ਤੁਹਾਡੀ ਸਮਝ ਗਿਆ ਸਾਡੀ ਡਿਸਕਸ਼ਨ ਕਿਤੇ ਗਾਹਾਂ ਨਹੀਂ ਪਹੁੰਚਣੀ ਤੁਸੀਂ ਇਹ ਨਾ ਕਹੋ ਕਿ ਟਕਸਾਲ ਸਿੱਖ ਧਰਮ ਦੀ ਆ ਤੁਸੀਂ ਕੱਲੀ ਟਕਸਾਲ ਕਹਿ ਕੇ ਕਹੋ ਵੀ ਸਿੱਖ ਧਰਮ ਦੀ ਆ ਨਹੀਂ ਮੈਂ ਨਹੀਂ ਕਹੀ ਸਿੱਖ ਧਰਮ ਦੀ ਮੈਂ ਕਿਹਾ ਟਕਸਾਲ ਸਿੱਖ ਧਰਮ ਨੂੰ ਟਕਸਾਲ ਦਾ ਬੰਦਾ ਆਹ ਗੱਲ ਕਹਿ ਰਿਹਾ ਆ ਲੋਕਾਂ ਨੂੰ ਆਪੇ ਪਤਾ ਲੱਗ ਜਾਣਾ ਤੁਸੀਂ ਉਹਨੂੰ ਰਲਗੜ ਨਾ ਕਰੀ ਜਾਓ ਹਾਂਜੀ ਰਾਧਾ ਸਵਾਮੀ ਹੋ ਰਿਹਾ ਨਿਰੰਕਾਰੀ ਹੋ ਰਿਹਾ ਅਖੰਡ ਕੀਰਤਨੀ ਜਥਾ ਹੋ ਰਿਹਾ ਟਕਸਾਲ ਹੋ ਰਿਹਾ ਇਹਨਾਂ ਦਾ ਸਿੱਖ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਦੇਖੋ ਹੁਣ ਮੈਂ ਪਹਿਲੀ ਵਾਰ ਫੋਨ ਕੀਤਾ ਤੁਹਾਡੇ ਰੇਡੀਓ ਤੇ ਮੈਂ ਸਿੱਖ ਧਰਮ ਨੂੰ ਮੰਨਦਾ ਪੂਰੇ ਬਿਲੀਵ ਕਰਦਾ ਠੀਕ ਹੈ ਮੈਂ ਪੂਰਾ ਬਿਲੀਵ ਹੈ ਮੇਰਾ ਐਨ ਕੋਈ ਮੈਨੂੰ ਨੀ ਹੈਗਾ ਕਿ ਕੌਣ ਕੀ ਕਹਿੰਦਾ ਕਈ ਵਾਰ ਤਾਂ ਐਂ ਜੀ ਕਰਦਾ ਕਿ ਨਾਸਤਿਕ ਬਣ ਜਾਈਏ ਧਰਮ ਨੂੰ ਛੱਡ ਦਈਏ ਸਾਰਾ ਕੁਛ ਛੱਡ ਦਈਏ ਤੇ ਆਰਾਮ ਨਾਲ ਬੈਠ ਕੇ ਇੰਜੋਏ ਕਰੀਏ ਇਹ ਹਾਲ ਹੈ ਜਿਹੜੇ ਇਹ ਪ੍ਰਚਾਰ ਕਰਦੇ ਆ ਕੋਈ ਕਿਸੇ ਦੀ ਲੱਤ ਖਿੱਚ ਰਿਹਾ ਜੀ ਕੋਈ ਕਿਸੇ ਦੀ ਖਿੱਚ ਰਿਹਾ ਨਹੀਂ ਨਹੀਂ ਉਹ ਜਿਹੜਾ ਜਿਹੜਾ ਜਿਹਨੂੰ ਨਾਸਤਿਕ ਹੋਣਾ ਕਹਿੰਦੇ ਆ ਅਸਲ ਚ ਉਹੀ ਗੁਰੂ ਨਾਨਕ ਪਾਤਸ਼ਾਹ ਦੇ ਰਾਹ ਦੇ ਉੱਤੇ ਤੁਰਨੇ ਵਾਲਾ ਸਟੈਪ ਹੋਣਾ ਆ ਉਦੋਂ ਆਪਣੀ ਜ਼ਿੰਮੇਵਾਰੀ ਨਾਲ ਤੁਰਨਾ ਇਹੀ ਗੱਲ ਗੁਰੂ ਸਾਹਿਬ ਇਹੀ ਗੱਲ ਜਿਹਨੂੰ ਅਸੀਂ ਕਹਿੰਦੇ ਨਾ ਸ੍ਰਿਸ਼ਟੀ ਦਾ ਜਿਹੜਾ ਰਚਨਹਾਰ ਆ ਉਹਦਾ ਮਕਸਦ ਇਹੀ ਆ ਵੀ ਜਿਹੜਾ ਇੱਥੇ ਪੈਦਾ ਹੋਇਆ ਜੀਵ ਆ ਉਹ ਹਰ ਹਰ ਜੀਵ ਆਪਣੀ ਸੋਚ ਲੈ ਕੇ ਆਪਣੀ ਖੁਦ ਮੁਖਤਿਆਰੀ ਨਾਲ ਜੀਵੇ ਹਾਂਜੀ ਉਦੋਂ ਜਿਹੜੇ ਜਿਹੜੇ ਕੰਮ ਕਰੂੰਗੇ ਜਿਹੜੀਆਂ ਗੱਲਾਂ ਕਹੂੰਗੇ ਤੁਹਾਡੀਆਂ ਆਪਣੀਆਂ ਹੋਣਗੀਆਂ ਫਿਰ ਹਾਂਜੀ ਹਾਂਜੀ ਜੇ ਮੈਂ ਅੱਜ ਇਹਨਾਂ ਦੀ ਟਰਾਂਸਲੇਟ ਕਰਕੇ ਕਿਸੇ ਮੈਂ ਆਪਣੇ ਗੋਰੇ ਫਰੈਂਡ ਨੂੰ ਸੁਣਾ ਦਵਾਂ ਨਾ ਕਿ ਬਈ ਹਾਂ ਮਿੱਟੀ ਤੋਂ 20 ਮੁੰਡੇ ਲੈ ਲਏ ਕੁੱਤੀ ਰਾਜ ਮਾਤਾ ਬਣ ਗਈ ਇਹਨੂੰ ਮੋਮ ਕਹਿੰਦੇ ਆ ਜੀ ਕੁੱਤੀ ਨੂੰ ਇਹ ਇਹ ਪ੍ਰਚਾਰ ਕਰ ਰਹੇ ਜੀ ਐਵੇਂ ਕਿਤੇ ਕੁਛ ਕਹਿ ਦਿੰਦਾ ਕਿਤੇ ਕਹਿ ਦਿੰਦਾ ਮੈਨੂੰ ਫਰੂਟ ਆ ਗਿਆ ਜੀ ਉੱਤੋਂ ਮੈਨੂੰ ਕਿਸੇ ਗਿਆਨੀ ਨੇ ਫਰੂਟ ਦੇ ਦਿੱਤਾ ਸੀ ਕਿਤੇ ਕੁਛ ਕਹਿ ਗਿਆ ਮੈਨੂੰ ਤਾਂ ਯਾਦ ਹੀ ਨੀ ਇੰਨੀਆਂ ਗੱਪਾਂ ਮਾਰਦਾ ਮੈਂ ਤਾਂ ਕਹਿੰਦੇ ਇਹ ਟਕਸਾਲੀ ਨੀ ਜੀ ਇਹ ਗਪੌੜੀ ਨਾਮ ਹੋਣੇ ਚਾਹੀਦੇ ਇਹਨਾਂ ਦੇ ਚਲੋ ਕਹੋ ਤੁਸੀਂ ਮੇਰੀ ਗੱਲ ਸੁਣੀ ਨੀ ਤੁਸੀਂ ਫਿਰ ਗੱਲ ਉਹੀ ਕਰੀ ਜਾਂਦੇ ਜੇ ਤੁਸੀਂ ਹੁਣ ਤੁਸੀਂ ਟਕਸਾਲ ਨੂੰ ਜੇ ਸਿੱਖ ਧਰਮ ਦੀ ਸੰਸਥਾ ਬਣਾ ਕੇ ਗੱਲ ਕਰੀ ਜਾਂਦੇ ਤਾਂ ਹੀ ਕਹਿੰਦੇ ਇਹਨੂੰ ਟਕਸਾਲੀ ਨਾ ਕਹੋ ਗਪੌੜੀ ਕਹੋ ਨਹੀਂ ਇਹਦੀ ਸਪੈਸੀਫਿਕਲੀ ਇਹਦੀ ਗੱਲ ਕਰ ਰਹੇ ਕਿ ਇੱਕ ਪਾਸੇ ਤਾਂ ਆਪਾਂ ਕਹਿੰਦੇ ਅੰਮ੍ਰਿਤ ਛਕਾਇਆ ਜੀ ਝੂਠ ਨੀ ਬੋਲਦਾ ਬੰਦਾ ਆਪਣੇ ਮੂੰਹ ਤੋਂ ਤੁਸੀਂ ਗੱਪ ਕਹਿੰਦੇ ਆ ਯੂਟਿਊਬ ਤੇ ਤੁਹਾਨੂੰ ਸਰੇਆਮ ਕਿਹਾ ਜਾਂਦਾ ਤੁਸੀਂ ਗਪੌੜਾ ਮੰਨਦੇ ਕਿਉਂ ਨੀ ਤੁਸੀਂ ਚੁੱਪ ਕਿਉਂ ਨੀ ਕਰਦੇ ਫਿਰ ਕੋਈ ਕਹਿੰਦਾ ਜੀ ਮੈਂ ਕਹਿਣਾ ਛੱਡਤਾ ਪਰ ਮੈਂ ਤੁਹਾਨੂੰ ਇੱਕ ਹੋਰ ਗੱਲ ਸੁਣਾ ਦਿੰਦਾ ਨਾ ਵੀ ਨਹੀਂ ਨਹੀਂ ਪਹਿਲਾਂ ਉਹ ਗੱਲ ਬਾਅਦ ਚ ਸੁਣਾਈ ਵੀਰਾ ਤੂੰ ਨਵਾਂ ਨਵਾਂ ਰੇਡੀਓ ਸੁਣਿਆ ਉਹਦੀਆਂ ਘੱਟੋ ਘੱਟ 50 ਵੀਡੀਓ ਅਸੀਂ ਇੱਥੇ ਵਿਚਾਰ ਚੁੱਕੇ ਘੱਟੋ ਘੱਟ 50 ਵੀਡੀਓ ਹਾਂਜੀ ਰੇਡੀਓ ਦੇ ਉੱਤੇ ਚਲਾ ਚਲਾ ਕੇ ਵਿਚਾਰੀਆਂ ਆਇਆ ਅਸੀਂ ਤੈਨੂੰ ਨਵਾਂ ਨਵਾਂ ਲੱਗਾ ਇਦਾਂ ਤੈਨੂੰ ਇਦਾਂ ਲੱਗਾ ਪਿਆ ਹਾਂ ਤਾਂ ਬਹੁਤ ਗਲਤ
ਜਿਹੜੇ ਸਰੋਤੇ ਰੇਡੀਓ ਨੂੰ ਸੁਣਨੇ ਵਾਲੇ ਉਹਨਾਂ ਨੂੰ ਬਹੁਤ ਪਹਿਲਾਂ ਦਾ ਪਤਾ, ਜਿਹੜੀ ਗੱਲ ਤੈਨੂੰ ਹੁਣ ਪਤਾ ਲੱਗੀ ਆ, ਪਤਾ ਤਾਂ ਹੈਗੀ ਆ। ਕਈ ਵਾਰ ਨਾ ਬਾਲਾ ਨਿਕਲਦਾ ਕੀ ਆ, ਹਾਲ ਕੀ ਕਰ ਰਹੇ, ਕੋਈ ਨੀ, ਫਿਰ ਆਪਾਂ ਰੇਡੀਓ ਤੇ ਜਾ ਰਹੇ ਜੀ, ਕੋਈ ਗੱਲ ਨੀ, ਰੇਡੀਓ ਤੇ ਟਾਈਮ ਖਰਾਬ ਕਰਨ ਲਈ ਸਾਨੂੰ ਸੋਚਣਾ ਪੈਣਾ ਵੀ ਅਸੀਂ ਜਿਹੜੀਆਂ ਗੱਲਾਂ ਜਿਹੜੀਆਂ ਗੱਲਾਂ ਉਹਨੇ ਸੁਣੀਆਂ ਸਰੋਤਿਆਂ ਨੇ, ਉਹਨਾਂ ਨੂੰ ਮੁੜ ਮੁੜ ਕੇ ਕਹਿ ਕੇ ਸਾਨੂੰ ਕੁਛ ਨੀ ਮਿਲਣਾ ਉਹਦੇ ਵਿੱਚੋਂ ਨਾ। ਨਹੀਂ ਠੀਕ ਹੈ ਜੀ, ਤੁਸੀਂ ਆਪਣੀ ਕਦੋ ਕੰਟੀਨਿਊ, ਮੈਂ ਸੁਣ ਰਿਹਾ, ਮੈਂ ਸਿਰਫ ਆਪਣੇ ਵਿਚਾਰ ਦੇਣਾ ਚਾਹੁੰਦਾ ਕਿ ਹਾਲ ਕੀ ਚੱਲ ਰਿਹਾ ਇਹਨਾਂ ਦਾ। ਪਤਾ ਆ, ਪਤਾ ਵੀਰਾ, ਸਾਰਿਆਂ ਨੂੰ ਪਤਾ, ਉਹ ਤੁਹਾਨੂੰ ਹੁਣ ਪਤਾ ਲੱਗਾ, ਮੈਂ ਤਾਂ ਉਹੀ ਗੱਲ ਕਰਦਾ ਨਾ, ਹਨਾ। ਕੋਈ ਨਹੀਂ, ਥੈਂਕ ਯੂ ਉਹਦੇ ਲਈ ਥੋੜਾ ਜਿਹਾ, ਕਿਉਂਕਿ ਜਦੋਂ ਕੱਲ ਵੀ ਇੱਕ ਵੀਰ ਦਾ ਫੋਨ ਆਇਆ, ਕਹਿੰਦਾ ਜੀ ਮੈਨੂੰ 2 ਦਿਨ ਹੋਏ ਆ ਸੁਣਦੇ ਨੂੰ, ਤੇ ਉਹ 15 ਮਿੰਟ ਲਾ ਦਿੱਤੇ ਹੁਣ ਮੈਨੂੰ ਸਮਝਾਉਂਦੇ ਨੇ, ਪਹਿਲਾਂ ਮੈਂ ਸੁਣੀ ਗਿਆ ਏਦਾਂ, ਕਹਿੰਦਾ ਆਹ ਦੇਖੋ ਗੱਲ ਜਿਹੜੀ ਆਹ ਗੱਲ ਆਹ ਗੱਲ, ਮੈਂ ਕਿਹਾ ਤੁਸੀਂ ਕਹਿਣਾ ਕੀ ਚਾਹੁੰਦੇ, ਮਕਸਦ ਕੀ ਆ ਤੁਹਾਡਾ ਜਾਣ, ਕਹਿੰਦਾ ਵੀ ਗੱਲਾਂ ਗਲਤ ਹੋ ਰਹੀਆਂ, ਮੇਰਾ ਨਾਂ ਨਾ ਲਿਓ ਪਰ ਤੁਸੀਂ ਜੋ ਗੱਲ ਕਰਨੀ ਮੇਰਾ, ਮੈਂ ਕਿਹਾ ਗੱਲ ਫਿਰ ਤੁਸੀਂ ਸੁਣਿਆ ਅਜੇ ਨੀ ਰੇਡੀਓ ਜਾਣੀ ਤੁਹਾਨੂੰ ਤਾਂ, ਹਾਂ ਕਹਿੰਦਾ ਅੱਜ ਤਾਂ ਮੈਨੂੰ 2 ਦਿਨ ਹੋਏ ਸੁਣਦੇ ਨੂੰ, ਮੈਂ 2 ਵੀਡੀਓ ਦੇਖੀਆਂ, ਮੈਂ ਕਿਹਾ ਫਿਰ ਹੁਣ ਤੁਸੀਂ 15 ਮਿੰਟ ਮੇਰੇ ਖਰਾਬ ਕਰ ਦਿੱਤੇ ਵੀ ਆਹ ਗੱਲ ਕਹਿਣੀ ਚਾਹੀਦੀ ਆ, ਬਿਲਕੁਲ ਨੀ ਹੋਣੀ ਚਾਹੀਦੀ, ਇਹਦੇ ਇਹ ਵਿਸ਼ੇ ਬਾਰੇ ਵੀ ਗੱਲ ਕਰਿਓ, ਇੱਦਾਂ ਜਦੋਂ ਤੁਹਾਨੂੰ ਪਤਾ ਹੀ ਨੀ ਕੀ ਕੀ ਗੱਲਾਂ ਹੋ ਚੁੱਕੀਆਂ। ਫਿਰ ਟਾਈਮ ਰੱਖ, ਅੱਜ ਵੀ ਇੱਕ ਦੁਪਹਿਰੇ ਮਾਤਾ ਦਾ ਫੋਨ ਆਇਆ ਇੰਡੀਆ ਤੋਂ, ਤੇ ਉਹ ਫੋਨ ਕਰਕੇ ਇੱਕਦਮ ਕਹਿੰਦੀ ਭਾਈ ਮੈਂ ਹਰਨੇਕ ਨਾਲ ਗੱਲ ਕਰਨੀ ਆ, ਉਹ ਫਿਰ ਸੀਗਾ, ਮੈਂ ਕਿਹਾ ਹਾਂ ਮੈਂ ਹਰਨੇਕ ਬੋਲ ਰਿਹਾ ਨਾ, ਕਹਿੰਦੀ ਤੂੰ ਤੈਨੂੰ ਸ਼ਰਮ ਨੀ ਆਉਂਦੀ ਤੈਨੂੰ ਭਾਈ, ਤੂੰ ਲੱਗਾ ਸਿੱਖ ਹੋ ਕੇ ਤੂੰ ਗੁਰੂ ਸਾਹਿਬ ਨੂੰ ਗਲਤ ਬੋਲਦਾ, ਤੇ ਮੈਂ ਉਹਨੂੰ ਕੁਛ ਕਹਿਣ ਲੱਗਾ ਪਰ ਕਿੱਥੇ ਸੁਣੇ ਉਹ, ਦੋ ਤਿੰਨ ਗੱਲਾਂ ਜਦੋਂ ਉਹਨੇ ਦੋ ਸੈਂਟੈਂਸ ਬੋਲ ਦਿੱਤੇ ਤੇ ਮੈਂ ਉਹਨੂੰ ਦੱਸ ਦਿੱਤਾ। ਫਿਰ ਮੈਂ ਕਿਹਾ ਵੀ ਤੂੰ ਇੱਥੇ ਬਕਵਾਸ ਨਾ ਕਰ, ਆਪਣਾ ਕੰਮ ਕਰ, ਜੇ ਗੱਲ ਕਰਨੀ ਆ ਤਾਂ ਮੈਨੂੰ ਦੱਸ ਮੈਂ ਕਿਹੜੀ ਗੱਲ ਕਹੀ, ਨਹੀਂ ਤਾਂ ਆਪਣਾ ਹੋਰ ਰੋਟੀ ਟੁੱਕ ਹੋਰ ਕੁਛ ਕਰ ਲਾ ਜਾ ਕੇ, ਹਨਾ। ਤੇ ਕਹਿੰਦੀ ਤੈਨੂੰ ਬੋਲਣ ਦੀ ਅਕਲ ਨਹੀਂ ਹੈਗੀ, ਔਰਤਾਂ ਦਾ ਇੱਦਾਂ ਬੋਲੀ ਦਾ ਹੁੰਦਾ, ਔਰਤਾਂ ਦੀ ਇੱਜ਼ਤ ਨਹੀਂ ਕਰੀਦੀ। ਮੈਂ ਕਿਹਾ ਔਰਤਾਂ ਦਾ ਸ਼ੂਸ਼ਕ ਵੀ ਫੜ ਹੋ ਜਾਂਦੀ ਹੁੰਦੀ ਆ, ਤੇਰੇ ਅਰਕੀ ਸਾਹਮਣੇ ਹੋਵੇ ਪਾਂਟਣੀਆਂ ਖਾਵੇ ਚਾਰ, ਜੇ ਤੈਨੂੰ ਇਹੀ ਨਹੀਂ ਅਕਲ, ਤੈਨੂੰ ਇੰਨੀ ਅਕਲ ਨਹੀਂ ਵੀ ਇੱਕ ਪਰਾਇਆ ਮਰਦ ਤੈਨੂੰ ਇਹ ਨਹੀਂ ਪਤਾ ਮੇਰੀ ਉਮਰ ਕਿੰਨੀ ਆ, ਤੈਨੂੰ ਇਹ ਨਹੀਂ ਪਤਾ ਮੈਂ ਗੱਲ ਕਹੀ ਕਿਹੜੀ ਆ, ਤੂੰ ਜਾ ਕੇ ਮੈਂ ਕਿਹਾ ਤੂੰ ਆਪਣੇ ਨਿਆਣੇ ਨਾ ਜਿਹਦੀ ਮਾਂ ਹੂੰ ਮੈਂ ਉਹਦੇ ਨਾਲ ਗੱਲ ਕਰ ਸਕਦੀ ਇੱਦਾਂ, ਠੀਕ ਆ, ਆਪਣੇ ਖਸਮ ਨਾ ਕਰ ਲਾ ਆਪਣੇ ਨਾਲ, ਉਹਨੂੰ ਮਾਰ ਲਾ ਦਬ ਕੇ ਜਿਹੜੇ ਮਰਨੇ ਆ, ਹੋਰ ਕਿਸੇ ਨੂੰ ਥੋੜਾ ਤੂੰ ਇੱਦਾਂ ਮਾਰ ਸਕਦੀ ਆ, ਜੇ ਤੂੰ ਇੱਦਾਂ ਮਾਰੇਗੀ ਤਾਂ ਅਗਲਾ ਤੈਨੂੰ ਜਵਾਬ ਉਸੇ ਭਾਸ਼ਾ ਚ ਦਊਗਾ ਨਾ, ਫਿਰ ਫਿਰ ਤੋਂ ਤੈਨੂੰ ਤੁਹਾਨੂੰ ਇੱਜ਼ਤ ਜ਼ਿਆਦਾ ਆ ਜਾਂਦੀ ਆਪਣੀ ਵਾਰੀ, ਠੀਕ ਆ। ਹੁਣ ਜਾ ਕੇ ਹੁਣ ਦੇਖੋ ਇੰਦਰਾ ਗਾਂਧੀ ਆ, ਔਰਤ ਨਹੀਂ ਸੀਗੀ ਉਹ, ਸੀਗੀ ਬਿਲਕੁਲ, ਠੀਕ ਹੈ ਨਾ। ਹੁਣ ਜੇ ਔਰਤ ਸੀ, ਜੇ ਉਹ ਸਤਿਕਾਰ ਕਰਾਉਣਾ ਚਾਹੁੰਦੀ ਸੀ ਤੇ ਅਟੈਕ ਦੀ ਜ਼ਿੰਮੇਵਾਰੀ ਨਾ ਲੈਂਦੀ, ਠੀਕ ਹੈ ਨਾ। ਹੁਣ ਉਸ ਪਹਿਲਾਂ ਤਾਂ ਅਟੈਕ ਕਰਵਾ ਦਿੱਤਾ ਵੀ ਮੈਂ ਤਾਂ ਪ੍ਰਧਾਨ ਆ ਦੇਸ਼ ਦੀ, ਮੈਂ ਤਾਂ ਜੋ ਕਹੂੰਗੀ ਮੈਂ ਮਿਲਟਰੀ ਉਹ ਕਰੂਗੀ, ਹਨਾ। ਹੁਣ ਅਗਲੇ ਨੇ ਮੋਹਰਿਓ ਦੇਖਿਆ ਵੀ ਹਾਂ ਜੀ ਇਹ ਕਾਰਨ ਦਾ ਕੋਈ ਵੀ ਹੋਇਆ ਹੋਵੇ, ਅਗਲੇ ਨੇ ਗੋਲੀ, ਹੁਣ ਅਗਲੇ ਉਸ ਵੇਲੇ ਇਹ ਕਹਿਣ ਵੀ ਕਬਲਾ ਦੇ ਉੱਤੇ ਹੱਥ ਚੱਕਿਆ, ਤੁਸੀਂ ਸੈਂਸ ਨੀ ਨਾ ਬਣਦੇ ਜਿਹੋ ਜਿਹਾ ਕਾਰਜ ਕਰਦੇ ਆ ਤੁਸੀਂ। ਹੁਣ ਇਹਨਾਂ ਨੇ ਗੋਲੀ ਮਾਰ ਦਿੱਤੀ ਆ, ਗੋਲੀ ਮਾਰਨ ਲੱਗਿਆ ਨੇ ਇਹਨਾਂ ਨੇ ਸੋਚਿਆ ਨੀ, ਹਨਾ। ਅਗਲੇ ਨੇ ਇਹਨਾਂ ਨੂੰ ਇਹ ਲੱਗਾ ਵੀ ਕਿਉਂਕਿ ਸਾਡਾ ਅਕਾਲ ਤਖ਼ਤ ਉਹਦੇ ਉੱਤੇ ਅਟੈਕ ਹੋਇਆ, ਭਿੰਡਰਾਲਾ ਮਰਿਆ, ਘੱਟੋ ਘੱਟ ਪ੍ਰਧਾਨ ਮੰਤਰੀ ਤੇ ਮਰਨੀ ਚਾਹੀਦੀ ਆ ਨਾ, ਠੀਕ ਨਹੀਂ। ਇਹ ਵੀ ਹੋ ਸਕਦਾ ਸੀ ਜਿਸ ਫੌਜੀ ਨੇ ਟੈਂਕ ਦਾ ਗੋਲਾ ਦਾਗਿਆ ਉਹਨੂੰ ਲੱਭ ਲੈਂਦੇ ਇਹ, ਠੀਕ ਹੈ, ਠੀਕ ਹੈ ਨਾ। ਜਿਹਨੇ ਜਿਹੜਾ ਮਿਲਟਰੀ ਦਾ ਮੁਖੀ ਸੀਗਾ ਕੋਈ ਗਾਹ, ਜਿਹਨੇ ਜਿਹੜਾ ਹੁਣ ਮੰਨ ਲਓ
ਬੀ ਟੈਂਕ ਗਏ ਆ, ਉਹਨਾਂ ਦਾ ਵੀ ਹੈੱਡ ਹੋਊਗਾ ਕੋਈ ਮਿਲਟਰੀ ਦੇ ਵਿੱਚ, ਇੱਦਾਂ ਥੋੜੀ ਏਅਰਫੋਰਸ ਵਾਲੇ ਵੱਖਰੇ ਹੁੰਦੇ, ਨੇਵੀ ਵਾਲੇ ਵੱਖਰੇ ਹੁੰਦੇ ਆ, ਉਹ ਜ਼ਿੰਮੇਵਾਰ ਨੂੰ ਲੱਭ ਲੈਂਦੇ. ਇਹਨੇ ਇਹ ਨਹੀਂ ਕੀਤਾ, ਇਹਨੇ ਕਿਹਾ ਵੀ ਨਹੀਂ ਇਹਦੇ ਬਦਲੇ ਘੱਟੋ ਘੱਟ ਇੰਦਰਾ ਜਿਹੜੀ ਪ੍ਰਧਾਨ ਮੰਤਰੀ ਆ ਉਹਦਾ ਕਤਲ ਜ਼ਰੂਰੀ, ਇਹਨੇ ਇਹ ਕਰ ਦਿੱਤਾ. ਹੁਣ ਅਗਲੇ ਕਹਿੰਦੇ ਵੀ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਮਰੀ ਆ, ਘੱਟੋ ਘੱਟ 20-30 ਹਜ਼ਾਰ ਤਾਂ ਮਾਰਾਂਗੇ ਅਸੀਂ, ਉਹਨੇ ਉਹ ਕਰ ਦਿੱਤਾ, ਬਰਾਬਰ ਹੋ ਗਿਆ. ਉਹ ਤਾਂ ਕੌਨਸੀਕੁਐਂਸਿਸ ਆ ਉਹਦੇ, ਹਰ ਘਟਨਾ ਜਿਹੜੀ ਵਾਪਰਦੀ ਆ ਉਹਦੇ. ਹੁਣ ਕੱਲ ਪਰਸੋਂ ਜਿਸ ਬੰਦੇ ਨੇ ਘਟਨਾ ਕੀਤੀ ਆ, ਹੁਣ ਜਿੱਦਾਂ ਦੀ ਉਹਨੂੰ ਸਜ਼ਾ ਹੋਣੀ ਆ, ਜਿੱਦਾਂ ਦੀ ਬਦਨਾਮੀ ਹੋਣੀ ਆ, ਜੋ ਮੁਲਕ ਦਾ ਨਾਂ ਆਇਆ, ਜੋ ਜੋ ਕਮੈਂਟ ਆਉਣੇ ਆ, ਉਹ ਝੱਲਣੇ ਪੈਣੇ ਆ. ਬਿਲਕੁਲ, ਉਹਦੇ ਚ ਇਹ ਨੀ ਕੋਈ ਆਸਟ੍ਰੇਲੀਅਨ ਕੋਈ ਇਹ ਨੀ ਕਹਿ ਸਕਦਾ ਹੁਣ ਵੀ ਤੁਸੀਂ ਜੀ ਆਸਟ੍ਰੇਲੀਆ ਦਾ ਨਾਂ ਨਾ ਲਓ, ਨਹੀਂ, ਸਿਟੀਜ਼ਨ ਆ ਤੁਹਾਡਾ ਭਾਈ. ਬਿਲਕੁਲ, ਠੀਕ ਹੈ, ਤੁਸੀਂ ਇੱਦਾਂ ਨਹੀਂ ਕਰ ਸਕਦੇ. ਜਦੋਂ ਅਖਬਾਰ ਚ ਨਾਂ ਆਉਣਾ ਆ ਉਹਦਾ ਆਉਣਾ, ਹੁਣ ਸਾਡੇ ਗ੍ਰੰਥੀ ਆ ਗਏ ਆ ਉਹ, ਹੁਣ ਅਸੀਂ ਸੱਦੇ ਸੀ, ਜਦੋਂ ਨਾਂ ਆਉਂਦਾ ਆ ਸਿੰਘ ਸਭਾ ਦਾ ਹੀ ਆਉਣਾ. ਬਿਲਕੁਲ, ਠੀਕ ਹੈ, ਅਸੀਂ ਇਹ ਨਹੀਂ ਕਹਿ ਸਕਦੇ ਵੀ ਨਾਂ ਨਾ ਲਓ ਭਾਈ, ਅਸੀਂ ਜ਼ਿੰਮੇਵਾਰੀ ਲਈਓ ਵਾ, ਕੋਈ ਗੱਲ ਨਹੀਂ ਉਹਦੇ ਲਈ, ਹੈਨਾ. ਦੂਸਰੀ ਜਿਹੜੀ ਤੁਸੀਂ ਪਹਿਲੇ ਗੱਲ ਕਰਦੇ ਸੀਗੇ ਬੰਦਿਆਂ ਦੀ ਸਾਹਮਣੇ, ਮਤਲਬ ਦੋਨੋਂ ਇੰਸੀਡੈਂਟ ਸਾਹਮਣੇ ਆ ਨਾ, ਆਪਾਂ ਉਹ ਨਹੀਂ ਕੰਪੈਰੀਜ਼ਨ ਕਰਦੇ. ਦੋ ਇੰਸੀਡੈਂਟਸ, ਦੋ ਇੱਕ ਸੇਮ ਬੰਦਾ, ਦੋ ਇੰਸੀਡੈਂਟਸ ਹੋਏ ਆ, ਉਹ ਤੇ ਅਲੱਗ ਅਲੱਗ ਬਿਆਨਬਾਜ਼ੀ ਕਰ ਰਹੇ ਆ, ਉਹ ਨਹੀਂ ਆਪਾਂ ਕੰਪੈਰੀਜ਼ਨ ਦੇਖ ਰਹੇ ਕਿ ਹਾਂ ਯਾਰ ਸੇਮ ਬੰਦਾ ਲੁੱਟ ਰਿਹਾ, ਆਪਣੀ ਦੁਕਾਨ ਚਲਾ ਰਿਹਾ, ਆਪਣੀ ਵਾਰੀ ਜਦੋਂ ਆਪਣੇ ਤੇ ਗੋਲੀ ਕਿਸੇ ਨੇ ਚਲਾਈ ਉਹ ਤੇ ਕੁਛ ਹੋਰ ਕਹਿ ਰਿਹਾ, ਨਹੀਂ ਤੇ ਆਪ ਉਹੀ ਕੰਮ ਕਰਨ ਨੂੰ ਜਿਹੜਾ ਜਸਟੀਫਾਈ ਕਰ ਰਿਹਾ. ਨਹੀਂ ਨਹੀਂ, ਇਹੀ ਤਾਂ ਸਾਡੇ ਬੰਦੇ ਨੂੰ ਇਹ ਲੱਗਦਾ ਵੀ ਜਿਹੜੀ ਸਥਿਤੀ ਵਿੱਚ ਹੈਗੇ ਆ ਨਾ ਉੱਥੇ ਸਟੇਟਮੈਂਟ ਦੇ ਦਿਓ, ਸਾਡੇ ਚ ਸਾਡੇ ਉਹ ਸਥਿਤੀ ਸਾਡੇ ਲਈ ਭੁਗਤਣੀ ਚਾਹੀਦੀ ਹੈ, ਹਾਂ ਉੱਥੇ ਸਟੇਟਮੈਂਟ ਦੇ ਦਿਓ, ਠੀਕ ਆ. ਜੇ ਅਗਲਾ ਦੂਜੀ ਹੋਰ ਹੋਰ ਘਟਨਾ ਵਾਪਰੀ ਤੇ ਉਦੋਂ ਹੋਰ ਤਰ੍ਹਾਂ ਦੀ ਦੇ ਦਿਆਂਗੇ ਸਟੇਟਮੈਂਟ, ਠੀਕ ਹੈ. ਉਹੀ ਹੈ, ਬਾਕੀ ਨੁਕਸਾਨ ਜਿਹੜਾ ਹੁੰਦਾ ਹੀ ਹੈ ਹਮੇਸ਼ਾ, ਅੱਜ ਨਹੀਂ ਮੁੱਢ ਕਦੀਮ ਤੋਂ ਇੱਦਾਂ ਹੀ ਹੁੰਦਾ ਰਿਹਾ, ਕਿਤੇ ਨਾ ਕਿਤੇ ਨੁਕਸਾਨ ਹੁੰਦਾ ਹੀ ਰਿਹਾ. ਜੇ ਤੁਸੀਂ ਨੁਕਸਾਨ ਦੇ ਬਦਲੇ ਦੂਜੇ ਦਾ ਵੀ ਨੁਕਸਾਨ ਹੀ ਕਰਨਾ, ਉਹ ਕਹਾਣੀ ਖਤਮ ਨਹੀਂ ਹੋਣੀ ਕਿਤੇ ਨਾ ਕਿਤੇ. ਨਹੀਂ, ਤੁਹਾਨੂੰ ਹੱਕ ਨਹੀਂ, ਜੇ ਉਹਨਾਂ ਨੂੰ ਹੱਕ ਨਹੀਂ ਤੇ ਤੁਹਾਨੂੰ ਵੀ ਹੱਕ, ਜੋ ਵੀ ਉਹ ਡੈਮੋਕ੍ਰੇਸੀ ਜਿਹੜੀ ਗੱਲ ਕਰਦੇ, ਜੋ ਉਸ ਹਿਸਾਬ ਨਾਲ ਤੁਸੀਂ ਚੱਲੋਗੇ ਤਾਂ ਹੀ ਹੋਊਗਾ. ਚਾਹੇ ਜਿਹੜੇ ਬੰਦੇ ਕੈਨੇਡਾ, ਅਮਰੀਕਾ, ਇੰਗਲੈਂਡ ਤੋਂ ਇਹ ਗੱਲ ਦੇ ਬਾਰੇ, ਡੈਮੋਕ੍ਰੇਸੀ ਬਾਰੇ ਬਹਿਸਣ ਲੱਗ ਪੈਂਦੇ ਨਾ, ਹਾਂਜੀ, ਉਹਨਾਂ ਨੂੰ ਇੱਕ ਬੇਨਤੀ ਆ. ਨਿਊਜ਼ੀਲੈਂਡ ਤੋਂ ਵੀ ਇੱਕ ਦਿਨ ਇੱਕ ਵੀਰ ਦਾ ਫੋਨ ਆਇਆ ਸੀ, ਕਹਿੰਦੇ ਜੀ ਇੱਦਾਂ ਹੁਣ ਜੇ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਤੇ ਉਹਨਾਂ ਦਾ ਫਰਜ਼ ਨਹੀਂ ਬਣਦਾ. ਮੈਂ ਕਿਹਾ ਇੱਕ ਚੀਜ਼ ਨੂੰ ਸਮਝੋ ਜਿਹੜੀ ਸਾਨੂੰ ਸਾਰਿਆਂ ਨੂੰ ਸੌਖੀ ਸਮਝਾ ਸਕਦੀ ਹੈ. ਤੁਸੀਂ ਕਾਰ ਲਈ ਆ, ਠੀਕ ਹੈ, ਇੰਸ਼ੋਰੈਂਸ ਕਰਵਾ ਲਈ ਆ, ਹੈਨਾ. ਹੁਣ ਤੁਹਾਡੀ ਕਾਰ ਦੇ ਵਿੱਚ ਇੱਕ ਬੰਦਾ ਆ ਕੇ ਕਾਰ ਮਾਰ ਦਿੰਦਾ, ਠੀਕ, ਉਹ ਐਕਸੀਡੈਂਟ ਵੀ ਹੋ ਜਾਂਦਾ ਜਾਂ ਜਾਣ ਬੁੱਝ ਕੇ ਕਰਦਾ, ਠੀਕ ਹੈ, ਠੀਕ ਹੈ, ਕਾਰ ਵੱਜ ਗਈ, ਉਹ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਦੱਸੋ? ਜੇ ਤਾਂ ਤੁਸੀਂ ਇਹ ਕਹੋਗੇ ਵੀ ਕਿਉਂਕਿ ਉਹਨੂੰ ਮਾਰੀ ਆ ਹੁਣ ਮੈਂ ਵੀ ਮਾਰਨੀ ਆ, ਠੀਕ ਹੈ, ਫਿਰ ਜਾਣੀ ਇੱਦਾਂ ਹੋਣੀ ਆ ਵੀ ਤੁਹਾਨੂੰ ਉਹਦੀ ਕਾਰ ਦੇ ਪੈਸੇ ਵੀ ਦੇਣੇ ਪੈਣੇ ਆ, ਨਾਲ ਸਜ਼ਾ ਵੀ ਹੋ ਜਾਣੀ, ਹੋ ਸਕਦਾ ਤੁਹਾਡੇ ਕੇਸ ਚੱਲੇ ਕਿਉਂਕਿ ਉਹਦਾ ਐਕਸੀਡੈਂਟ ਹੋਇਆ ਸੀ, ਤੁਸੀਂ ਐਕਸੀਡੈਂਟ ਨਹੀਂ ਕੀਤਾ, ਤੁਸੀਂ ਜਾਣ ਬੁੱਝ ਕੇ ਪੰਗਾ ਲਿਆ, ਇੰਟੈਂਸ਼ਨਲੀ ਕੀਤਾ, ਠੀਕ ਹੈ, ਉਹਦੀ ਕਾਰ ਦੀ ਭਰਪਾਈ ਵੀ ਕਰਨੀ ਪਵੇ, ਤੁਹਾਡੇ ਤੇ ਕੇਸ ਵੀ ਹੋਵੇ, ਹਨਾ. ਹੁਣ ਇਹ ਜੇ ਇਹ ਗੱਲ ਸਮਝ ਆ ਗਈ ਤੇ ਤੁਹਾਨੂੰ ਡੈਮੋਕ੍ਰੇਸੀ ਦੀ ਸਮਝ ਆ ਜਾਣੀ, ਜੋ ਕੁਛ ਤੁਸੀਂ ਉਸ ਵੇਲੇ ਤੁਹਾਡੇ ਘਰ ਚੋਰੀ ਹੋ ਗਈ ਉਸ ਵੇਲੇ ਕੀ ਕਰਦੇ ਆ ਤੁਸੀਂ? ਜੇ ਤੁਸੀਂ ਇਹ ਕਹੋ ਕਿ ਮੈਂ ਚੋਰ ਨੂੰ ਲੱਭਣਾ, ਚੋਰ ਨੂੰ ਲੱਭਣਾ ਤਾਂ ਮੈਂ ਹੁਣ ਕੁੱਟਣਾ ਉਹਨੂੰ, ਸਜ਼ਾ ਦੇਣੀ ਆ ਉਹਨੂੰ. ਮੈਂ ਤੁਹਾਨੂੰ ਦੱਸਿਆ ਵੀ ਜਿਸ ਬੰਦੇ ਨੇ ਐਡੀ ਵੱਡੀ ਘਟਨਾ ਕਰ ਦਿੱਤੀ, ਜੇ ਕੋਈ ਬੰਦਾ ਉਹਨੂੰ ਵੀ ਆਪ ਸਜ਼ਾ ਦੇਣ ਚੱਲ ਜਾਊਗਾ ਉਹਦੇ ਉੱਤੇ ਕੇਸ ਚੱਲੂ. ਹੁਣ ਇੱਥੇ ਸਾਨੂੰ ਸਮਝ ਹੈਗੀ ਆ, ਜੇ ਇਹੀ ਇਸੀ ਗੱਲ ਨੂੰ ਤੁਸੀਂ ਕੰਟਰੀ ਦੇ ਉੱਤੇ ਲਾ ਕੇ ਦੇਖ ਲਓ, ਇੱਕ ਧਿਰ ਨੇ ਤੁਹਾਡੇ ਨਾਲ ਧੱਕਾ ਕਰ ਦਿੱਤਾ, ਹੁਣ ਤੁਹਾਡੇ ਕੋਲ ਹੱਕ ਨਹੀਂ ਹੈਗਾ ਵੀ ਹਥਿਆਰ ਚੱਕ ਕੇ ਤੁਸੀਂ ਸੋਧਾ ਲਾਉਣ ਚੱਲ ਜਾਓ, ਠੀਕ ਹੈ. ਉਹਦੇ ਕੌਨਸੀਕੁਐਂਸ ਜਿਹੜੇ ਆ
ਉਹ ਐਗਜੈਕਟਲੀ ਜਿਹੜੀ ਜਿਹੜੀ ਗੱਲ ਨਾ ਜਿਹੜਾ ਨੁਕਤਾ ਇੰਦਰਾ ਗਾਂਧੀ ਦੇ ਕਤਲ ਵੇਲੇ ਹਿੰਦੂ ਮੌਬ ਨੇ ਲਾਇਆ ਸੀ, ਉਹ ਨੁਕਤਾ ਸਿੱਖ ਜਿਹੜੇ ਆ ਉਹ ਹਰ ਥਾਂ ਦੇ ਉੱਤੇ ਲਾ ਰਹੇ। ਜਦੋਂ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਆਇਆ ਉਦੋਂ ਇਹ ਸਾਡੇ ਗਰੁੱਪ ਨੇ ਇੱਥੇ ਟਕਸਾਲੀਆਂ ਨੇ ਉਹੀ ਨੁਕਤਾ ਸਰਕਾਰ ਦੇ ਕੰਨਾਂ ਚ ਵਕੀਲ ਦੀ ਸਲਾਹ ਦੇ ਨਾਲ, ਕਿਉਂਕਿ ਕਾਨੂੰਨ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਵੀਜ਼ਨ ਹੈਗੀ ਆ ਵੀ ਜਦੋਂ ਜਜ਼ਬਾਤਾਂ ਦੀ ਗੱਲ ਆਉਂਦੀ ਆ ਨਾ, ਜਦੋਂ ਧਰਮ ਦੀ ਆਗੂ ਦੀ ਕੋਈ ਸਿਆਸਤ ਦਾ ਮੁੱਦਾ ਹੋਵੇ, ਕੋਈ ਕਿਸੇ ਗਰੁੱਪ ਦਾ ਮੁੱਦਾ ਹੋਵੇ, ਉਹਦੇ ਵਿੱਚ ਜਦੋਂ ਜਜ਼ਬਾਤ ਭੜਕ ਜਾਂਦੇ ਆ ਤੇ ਭੜਕੀ ਹੋਈ ਭੀੜ ਜਿਹੜਾ ਐਕਸ਼ਨ ਕਰਦੀ ਆ ਉਹ ਤੇ ਇੱਦਾਂ ਕਾਨੂੰਨ ਨਹੀਂ ਲਾਗੂ ਹੁੰਦਾ, ਉਹਨਾਂ ਨੂੰ ਇੱਦਾਂ ਸਜ਼ਾ ਦਿੱਤੀ ਜਾਵੇ। ਇਹੀ ਨੁਕਤਾ ਇੰਦਰਾ ਗਾਂਧੀ ਦੇ ਕਤਲ ਵੇਲੇ ਹਿੰਦੂਆਂ ਨੇ ਲਾਇਆ ਸੀ ਵੀ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਸੀ। ਉਹ ਤਾਂ ਬੜੀ ਕਾਬਲ ਪ੍ਰਧਾਨ ਮੰਤਰੀ ਸੀ, ਭੀੜ ਭੜਕ ਗਈ ਆ ਹੁਣ, ਠੀਕ ਹੈ, ਉਹਦੇ ਉੱਤੇ ਕਾਬੂ ਕਿੱਦਾਂ ਕਰੀਏ ਅਸੀਂ, ਕੀ ਕਰੀਏ। ਇਹੀ ਇਹਨਾਂ ਨੇ ਗੁਰਪ੍ਰੀਤ ਕੈਲੀਫੋਰਨੀਆ ਵਾਲੇ ਨੂੰ ਸੱਦ ਕੇ ਲਾਇਆ, ਔਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਆ ਸਰੂਪ ਚੱਕ ਕੇ ਲਗਾਏ ਆ। ਜਿੱਦਣ ਸਰੂਪ ਚੱਕ ਕੇ ਲਗਾਏ ਆ ਉਦਣਾ ਹੀ ਪੁਲਿਸ ਨਾਲ ਮੀਟਿੰਗ ਸੀ ਇਹਨਾਂ ਦੀ, ਠੀਕ ਹੈ। ਹੁਣ ਇਹ ਨਹੀਂ ਹੋ ਸਕਦਾ, ਇਹ ਵੀ ਹੋ ਸਕਦਾ ਵੀ ਪੁਲਿਸ ਦੇ ਨਾਲ ਵਿੱਚੋਂ ਇਹਨਾਂ ਦੇ ਆਪਣੇ ਸੈੱਲ ਹੋਣ ਤੇ ਉਹ ਮੀਟਿੰਗ ਪਹਿਲਾਂ ਅਰੇਂਜ ਕੀਤੀ ਹੋਵੇ, ਇੰਨੀ ਛੇਤੀ ਨਹੀਂ ਮਿਲ ਸਕਦੀ ਟਾਈਮ ਉਹਨਾਂ ਦੇ ਨਾਲ, ਠੀਕ ਹੈ। ਮੈਨੂੰ ਪਤਾ ਲੱਗਾ ਵੀ 15-20 ਬੰਦੇ ਜਾ ਕੇ ਉੱਥੇ ਆਪਣੇ ਧਰਮ ਦਾ ਜਾ ਕੇ ਦੱਸ ਕੇ ਆਏ ਆ ਵੀ ਦਰਬਾਰ ਸਾਹਿਬ ਸਾਡੇ ਆਹ ਕੁਛ ਇੱਦਾਂ ਵੀਡੀਓ ਬਣਾ ਕੇ ਵੀ ਉੱਥੇ ਆਹ ਇੱਦਾਂ ਆਹ ਗੁਰਦੁਆਰਾ ਹੁੰਦਾ ਆ, ਇੱਦਾਂ ਸਰੂਪ ਹੁੰਦਾ ਆ, ਇੱਦਾਂ ਇੱਦਾਂ ਉਹਦਾ ਸਤਿਕਾਰ ਹੁੰਦਾ ਤੇ ਸ਼ਰਲੀ ਰੋਡ ਵਾਲੇ ਕਰਦੇ ਨੇ, ਠੀਕ ਹੈ। ਉਹ ਹੋ ਸਕਦਾ ਮੀਟਿੰਗ ਪਹਿਲਾਂ ਅਰੇਂਜ ਕਰਕੇ ਮੀਟਿੰਗ ਰੱਖ ਲਈ ਆਪਣੀ ਜਿਹੜੀ ਜਿਹੜੀ ਉੱਧਰ 5 ਵਜੇ ਰੱਖੀ ਸੀ, ਮੀਟਿੰਗ ਰੱਖ ਕੇ ਤੇ ਉੱਥੋਂ ਇਹ ਕਹਿ ਕੇ ਤੁਰ ਪਏ ਵੀ ਜਦੋਂ ਪੁੱਛੂਗਾ ਕੋਈ ਅਸੀਂ ਕਹਾਂਗੇ ਲੋਕ ਇਕੱਠੇ ਹੋਏ ਸੀ ਸਲਾਹ ਕਰਨ ਲਈ, ਭੀੜ ਭੜਕ ਗਈ, ਸਾਡਾ ਕਾਬੂ ਨਹੀਂ ਰਿਹਾ, ਭੜਕੀ ਹੋਈ ਭੀੜ ਨੇ ਕੀਤਾ ਹੈ, ਉਹ ਚ ਜ਼ਿੰਮੇਵਾਰੀ ਉਹਦੇ ਵਿੱਚ ਜ਼ਿੰਮੇਵਾਰੀ ਕਿਸੇ ਦੀ ਨਹੀਂ ਹੁੰਦੀ। ਜੇ ਇਹ ਤੁਸੀਂ ਲਾ ਸਕਦੇ ਆ ਤੇ ਇੰਦਰਾ ਗਾਂਧੀ ਤੇ ਇਹੀ ਲਾਇਆ, ਔਰ ਇਹ ਵੀ ਭਾਈ ਕੰਨ ਖੋਲ ਕੇ ਗੱਲ ਸਾਡੀ ਇਸ ਨਾਲ ਸੁਨੇਹਾ ਲੈ ਲਿਓ, ਭੀੜ ਇਕੱਲੀ ਤੁਹਾਡੇ ਕਹੇ ਤੇ ਨਹੀਂ ਭੜਕਦੀ, ਭੀੜ ਹੋਰ ਪਾਸੇ ਵੀ ਭੜਕ ਸਕਦੀ, ਜਿੱਦਣ ਤੁਹਾਡੇ ਮੋਹਰੇ ਭੜਕੀ ਨਾ ਜਾਣੀ, ਠੀਕ ਹੈ। ਹੁਣ ਜਿਹੜੀ ਉੱਥੇ ਕ੍ਰਾਈਸਟ ਚਰਚ ਘਟਨਾ ਹੋਈ ਨਾ, ਜਦੋਂ ਮੈਂ ਇਸ ਐਂਗਲ ਤੋਂ ਦੇਖਦਾ ਵੀ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਜਿੱਥੇ ਜੀ ਕਰਿਆ ਟਰੱਕ ਚਾੜ ਦਿੱਤਾ, ਜਿੱਥੇ ਜੀ ਕਰਿਆ ਤੁਸੀਂ ਬੰਬ ਰੱਖ ਦਿੱਤਾ, ਜਿੱਥੇ ਜੀ ਕਰਿਆ ਤੁਸੀਂ ਬੰਬ ਲੱਕ ਨੂੰ ਬੰਨ ਕੇ ਜਾ ਕੇ ਚਲਾ ਦਿੱਤਾ, ਕਿ ਜਿੱਦਣ ਮੋਹਰਿਓਂ ਹੋਰ ਕਿਸੇ ਨੇ ਇਹ ਠਾਣ ਲਿਆ, ਜਿੱਦਣ ਹੋਰ ਕੋਈ ਤੁਰ ਪਿਆ, ਬਹੁਤ ਮਹਿੰਗਾ ਪੈਣਾ ਸਾਨੂੰ, ਠੀਕ ਹੈ। ਜਦੋਂ ਨਿਆਣੇ ਕਰਲਾਉਂਦੇ ਆ ਨਾ, ਜਦੋਂ ਚੀਕਾਂ ਪੈਂਦੀਆਂ ਬੱਚੇ ਨੂੰ, 5 ਮਿੰਟ ਜਾਣੀ 2 ਮਿੰਟ ਮਾਂ ਨਾ ਲੱਭੇ, ਇੱਦਾਂ ਕਿਤੇ ਗਿਆ ਹੋਵੇ ਪੇ ਬਾਪ ਨਾ ਲੱਭੇ, ਠੀਕ ਹੈ, ਕਿੰਨਾ ਕੀ ਬਣਦਾ ਜਾਣੀ ਉੱਥੇ। ਔਰ ਇਹਨਾਂ ਮੁਲਕਾਂ 'ਤੇ ਮੈਂ ਹੈਰਾਨ ਹਾਂ। ਪਿੱਛੇ ਨਾ ਹਫ਼ਤਾ ਕੁ ਹੋਇਆ ਮੈਂ ਕੰਮ 'ਤੇ ਅਤੇ ਮੈਨੂੰ ਫੋਨ ਆਇਆ, ਮੋਬਾਈਲ ਤੋਂ ਫੋਨ, ਨੰਬਰ ਓਬਵੀਅਸ ਮੇਰੇ ਕੋਲ ਐਡ ਨਹੀਂ ਸੀਗਾ, ਨਵਾਂ ਫੋਨ ਸੀਗਾ, ਅਤੇ ਉਹ ਬੰਦਾ ਗੋਰਾ ਸੀ ਅਤੇ ਸੀਗਾ ਇੰਗਲੈਂਡ ਦਾ, ਹੁਣ ਉਹਨਾਂ ਦੀ ਜਿਹੜਾ ਐਕਸੈਂਟ ਆ ਉਹਨਾਂ ਦੀ ਥੋੜ੍ਹੇ ਜਿਹਾ ਉਹ ਸਾਡੇ ਨਾਲੋਂ ਡਿਫਰੈਂਟ ਆ, ਅਤੇ ਉਹ ਕਹੇ ਮੈਨੂੰ ਇੱਕਦਮ ਫੈਕਟਰੀ 'ਚ ਮੈਂ ਸੀਗਾ, ਉੱਥੇ ਓਬਵੀਅਸ ਰੌਲਾ ਵੀ ਪੈਂਦਾ ਸੀ, ਹੁਣ ਗੱਲ ਕਹੀ ਮੈਨੂੰ ਸੁਣੀ ਨਾ, ਮੈਂ ਦੁਬਾਰਾ ਅੰਦਰ ਗਿਆ, ਅੰਦਰ ਉਹਨੂੰ ਕਹਿ ਕੇ ਮੈਂ ਕਿਹਾ ਦੁਬਾਰਾ ਰਿਪੀਟ ਕਰੀ, ਅਤੇ ਫਿਰ ਮੇਰੇ ਦਿਮਾਗ 'ਚ ਹੀ ਨਹੀਂ ਸੀ ਇੱਦਾਂ ਦੀ ਗੱਲ, ਤਾਂ ਹੁਣ ਫੋਨ ਆਉਣਾ ਕੰਮ ਦੇ ਬਾਰੇ ਆਊਗਾ, ਹੈ ਨਾ, ਜੇ ਉੱਦਾਂ ਆਊਗਾ ਮੇਰਾ ਨਾਮ ਪੁੱਛੂਗਾ ਅਗਲਾ, ਅਤੇ ਕੋਈ ਗੁਰਦੁਆਰੇ ਦਾ ਮੈਟਰ ਹੋਊਗਾ, ਕੋਈ ਪੁਲਿਸ ਦਾ ਮੈਟਰ ਹੋਊਗਾ, ਹੈ ਨਾ। ਹੁਣ ਉਹ ਗੱਲ ਕੀ ਹੋਈ ਵੀ ਉਹ ਕਹਿ ਰਿਹਾ ਸੀ ਵੀ ਮੈਂ ਫਾਰਮਰਸ ਦੇ ਸਟੋਰ ਤੋਂ ਬੋਲ ਰਿਹਾ ਹਾਂ, ਅੱਛਾ ਤੇ ਤੂੰ ਕਿਸੇ ਤਰ੍ਹਾਂ ਪ੍ਰਭਜੀਤ ਨੂੰ ਫੋਨ ਕਰ, ਉਹਨੂੰ ਕਹਿ ਵੀ ਵੀਰ ਤੇਰਾ ਮੁੰਡਾ ਉਹਦੇ ਨਾਲੋਂ ਵਿਛੜ ਗਿਆ,
ਸਾਡੇ ਕੋਲ ਇੱਥੇ ਕਾਊਂਟਰ 'ਤੇ ਖੜਾ ਹੈ, ਠੀਕ ਹੈ। ਹੁਣ ਫਾਰਮਰ ਦਾ ਸਟੋਰ ਆ ਉਹ ਵਿਛੜ ਜਾਣਗੇ, ਜਾਣੀ ਨੇੜੇ ਤੇੜੇ ਵੀ ਮੇਰੇ ਦਿਮਾਗ 'ਚ ਹੈ ਨਹੀਂ, ਜਿਸ ਕਰਕੇ ਮੈਨੂੰ 2-3 ਵਾਰੀ ਰਿਪੀਟ ਕਰਨਾ ਪਿਆ ਉਹਨੂੰ, ਫਿਰ ਮੇਰੇ ਗੇਟ 'ਚ ਆਈ ਗੱਲ ਅਤੇ ਜਾ ਕੇ ਜਦੋਂ ਮੈਂ ਫਟਾ ਮੈਂ ਉਹਨਾਂ ਇੱਕ ਫੋਨ 'ਤੇ ਗੱਲ ਕਰਦਾ ਸੀ, ਦੂਜੇ ਤੋਂ ਮੈਂ ਪ੍ਰਭਜੀਤ ਨੂੰ ਬੁਲਾ ਦਿੱਤਾ ਫੋਨ, ਉਹ ਕਹਿੰਦੀ ਮੈਂ ਪਹੁੰਚ ਗਈ ਹਾਂ ਅਤੇ ਕੋਲ ਨੇੜੇ ਹੀ ਆ, ਅਤੇ ਉਹ ਉਸੇ ਵੇਲੇ ਵੀਰ ਨੂੰ ਪੁੱਛਣ ਲੱਗ ਪਏ ਵੀ ਤੂੰ ਤਾਂ ਟੋਇਜ਼ ਵਾਲੇ ਸੈਕਸ਼ਨ ਵਿੱਚ ਸੀਗਾ, ਉਹ ਕਹਿੰਦਾ ਮੈਂ ਉੱਥੋਂ ਇੱਧਰ ਨੂੰ ਆ ਗਿਆ, ਆ ਕੇ ਹੁਣ ਉਹਨੂੰ ਨਿਆਣਾ ਵੱਡਾ ਹੋ ਰਿਹਾ, ਜਾਣੀ ਉਹਦੇ ਲਈ ਉਹਨੂੰ ਇੱਦਾਂ ਨਹੀਂ ਹੋਇਆ ਵੀ ਮੈਂ ਗੁਆਚ ਗਿਆ, ਉਹਨੂੰ ਇਹ ਹੋਇਆ ਵੀ ਮੈਂ ਹੁਣ ਮੈਨੇਜਮੈਂਟ ਨਾਲ ਗੱਲ ਕਰਨੀ ਆ, ਜਾਣੀ ਇੱਦਾਂ ਤੇ ਮੇਰੀ ਮੰਮੀ ਨੂੰ ਮੰਮੀ ਗੁੰਮ ਗਈ ਹੈ, ਨਹੀਂ ਨਹੀਂ ਗੁੰਮ ਨਹੀਂ ਗਈ ਜਾਣੀ, ਉਹ ਕਹਿੰਦਾ ਵੀ ਤੁਸੀਂ ਇੱਥੇ ਅਨਾਉਂਸਮੈਂਟ ਨੂੰ ਅਨਾਉਂਸਮੈਂਟ ਕਰਦੇ ਨੂੰ ਸੁਣ ਲਿਆ, ਕਹਿੰਦਾ ਮੈਂ ਤਾਂ ਗਿਆ ਸੀ ਵੀ ਇੱਥੋਂ ਅਨਾਉਂਸਮੈਂਟ ਕਰੋ ਤੇ ਪ੍ਰਭ ਜੀ ਜਿੱਦੇ ਵੀ ਹੋਵੇ ਇੱਥੇ ਕਾਊਂਟਰ ਤੇ ਆ ਜਾਓ, ਮੈਂ ਨਹੀਂ ਜਾਣਾ ਨਹੀਂ ਆਹੋ ਨਹੀਂ ਮੈਂ ਗੱਲ ਕਰਦਾ ਫਿਰ ਉਹ ਜਦ ਬੱਚੇ ਨੂੰ ਜਦੋਂ ਘਰ ਦੇ ਨਹੀਂ ਮਿਲਦੇ ਤੇ ਕੀ ਬਣਦਾ, ਔਰ ਜਿਹੜੀ ਦੁਨੀਆਂ ਆ ਇਹ ਲੋਕ ਆ ਇਹ ਕਿੱਦਾਂ ਦੇਖਦੇ ਆ ਵੀ ਹੈ ਇਸ ਬੱਚੇ ਦਾ, ਜਾਣੀ ਮਾਂ ਪੇ ਵਿੱਚ ਜਦੋਂ ਬੱਚੇ ਦਾ ਮਾਂ ਪੇ ਸਦਾ ਲਈ ਧਰਤੀ ਤੋਂ ਚਲ ਗਿਆ, ਠੀਕ ਹੈ, ਕਿੰਨੀ ਸਟ੍ਰੈਸ ਹੁੰਦੀ ਉਹਦੇ ਉੱਤੇ, ਤੇ ਤੁਸੀਂ ਕਾਰਨ ਬਣੇ ਭਾਈ ਉਹਦੇ, ਤੁਸੀਂ ਕਾਰਨ ਬਣਦੇ ਉਹਦੇ, ਠੀਕ ਆ, ਤੁਸੀਂ ਅਗਲੇ ਨੂੰ ਗੱਲ ਵੀ ਨਹੀਂ ਕਰਨ ਦੇ, ਸਵਾਲ ਵੀ ਨਹੀਂ ਕਰਨ ਦਿੰਦੇ, ਜਾਣੀ ਤੁਹਾਨੂੰ ਇਹੀ ਤੁਹਾਡੀ ਜਵਾਨ ਸੜ ਜਾਏ ਤੁਹਾਡੀ, ਤੁਹਾਨੂੰ ਇਹੀ ਪੁੱਛਿਆ ਨਾ ਵੀ ਭਿੰਡਰਾਂ ਵਾਲੇ ਨੇ ਜਦੋਂ ਹਥਿਆਰ ਚੱਕੇ ਆ ਉਦੋਂ ਕੌਮ ਨੂੰ ਸਮੱਸਿਆ ਕੀ ਸੀਗੀ, ਜੇ ਸਾਡਾ ਗੁਰੂ ਮੱਕੇ ਮਦੀਨੇ ਜਾ ਕੇ ਸਵਾਲ ਕਰ ਸਕਦਾ ਤੇ ਨਿਰੰਕਾਰੀਆਂ ਨੂੰ ਸਵਾਲ ਕਰਨ ਦਾ ਹੱਕ ਕਿਉਂ ਨਹੀਂ ਹੈਗਾ, ਸਾਰੇ ਝੂਠ ਬੋਲੇ ਸਾਰੇ ਕੁਫਰ ਤੋਲੇ, ਤੁਸੀਂ ਜਵਾਬ ਦਿਓ ਉਹਨਾਂ ਗੱਲਾਂ ਦੇ, ਜਿਹੜੇ ਬੰਦੇ ਸੰਘਰਸ਼ ਦੇ ਵਿੱਚ ਗਏ ਆ ਉਹਨਾਂ ਦੀ ਟ੍ਰੇਨਿੰਗ ਕਿੱਦਾਂ ਹੋਈ ਆ, ਕੀ ਕਿਹਨੇ ਹੱਕ ਦਿੱਤਾ ਉਹਨਾਂ ਨੂੰ ਹਥਿਆਰ ਚੱਕ ਕੇ ਇੱਦਾਂ ਜਾ ਕੇ ਜਿੱਥੇ ਜੀ ਕਿੱਦਾਂ ਲੁੱਟਾਂ ਖੋਹਾਂ ਜੋ ਬੈਂਕਾਂ ਲੁੱਟੀਆਂ, ਜ਼ਿੰਮੇਵਾਰ ਕੌਣ ਸੀ ਉਹਨਾਂ ਦਾ ਉੱਥੇ ਜਿਹੜੇ ਕਤਲ ਹੋਏ ਆ, ਤੁਹਾਡੇ ਆਪਣੇ ਬੰਦੇ, ਜਿਹੜਾ ਬੰਦਾ ਮਾਨ ਪੁਲਿਸ ਦੇ ਵਿੱਚ ਬੂਟ ਦੱਸਦਾ ਮੇਰਾ ਪਿਓ ਪੁਲਿਸ ਵਿੱਚ ਸੀਗਾ, ਸਵੇਗ ਸਿੰਘ ਉੱਥੋਂ ਆਇਆ ਸੁੱਖਾ ਸਿਪਾਹੀ ਪੁਲਿਸ ਵਿੱਚੋਂ ਗਿਆ, ਆਹੋ ਲਾਭ ਸਿੰਘ ਆਹੋ ਇੰਗਲੈਂਡ ਤੋਂ ਮੁੜ ਕੇ ਉਹਨਾਂ ਦਾ ਬੰਦਾ ਲੱਗਾ ਕਰ, ਉਹ ਕਹਿੰਦਾ ਵੀ ਮੇਰਾ ਪਿਓ ਪੁਲਿਸ ਵਿੱਚ ਸੀਗਾ, ਠੀਕ ਹੈ, 3 ਸਾਲ ਉਹ ਨੌਕਰੀ ਕੀਤੀ ਆ, ਵੀ ਆਪ ਤੁਸੀਂ ਜਿਹੜੇ ਬੰਦੇ ਤੁਹਾਡੇ ਨਾਲ ਖੜ ਗਏ ਆ ਉਹਨਾਂ ਦੇ ਸਾਰੇ ਪਾਪ ਧੁੱਲ ਗਏ, ਠੀਕ ਹੈ, ਜਿਹੜਾ ਬੰਦਾ ਰੋਟੀ ਲਈ ਪੁਲਿਸ ਵਿੱਚ, ਤੁਸੀਂ ਕਹਿੰਦੇ ਵੀ ਲੈ ਜੀ ਇਹ ਪੁਲਿਸ ਵਾਲੇ ਸਰਕਾਰ ਦੇ ਕਰਿੰਦੇ ਆ, ਅਸੀਂ ਮਾਰਨੇ, ਅਸੀਂ ਹਥਿਆਰ ਖੋਹਣੇ ਇਹਨਾਂ ਕੋਲ, ਮੈਜੋਰਟੀ ਬਹੁਤ ਲੋਕਾਂ ਦੀ ਹੈ, ਲੋਕ ਆਪਣੇ ਆਪ ਸਾਰੇ ਜਾਣਦੇ ਹੋਣਗੇ ਕਿੰਨੇ ਬੰਦੇ ਨੇ ਜਿਹੜੇ ਜਿਹਨਾਂ ਨੂੰ ਪਤਾ ਨਹੀਂ, ਮਤਲਬ ਜਦੋਂ ਹੋ ਗਿਆ ਉਹਦੇ ਬਾਅਦ ਪਤਾ ਲੱਗਿਆ ਅੱਛਾ ਇੱਦਾਂ ਦਾ ਕੁਛ ਚੱਲਦਾ ਸੀਗਾ, ਹੈ ਹੀ ਨਹੀਂ, ਕਿਸੇ ਨੂੰ ਨਹੀਂ ਪਤਾ, ਤੁਸੀਂ ਆਪ ਵੰਗੇ ਲਏ ਹੈ ਆਪ ਸਾਰਾ ਕੁਛ ਇੰਨਾ ਕੁਛ, ਨਹੀਂ ਅਸੀਂ ਮੈਂ ਕਹਿੰਦਾ ਕੋਈ ਵੀ ਬੰਦਾ ਸਾਡੇ ਨਾਲ ਰੇਡੀਓ ਤੇ ਫੋਨ ਕਰੇ ਵਿਚਾਰ ਕਰੇ, ਭਾਈ ਉਹ ਇੰਗਲੈਂਡ ਵਾਲਾ ਜਿਹੜਾ ਸਲਾਹ ਮਸ਼ਵਰੇ ਪ੍ਰੋਗਰਾਮ ਕਰਦਾ ਆ, ਮੈਨੂੰ ਨਾਂ ਨਹੀਂ ਚੇਤਾ ਉਹਦਾ, ਉਹ ਬੰਦੇ ਨੇ ਉੱਥੇ ਸੁਣਾਈ, ਉਹਦਾ ਕਲਿੱਪ ਅਸੀਂ ਸੁਣਾ ਦਿੰਦੇ ਹਾਂ ਮੁੜ ਕੇ ਆ ਕੇ ਬ੍ਰੇਕ ਲੈਣ ਲੱਗੇ ਹਾਂ ਹੁਣ, ਉਹਨੇ ਕਿਹਾ ਆ ਵੀ ਮੈਂ ਹਰਨੇਕ ਨਾਲ ਗੱਲ ਕਰਨੀ ਚਾਹੁੰਦਾ, ਵੀ ਮੈਂ ਕਹਿੰਦਾ ਸਰੋਤਿਆਂ ਦੇ ਰੂਬਰੂ, ਚਲੋ ਉਹਨੂੰ ਸਵਾਲ ਤਾਂ ਮੈਂ ਕਈ ਪੁੱਛਣੇ ਉੱਦਾਂ ਵੀ ਤੇਰੀ ਔਕਾਤ ਤੂੰ ਹੁੰਦਾ ਕੌਣ ਆ ਆਪਣੇ ਆਪ 'ਚ, ਤੇਰੀ ਹੈਸੀਅਤ ਕੀ ਆ, ਠੀਕ ਹੈ, ਤੂੰ ਕਹਿੰਦਾ, ਉਹ ਕਹਿੰਦਾ ਮੈਂ ਟਿਕਟ ਮੈਂ ਲਾ ਦੂੰਗਾ, ਜਾਣੀ ਤੇਰੀ ਆਮਦਨ ਦਾ ਸਾਧਨ ਕੀ ਆ, ਤੂੰ ਦੱਸ ਪਹਿਲਾਂ, ਆਪ ਤਾਂ ਤੂੰ ਟੀਵੀ 'ਤੇ ਪ੍ਰੋਗਰਾਮ ਕਰਨ ਦੇ ਪੈਸੇ ਲੈ ਰਿਹਾ, ਏਜੰਸੀਆਂ ਦੇ ਬੰਦੇ ਸਾਨੂੰ ਦੱਸੀ ਜਾਂਦੇ, ਅਸੀਂ ਕੋਲੋਂ ਖਰਚਾ ਕਰਕੇ ਰੇਡੀਓ ਚਲਾਉਂਦੇ ਹਾਂ, ਅਸੀਂ ਏਜੰਸੀਆਂ ਦੇ ਬੰਦੇ ਹੋ ਗਏ, ਤੁਸੀਂ ਤਨਖਾਹ ਲੈਂਦੇ ਹਾਂ, ਤੁਸੀਂ ਪੰਥਕ ਹੋ ਗਏ, ਠੀਕ ਆ, ਵੀ ਉਹਦਾ ਨੰਬਰ ਭਾਈ ਇੰਗਲੈਂਡ ਵਾਲੇ ਨੂੰ ਬੇਨਤੀ ਆ, ਉਹਦਾ ਨੰਬਰ ਦਿਓ ਮੈਨੂੰ ਕਿਸੇ ਤਰ੍ਹਾਂ, ਉਹਨਾਂ ਨਾਲ ਗੱਲ ਕਰਨੀ ਆ, ਅਸੀਂ ਇਹ ਚਾਹੁੰਦੇ ਹਾਂ ਵੀ ਉਹ ਆਪ ਉੱਧਰ ਟੀਵੀ ਦੇ ਉੱਤੇ ਬਹਿ ਜਾਵੇ, ਠੀਕ ਆ, ਅਸੀਂ ਰੇਡੀਓ ਪ੍ਰੋਗਰਾਮ ਸ਼ੁਰੂ ਕਰ ਲਈਏ ਇੱਥੋਂ, ਠੀਕ ਆ, ਨੰਬਰ ਅਸੀਂ ਦੇ ਦਿਆਂਗੇ, ਉਹ ਸਾਡੇ ਸਟੂਡੀਓ 'ਚ ਫੋਨ ਕਰ ਲਵੇ, ਜਿਹੜੇ ਜਿਹੜੇ ਸਵਾਲ ਉਹਦੇ ਹੈਗੇ ਆ ਆਪਣੀ ਲਿਸਟ ਬਣਾ ਲਵੇ ਉਹ, ਵੀ ਤੁਸੀਂ ਭਿੰਡਰਾਂ ਵਾਲੇ ਬਾਰੇ ਆਹ ਕਿਹਾ, ਲਾਭ ਸਿੰਘ ਬਾਰੇ, ਸੰਘਰਸ਼ ਬਾਰੇ, ਜੋ ਗੁਰੂਆਂ ਬਾਰੇ,
ਠੀਕ ਹੈ, ਲਿਸਟ ਬਣਾ ਲਵੇ, ਕਿਉਂਕਿ ਬਾਕੀ ਤਾਂ ਬੰਦੇ ਹੁਣ ਲੱਲੂ ਪੰਜੂ ਜੋ ਮਰਜ਼ੀ ਕਰ ਗਿਆ, ਮੀਡੀਆ ਵਾਲੇ ਨੂੰ ਤਾਂ ਗੱਲ ਮੀਡੀਆ ਉਹਦੇ ਨਾਲ ਕਰਨੀ ਪਊਗੀ ਨਾ, ਉਹ ਤਾਂ ਦੱਸੂਗਾ ਨਾ ਵੀ ਫਲਾਨੇ ਕਲਿੱਪ ਵਿੱਚ ਫਲਾਨੀ ਜਗ੍ਹਾ ਤੇ ਆਹ ਗੱਲ ਕਹੀ ਹੈ, ਠੀਕ ਹੈ, ਅਸੀਂ ਜਵਾਬ ਦੇ ਦਿਆਂਗੇ, ਸਰੋਤਿਆਂ ਦੀ ਮਰਜ਼ੀ ਆ, ਉਹ ਫੈਸਲਾ ਕਰ ਲੈਣ ਜੋ ਮਰਜ਼ੀ। ਬਿਲਕੁਲ ਆਹ ਗੱਲ ਨੀ ਹੈਗੀ ਵੀ ਅਸੀਂ ਉਹ ਟਿਕਟ ਲਾਊਗਾ ਤਾਂ ਅਸੀਂ ਉੱਥੇ ਜਾਵਾਂਗੇ, ਅਸੀਂ ਨਾ ਤਾਂ ਭਾਈ ਟਿਕਟ ਉਹਨਾਂ ਦੀ ਲਾਉਣੀ, ਉਹ ਟਿਕਟ ਉਹਨਾਂ ਦੀ ਲਾਈ ਤੇ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ, ਉੱਥੇ ਵੀ ਸਾਨੂੰ ਪਤਾ ਆ, ਕਿਉਂਕਿ ਇੱਕ ਗੱਲ ਮੈਂ ਵਾਰ ਵਾਰ ਪੁੱਛੀ ਜਾਂਦਾ, ਨਿਊਜ਼ੀਲੈਂਡ ਤੋਂ ਸ਼ੁਰੂ ਕਰ ਲੈਣ ਟਕਸਾਲੀਆਂ ਨੇ ਜੇ ਕਰਨੀ, ਠੀਕ ਹੈ, ਜੇ ਤੁਸੀਂ ਇਹ ਕਹਿੰਦੇ ਨਾ ਸਾਹਮਣੇ ਬੈਠ ਕੇ ਗੱਲ ਕਰ, ਤੇ ਕੋਈ ਬੰਦਾ ਪਹਿਲਾਂ ਤਾਂ ਸਾਡੇ ਨਾਲ ਫੋਨ ਤੇ ਔਨ ਏਅਰ ਸਰੋਤਿਆਂ ਦੇ ਸਾਹਮਣੇ ਗੱਲ ਕਰੇ, ਉਹ ਕਾਰਨ ਸਾਨੂੰ ਸਮਝਾ ਦੇਵੇ ਵੀ ਕਿਉਂ ਚਾਹੁੰਦਾ ਸਾਹਮਣੇ ਬੈਠ ਕੇ ਕਰਨਾ, ਸਾਨੂੰ ਇਹ ਲੱਗਦਾ ਵੀ ਤੁਸੀਂ ਲੜਨਾ ਚਾਹੁੰਦੇ, ਮੈਂ ਜੇ ਲੜਾਈ ਨੂੰ ਅਵੋਇਡ ਕਰ ਰਿਹਾ, ਠੀਕ ਹੈ, ਹੁਣ ਜੇ ਉਹ ਨਿਊਜ਼ੀਲੈਂਡ ਤੋਂ ਸ਼ੁਰੂ ਕਰ ਲੈਂਦੇ ਹਾਂ, ਫਿਰ ਜੀਤੇ ਹੁਣਾਂ ਤੱਕ ਵੀ ਪਹੁੰਚ ਜਾਵਾਂਗੇ ਆਪਣੇ, ਠੀਕ ਹੈ, ਮੈਂ ਵਾਅਦਾ ਕਰਦਾ ਸਰੋਤਿਆਂ ਦੇ ਨਾਲ, ਮੈਂ ਸਾਰਾ ਕੁਛ ਦੇਖੋ, ਜਦੋਂ ਹੁਣ ਮੈਂ ਦਾਅ ਤੇ ਲਾ ਸਕਦਾ, ਮੈਂ ਆਪਣਾ ਘਰ ਬਾਰ ਛੱਡ ਕੇ ਟੱਬਰ ਨੂੰ ਨਿਆਣਿਆਂ ਨੂੰ ਉਹਨਾਂ ਉਹ ਆਪਣਾ ਕਰ ਲੈਣਾ, ਉਹਨੀ ਮੇਰੀ ਵਾਈਫ ਆ ਉਹਨੀ ਕਰ ਲੈਣਾ, ਮੈਂ ਸਾਰਾ ਕੁਛ ਛੱਡ ਕੇ ਮੈਂ ਟੋਟਲੀ ਇਸ ਕੰਮ ਦੇ ਪਿੱਛੇ ਪੈ ਜਾਊਂਗਾ, ਮੈਨੂੰ 6 ਮਹੀਨੇ ਦੇ ਦੇਣ, ਮੈਂ ਟ੍ਰੇਨਿੰਗ ਲਊਂਗਾ ਆਪਣੀ, ਮੈਂ ਬੰਦੇ ਤਿਆਰ ਕਰੂੰਗਾ, ਜਿੱਥੇ ਇਹ ਸੱਦਣਗੇ ਮੈਨੂੰ ਉੱਥੇ ਜਾਣ ਨੂੰ ਤਿਆਰ ਹਾਂ, ਮੈਂ ਉੱਥੇ ਬੈਠ ਕੇ ਮੈਂ ਤਾਂ ਦੱਸਦਾ ਮੈਂ ਤਾਂ ਥਈਆ ਥਈਆ ਕਰਵਾ ਦਊਂਗਾ ਮੈਂ ਤਾਂ, ਠੀਕ ਹੈ, ਸਾਨੂੰ ਸਾਰਾ ਕੁਛ ਆਉਂਦਾ ਜਾਣੀ, ਇਹ ਤਾਂ ਜੰਮਿਓ ਬਾਅਦ ਦੇ ਇਹਨਾਂ ਨੂੰ ਪਤਾ ਨਹੀਂ ਨਾ ਉੱਥੇ ਹੋਇਆ ਕੀ ਆ, ਇਹ ਤਾਂ ਗੱਲਾਂ ਕਰਦੇ ਫਿਰਦੇ ਆ, ਇਸ ਕਰਕੇ ਸਾਹਮਣੇ ਬੈਠਣ ਦੀ ਜਿਹੜਾ ਬੰਦਾ ਗੱਲ ਕਰਦਾ ਨਾ ਉਹ ਟੋਟਲੀ ਧਮਕੀ ਦੇ ਰਿਹਾ ਹੈ, ਉਹ ਧਮਕੀ ਦੇ ਰਿਹਾ ਵੀ ਲੜਾਂਗੇ ਅਸੀਂ ਤਾਂ, ਕੁੱਟਾਂਗੇ ਅਸੀਂ, ਭੀੜ ਨੂੰ ਭੜਕਾਵਾਂਗੇ, ਕਿਉਂਕਿ ਹੁਣ ਤੱਕ ਇਹ ਭੀੜ ਭੜਕਾਉਂਦੇ ਰਹੇ ਆ, ਉਹ ਚ ਜ਼ਿੰਮੇਵਾਰੀ ਕਿਸੇ ਨੇ ਲੈਣੀ, ਇਹਨੇ ਕਹਿਣਾ ਵੀ ਸੰਗਤ ਹੋ ਗਈ ਜੀ, ਇਹ ਹੋ ਗਿਆ, ਬੰਦਾ ਹੋ ਗਿਆ, ਠੀਕ ਹੈ, ਉਹਦੇ ਚ ਅਸੀਂ ਮੈਂ ਤਾਂ ਤਿਆਰੀ ਚ ਜਾਊਂਗਾ ਜਾਣੀ, ਤਾਂ ਮੈਂ ਬੰਦੇ ਦਾ ਨਾਂ ਪੁੱਛਣਾ ਚਾਹੁੰਦਾ ਹਨਾ, ਜਦੋਂ ਮੈਨੂੰ ਮੈਨੂੰ ਪਤਾ ਆਪੇ 200 ਬੰਦਾ ਇਕੱਠਾ ਉੱਥੇ ਹੋਣਾ, ਉੱਥੇ ਭੀੜ ਮੈਂ 200 ਹੀ ਲੈ ਕੇ ਜਾਊਂਗਾ ਨਾ ਮੈਂ ਤਾਂ, ਠੀਕ ਹੈ, ਤਿਆਰੀ ਪੂਰੀ ਹੋਊਗੀ ਵੀ ਭੀੜ ਉਧਰੋਂ ਵੀ ਭੜਕ ਸਕਦੀ ਉਧਰੋਂ ਵੀ ਭੜਕ ਸਕਦੀ ਹੈ, ਬਿਲਕੁਲ, ਠੀਕ ਹੈ, ਅਸੀਂ ਸ਼ਾਇਦ ਦੋ ਚੌਂ ਦੀ ਬਾਂਹ ਮਰੋੜ ਕੇ ਪਹਿਲਾਂ ਬਿਠਾਲ ਲਈਏ ਕੋਲ ਇੱਕ ਪਾਸੇ, ਵੀ ਜੇ ਗੱਲ ਹੋਈ ਤੇ ਦੋ ਵਾਰੀ ਤੜਕ ਤੜਕ ਹੋਣੀ ਆ, ਤੁਸੀਂ ਤੁਸੀਂ ਇਦਾਂ ਥੋੜਾ ਤੁਹਾਨੂੰ ਹੀ ਆਉਂਦਾ ਇਕੱਲਾ ਕਰਨਾ, ਹਰੇਕ ਵਾਰੀ ਮਾਰਨ ਦੀ ਧਮਕੀ, ਗੱਡੀ ਚਾੜਨ ਦੀ ਧਮਕੀ ਦੇ ਕੇ ਇਦਾਂ ਗੁਜ਼ਾਰਾ ਨਹੀਂ ਹੋ ਜਾਣਾ ਭਾਈ, ਸਾਰਿਆਂ ਦੇ ਟੱਬਰ ਆ, ਸਾਰਿਆਂ ਦੇ ਪਿੱਛੇ ਵੀ ਬੈਠੇ ਆ, ਕੋਈ ਵੀ ਬੰਦਾ ਭੋਰੇ ਚ ਨਹੀਂ ਬੈਠਾ ਆ, ਅੱਜ ਕੋਈ ਇਦਾਂ ਨਹੀਂ ਕਹਿ ਸਕਦਾ 57 ਸੈਨਾਂ ਆਪ ਭੋਰਾ ਬਣਾ ਕੇ ਬੈਠਾ ਆ, ਹਿਟਲਰ ਵੀ ਲੱਭ ਲਿਆ ਸੀ ਅਗਲਿਆਂ ਨੇ, ਠੀਕ ਹੈ, ਉਹਦੇ ਵਿੱਚ ਜਿਹੜਾ ਬੰਦਾ ਗੱਲ ਕਰੂਗਾ, ਅਸੀਂ ਹੁਣ ਜੇ ਇੰਗਲੈਂਡ ਤੋਂ ਕੋਈ ਬੰਦਾ ਗੱਲ ਕਰੂਗਾ ਜਾਣੀ, ਹੁਣ ਗੁਰਪ੍ਰੀਤ ਆਇਆ ਸੀਗਾ, ਅਗਲੀ ਵਾਰ ਆ ਜਾਵੇ ਗੁਰਪ੍ਰੀਤ ਕੈਲੀਫੋਰਨੀਆ ਵਾਲਾ, ਇੱਦਾਂ ਤਿਆਰੀ ਕਰਕੇ, ਠੀਕ, ਅਸੀਂ ਖਰਿਆ 10 ਬੰਦੇ ਉਹਦੇ ਘਰ ਪਹਿਲਾਂ ਭੇਜ ਦਈਏ, ਖੜੇ ਕਰ ਦਈਏ ਅਸੀਂ, ਮੁੜ ਕੇ ਉੱਥੋਂ ਫੋਨ ਆ ਜਾਵੇ ਪਿੱਛੇ, ਆਹੋ ਇੱਦਾਂ ਹੋ ਹੀ ਸਕਦੀ ਹੈ ਨਾ, ਜੇ ਤੁਸੀਂ ਇਹ ਮਾਹੌਲ ਕਰੂਗੇ ਜਾਣੀ, ਹਾਂ ਪੋਸੀਬਲ ਆ, ਉਹ ਤਾਂ ਕੋਈ ਵੀ ਕਰ ਸਕਦਾ, ਉਹ ਤਾਂ ਫਿਰ ਇੱਦਾਂ ਦੀਆਂ ਗੱਲਾਂ ਭਾਈ, ਅਸੀਂ ਤਾਂ ਕਹਿੰਦੇ ਹਾਂ ਵੀ ਵਿਚਾਰ ਕਰੋ, ਵਿਚਾਰ ਦੇ ਲਈ ਸਭ ਤੋਂ ਵਧੀਆ ਤਰੀਕਾ ਆ ਫੋਨ ਕਰ ਲਓ, ਤੁਸੀਂ ਨਹੀਂ ਕਰਨਾ ਚਾਹੁੰਦੇ, ਤੁਸੀਂ ਜਵਾਬ ਦੇ ਦਿਓ, ਵੀਡੀਓ ਬਣਾ ਕੇ ਜਵਾਬ ਦੇ ਦਿਓ, ਤੁਹਾਡੀਆਂ ਕਿੰਨੀਆਂ ਵੀਡੀਓ ਚਲਾਈਆਂ ਸਾਡੀ, ਕਦੇ ਵੀ ਇਹਨਾਂ ਨੇ ਘੰਟੇ ਦੀ ਵੀਡੀਓ ਚਲਾਤੀ ਹੋਵੇ, ਠੀਕ ਹੈ, ਇਸ ਕਰਕੇ ਨਾ ਨਾ ਉਹ ਚੀਜ਼ ਕਰੀਏ, ਇੰਗਲੈਂਡ ਵਾਲਾ ਜਿਹੜਾ ਗੱਲ ਕਰਦਾ ਮੈਨੂੰ ਨੰਬਰ ਦੇ ਦਿਓ ਉਹਦਾ, ਮੈਂ ਉਹਦੇ ਨਾਲ ਗੱਲ ਕਰੂੰਗਾ ਤੇ ਉਹਦੇ ਨਾਲ ਟਾਈਮ ਅਸੀਂ ਬਣਾ ਲਾਂਗੇ, ਠੀਕ ਹੈ, ਸਾਨੂੰ ਕਹੇ ਅਸੀਂ ਉਹਨੂੰ ਫੋਨ ਕਰ ਲਾਂਗੇ, ਉਹ ਚਾਹੇ ਫੋਨ ਕਰਨਾ ਆਪਣੇ 4 ਬੰਦੇ ਬਿਠਾ ਲਵੇ, ਠੀਕ ਹੈ, ਵੀ ਸਾਹਮਣੇ ਜਾ ਕੇ ਗੱਲ ਕਰਨ ਦਾ ਕੋਈ ਕੋਈ ਮਕਸਦ ਨਹੀਂ, ਕੋਈ ਉਹਦਾ ਸਿੱਟਾ ਨਹੀਂ ਨਿਕਲਣਾ, ਉਹ ਤਾਂ ਲੜਨੇ ਵਾਲੇ ਬੰਦੇ ਭਾਈ, ਤੁਸੀਂ ਹੋਰ ਕਿਸੇ ਨਾਲ ਲੜ ਲਓ, ਹਜੇ ਤੱਕ ਤਾਂ ਸਮਝ ਆ ਜਾਣੀ ਚਾਹੀਦੀ ਹੈ, ਹੋਰ ਕਿਸੇ ਨਾਲ ਤੁਹਾਡੇ ਆਪਸ ਵਿੱਚ ਤੁਸੀਂ ਕਿਸੇ ਨਾਲ ਵੀ ਲੜ ਸਕਦੇ, ਲੜ ਲਓ ਜਾ ਕੇ, ਪਰ ਸਾਨੂੰ ਤੁਸੀਂ ਇਹ ਗੱਲ ਨਾ ਕਹੋ, ਠੀਕ ਹੈ, ਅਸੀਂ ਤਾਂ ਇੱਥੋਂ ਗੁਰਦੁਆਰੇ ਦੇ ਵਿੱਚ ਵੀ ਮੈਂ ਦੱਸਦਾ, ਜਦੋਂ ਬੰਦੇ ਆਏ ਆ ਮੈਨੂੰ ਫੋਨ ਗਿਆ, ਅੰਗਰੇਜ਼ ਦਾ ਫੋਨ ਗਿਆ ਵੀ ਇੱਦਾਂ ਦਾ, ਮੈਂ ਕਿਹਾ ਕੋਈ ਜਾਇਓ ਨਾ ਉੱਥੇ, ਠੀਕ ਹੈ, ਤੁਸੀਂ ਪਰੇ ਰਹੋ, ਗੁਰਪ੍ਰੀਤ ਸਿੰਘ ਉਹਨੂੰ ਮੈਂ ਕਿਹਾ ਰੋਕਣਾ, ਉਹਨਾਂ ਨੂੰ ਲੈ ਜਾਣ ਦੇ ਜੋ ਲੈ ਕੇ ਜਾਂਦੇ, ਠੀਕ ਹੈ,
ਵੀ ਇੱਕ ਦੋ ਵੀਰ ਬਾਹਰ ਉਹਨਾਂ ਨਾਲ ਬਹਿਸ ਪਏ ਤਾਂ ਮੈਂ ਮਨਾ ਕੀਤਾ ਗੁਰਪ੍ਰੀਤ ਨੂੰ, ਮੈਂ ਕਿਹਾ ਰੋਕ ਉਹਨਾਂ ਨੂੰ, ਕਹਿ ਉਹਨਾਂ ਨੂੰ ਵੀ ਨਹੀਂ, ਉਹਨਾਂ ਦਾ ਕੀ ਪਤਾ ਇਹ ਬੰਦਿਆਂ ਦਾ ਕੋਈ ਗੁਰੂ ਨਾਲ ਪਿਆਰ ਥੋੜੋ ਆ, ਇਹਨਾਂ ਦੁਸ਼ਟਾਂ ਨੇ ਚੱਕਿਆ ਸਿਰ ਤੇ ਗੁਰੂ ਗ੍ਰੰਥ ਸਾਹਿਬ ਏਦਾਂ ਗਾਰੇ ਹੀ ਸਿੱਟ ਕੇ ਦੌੜ ਜਾਣਾ ਸੀ, ਮੁੜ ਕੇ ਕਹਿਣਾ ਸੀ ਇਹ ਨਹੀਂ ਖੋਲਣ ਲੱਗੇ ਸਾ ਤਾਂ ਬੇਅਦਬੀ ਹੋ ਗਈ, ਫਿਰ ਅਕਾਲ ਤਖ਼ਤ ਨੂੰ ਚਿੱਠੀ ਪਾਉਣੀ ਸੀ, ਫਿਰ ਸਾਰੇ ਪਾਸੇ ਰੌਲਾ ਪਾਉਣਾ ਸੀ, ਆਪਣੀ ਹਰਾਮਖੋਰੀ ਤਾਂ ਦੀਦੀ ਹੀ ਨੀ ਬੰਦੇ ਨੂੰ ਜਾਣੀ, ਜਿਹੜਾ ਬੰਦਾ ਉੱਦਾਂ ਹੀ ਗੁੰਡਾਗਰਦੀ ਕਰਨ ਆ ਗਿਆ। ਠੀਕ ਹੈ, ਹੁਣ ਸਿਤਮ ਦੀ ਗੱਲ ਇਹ ਸੀ ਵੀ ਕੋਈ ਵੀ ਬੰਦਾ ਇੱਦਾਂ ਮੈਨੂੰ ਨੀ ਦਿਸ ਰਿਹਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਇੰਨੇ ਜਿਗਰੇ ਵਾਲਾ ਹੋਵੇ ਇਹ ਕੰਮ ਆਪਣੇ ਨਾਂ ਥੱਲੇ ਕਰ ਦੇਵੇ, ਕੋਈ ਨੀ ਕਰ ਸਕਦਾ। ਠੀਕ ਹੈ, ਬਸ ਭੀੜ ਦਾ ਆਸਰਾ ਲੈ ਕੇ ਅਸੀਂ ਕਰਦੇ ਹਾਂ। ਠੀਕ ਹੈ, ਚਲੋ ਠੀਕ ਹੈ ਜੀ, ਜਸਵਿੰਦਰ ਬੂਟ ਦੀ ਵੀਡੀਓ ਅਸੀਂ ਡਿਸਕਸ ਕਰਨੀ ਆ, ਉਹਦੇ ਲਈ ਕੇਅਰਫੁਲ ਇੱਕ ਚੀਜ਼, ਇੱਕ ਸੁਨੇਹਾ ਜਿਹੜਾ ਆ ਉਹ ਅਸੀਂ ਆਪਣੇ ਸਰੋਤਿਆਂ ਨੂੰ, ਨਿਊਜ਼ੀਲੈਂਡ ਵਾਲਿਆਂ ਨੂੰ ਖਾਸ ਕਰਕੇ ਅਤੇ ਬਾਹਰ ਵਾਲਿਆਂ ਨੂੰ ਵੀ, ਜਦੋਂ ਇੱਦਾਂ ਦੀ ਘਟਨਾ ਵਾਪਰਦੀ ਆ ਉਦੋਂ ਇੱਦਾਂ ਨਹੀਂ ਅੰਤ ਨਹੀਂ ਉਹਨੂੰ ਲੈ ਰਹੀਦਾ ਹੁੰਦਾ, ਬਸ ਉਹਨੂੰ ਜ਼ਿੰਦਗੀ ਦਾ ਹਿੱਸਾ ਬਣਾ ਕੇ, ਸਿੱਖਾਂ ਨੂੰ ਤਾਂ ਖਾਸ ਕਰਕੇ, ਮੈਂ ਤਾਂ ਕਹਿੰਦਾ ਸੀ ਵੀ ਹਿੰਦੂਆਂ ਸਿੱਖਾਂ ਅਤੇ ਮੁਸਲਮਾਨਾਂ ਨੂੰ, ਜਿੱਦਾਂ ਦੀਆਂ ਗੱਲਾਂ ਜਿੱਦਾਂ ਦੀਆਂ ਕਹਾਣੀਆਂ ਸਾਰਾ ਦਿਨ ਗੁਰਦੁਆਰਿਆਂ 'ਚ ਅਸੀਂ ਕਰਦੇ ਹਾਂ, ਸਾਡੇ ਲਈ ਤਾਂ ਇੱਕ ਘਟਨਾਮ ਹੋਣੀ ਚਾਹੀਦੀ ਹੈ। ਸਾਹਿਬਜ਼ਾਦਿਆਂ ਬਾਰੇ ਕਹਿੰਦੇ ਆ ਨਾ ਵੀ ਉਹ ਜਦੋਂ ਉਹ ਕਹਿੰਦੇ ਵੀ ਹੁਣ ਉਹਨੀ ਨੀਹਾਂ 'ਚ ਚਿਣ ਦੇਣ, ਹੈਨਾ, ਉਹ ਕਹਿੰਦੇ ਵੀ ਨੀਹਾਂ 'ਚ ਚਿਣ ਦੇਣਗੇ, ਮਾਰ ਥੋੜ੍ਹੋ ਦੇਣਗੇ, ਠੀਕ ਹੈ, ਬਸ ਏਦਾਂ ਹੋਣੀ ਚਾਹੀਦੀ ਸਾਨੂੰ ਵੀ ਗੋਲੀ ਚੱਲ ਜਾਊਗੀ ਯਾਰ, ਮਾਰ ਥੋੜ੍ਹੋ ਦਊਗੀ ਕਿਤੇ, ਏਦਾਂ ਤਾਂ ਕੀ ਹੋ ਗਿਆ ਨਾ। ਉਹਦੇ ਲਈ ਤਿਆਰੀ ਰੱਖੀਏ, ਆਪਣੇ ਸਾਨੂੰ ਬੱਚਿਆਂ ਨੂੰ ਵੀ ਇਹ ਗੱਲਾਂ ਸਮਝਾਉਣੀਆਂ ਚਾਹੀਦੀਆਂ, ਆਪਣੇ ਆਪ ਦਹਿਸ਼ਤ ਤੋਂ ਜਿਹੜੀ ਲੋੜ ਆ ਨਾ ਸਾਨੂੰ, ਉਹ ਇੱਦਾਂ ਅਪਸੈਟ ਹੋਣ ਦੀ ਨਹੀਂ ਹੈਗੀ, ਆਪਣੇ ਬੱਚਿਆਂ ਨੂੰ ਦਹਿਸ਼ਤ ਤੋਂ ਦੂਰ ਕਰਨ ਦੀ, ਅਸੀਂ ਉਲਟਾ ਕਰ ਰਹੇ ਹਾਂ। ਹੁਣ ਇੱਕ ਪਾਸੇ ਇੱਥੇ ਜਦੋਂ ਉਹ 12-14 ਸਾਲ ਦੇ ਨਿਆਣਿਆਂ ਦੇ ਅੰਦਰ ਇਹ ਭਰ ਰਿਹਾ ਗੱਤਕਾ ਸਿਖਾ ਕੇ, ਉਹਨਾਂ ਨੂੰ ਗਾਲਾਂ ਕੱਢਦਿਆਂ ਨੂੰ ਤੁਸੀਂ ਦੇਖੋ ਕਿਤੇ ਫੇਸਬੁੱਕ 'ਤੇ, ਇੱਥੇ ਕਿੰਨੇ ਟੱਬਰਾਂ ਦੇ ਨਿਆਣੇ ਜਿਹੜੇ ਨਿੱਕੇ ਨਿੱਕੇ ਆ, ਉਹ ਅਸੀਂ ਗਲਤ ਆਈਡੀਆਂ ਜਿਹੜੀਆਂ ਫੜ ਹੋਈਆਂ, ਪੁਲਿਸ ਦੇ ਚੱਕਰ ਪਏ ਸਾਹਮਣੇ ਸਾਰਿਆਂ ਦੇ, ਹਾਂ, ਆਪ ਆਪ ਜਾਣੀ ਨਿੱਕੇ ਨਿੱਕੇ ਬੱਚਿਆਂ ਨੂੰ ਜਿਹੜੀ ਦਹਿਸ਼ਤ ਉਹ ਸਿਖਾ ਰਹੇ ਆ, ਇੱਦਾਂ ਦੀ ਘਟਨਾ ਵੇਲੇ ਫਿਰ ਆਪ ਤਰਵਕਦੇ ਆ। ਹੁਣ ਉਲਟਾ ਹੀ ਚਾਹੀਦਾ ਵੀ ਅਸੀਂ ਆਪ ਤੇ ਬੱਚਿਆਂ ਨੂੰ ਦਹਿਸ਼ਤ ਤੋਂ ਦੂਰ ਕਰੀਏ, ਜਦੋਂ ਘਟਨਾ ਵਾਪਰਦੀ ਉਹਨੂੰ ਆਮ ਲੈ ਲਈਏ, ਫਿਰ ਕੋਈ ਗੱਲ ਨਹੀਂ ਭਾਈ, ਤਾਂ ਸਾਰੀ ਦੁਨੀਆ ਦੇਖ ਰਹੀ ਆ। ਠੀਕ ਹੈ ਵੀ ਉੱਥੇ ਤੁਸੀਂ ਇਹਨਾਂ ਮੁਲਕਾਂ ਨੂੰ ਦੇਖ ਲਓ, ਫਿਰ ਅਮਰੀਕਾ ਦੇ ਵਿੱਚ ਟਾਵਰ ਢੱਠੇ ਏਡੀ ਵੱਡੀ ਘਟਨਾ ਹੋਈ ਆ ਕਿ ਨਿਊਯਾਰਕ ਦੀ ਜਿਹੜੀ ਲਾਈਫ ਸੀ ਬੰਦ ਹੋ ਗਈ ਸੀ, ਕਿੱਦਾਂ ਹਜ਼ਾਰਾਂ ਲੋਕ ਉੱਥੇ ਮਦਦ ਕਰਨ ਨੂੰ ਚੱਲ ਗਏ। ਠੀਕ ਹੈ, ਗਾਹਾਂ ਬਾਕੀ ਵੀ ਸਾਰਾ ਜਨ ਜੀਵਨ ਜਿਹੜਾ ਆ ਆਮ ਉਹ ਚੱਲ ਰਿਹਾ। ਠੀਕ ਹੈ, ਠੀਕ ਹੈ, ਅਤੇ ਅਸੀਂ ਚਾਹੁੰਦੇ ਹਾਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਦੁਨੀਆਂ ਨੂੰ ਦੇਣਾ, ਤਾਂ ਇਸ ਤਰ੍ਹਾਂ ਅਸੀਂ ਦੇ ਸਕਦੇ। ਧੰਨਵਾਦ ਜੀ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਮਿਲਾਂਗੇ।